ਯਤੀਮ ਯਤੀਮ ਹੁੰਦੇ ਜੇ ਕਦੀ ਯਤੀਮਾਂ ਨੂੰ ਛਿੜਕ ਨਾ ਮਾਰਿਆ ਰੇ ਕਦੀ ਯਤੀਮਾਂ ਨੂੰ ਦਾਬਾ ਨਾ ਮਾਰਿਆ ਰੇ ਬਾਬਾ ਜੀ ਅੱਜ ਵੀ ਜਦੋਂ ਸ਼ਾਮ ਦਾ ਵੇਲਾ ਆਉਂਦਾ ਹੈ ਹੋਏ ਮੇਰੀ ਭਤੀਜੀ ਜਦੋਂ ਬਿਸਤਰ ਤੇ ਸੌਣ ਲੱਗਦੀ ਏ ਚੀਖ ਮਾਰ ਕੇ ਆਉਂਦੀ ਏ ਅੰਮੀ ਆ ਜਾ ਹੱਲਾ ਦੀ ਕਸਮ ਅਸਾਂ ਕਸਰ ਕੋਈ ਨਹੀਂ ਛੱਡੀ ਹੋਏ ਅਸੀਂ ਕਦੀ ਉੱਚੀ ਵੀ ਉਹਨਾਂ ਦੇ ਸਾਹਮਣੇ ਨਹੀਂ ਜੇ ਬੋਲੇ ਹੋਏ ਅਸੀਂ ਕਦੀ ਦਾਬਾ ਵੀ ਨਹੀਂ ਜੇ ਮਾਰਿਆ ਹੋਏ ਕਿਤੇ ਮਾਂ ਦੀ ਯਾਦ ਨਾ ਆ ਜਾਏ ਹੋਏ ਕਿਤੇ ਮੋਏ ਪਿਓ ਦੀ ਯਾਦ ਨਾ ਆ ਜਾਏ ਹੋਏ ਰੋਣ ਵਾਲੀ ਆ ਫਿਰ ਵੀ ਜਦੋਂ ਮੇਰੇ ਸਾਹਮਣੇ ਰੋਂਦੀ ਏ ਹੋਏ ਮੇਰੀਆਂ ਚੀਖਾਂ ਨਿਕਲ ਜਾਂਦੀਆਂ ਜੇ ਮੈਂ ਨਾ ਦੁਨੀਆਂ ਵਾਲਿਓ ਹੋਏ ਪਿਓ ਮਰ ਜਾਣ ਮੇਲੇ ਮੁੱਕ ਜਾਂਦੇ ਰੇ ਹੋਏ ਮਾਵਾਂ ਮਰ ਜਾਣ ਉਲਾਦਾਂ ਰੁੱਲ ਜਾਂਦੀਆਂ ਨੇ ਹੋਏ ਜਿੰਨੇ ਮਰਜ਼ੀ ਵੀ ਚਾਚੇ ਜੱਫੇ ਮਾਰ ਲੈਣ ਹੋਏ ਜਿੰਨੀਆਂ ਮਰਜ਼ੀ ਵੀ ਚਾਚੀਆਂ ਜੱਫੇ ਮਾਰ ਲੈਣ ਹੋਏ ਮਾਵਾਂ ਮਾਵਾਂ ਹੀ ਆਉਂਦੀਆਂ ਨੇ ਪਿਓ ਪਿਓ ਹੀ ਆਉਂਦੇ ਨੇ ਥਾਈਓ ਤੇ ਮੀਆਂ ਸਾਹਿਬ ਆਉਂਦੇ ਨੇ ਬਾਪ ਮਰੇ ਤੇ ਮੁੱਕ ਗਈ ਗੱਲ ਨੇੜੇ ਲੈ ਗਿਆ ਸੁਣਿਓ ਯਾਰ ਹੋਏ ਬਾਪ ਮਰੇ ਤੇ ਸਿਰ ਨਾ ਹੋਵੇ ਹੱਥਾਂ ਵੀਰ ਮਰ ਕੰਡੇ ਖਾਲੀ ਹੋਏ ਮਾਵਾਂ ਵਾਜੇ ਮੋਹਨ ਬਖਸ਼ਾ ਤੇ ਕੌਣ ਕਰੇ ਰੱਖੇ ਵਾਲੀ ਮਾਵਾਂ ਬਾਜ ਮੁਹੰਮਦ ਬਖਸ਼ਾ ਤੇ ਕੌਣ ਕਰੇ ਰਖਵਾਲੀ ਕੋਈ ਨਹੀਂ ਜੇ ਕਰਦਾ ਸੱਚੀ ਗੱਲ ਜੇ ਰੱਬੇ ਕਾਬਾ ਦੀ ਕਸਮ ਹੈ ਸਾਡੇ ਤੇ ਬੀਤ ਦੀ ਬੀਤ ਮੈਨੂੰ ਪਤਾ ਜਿੰਨਾ ਮਰਜ਼ੀ ਵੀ ਕਰ ਲਓ ਨਾ ਬਾਬਾ ਜੀ ਮਾਂ ਪਿਓ ਦਾ ਅਹਿਸਾਸ ਰਹਿੰਦਾ ਵਸੱਲਮ ਦਾ ਫਰਮਾਨ ਕਿ ਕੁਰਬੇ ਕਿਆਮਤ ਦੀ ਨਿਸ਼ਾਨੀ ਹੈ ਹਜ਼ੂਰ ਕੀ ਹਜ਼ੂਰ ਨੇ ਫਰਮਾਇਆ ਵਕਤ ਬੜੀ ਤੇਜ਼ੀ ਨਾਲ ਗੁਜ਼ਰੇਗਾ ਜਿਹੜੇ ਦਿਨ ਨੇ ਉਹ ਘੰਟਿਆਂ ਦੇ ਬਰਾਬਰ ਹੋ ਜਾਣਗੇ ਜਿਹੜੇ ਹਫ਼ਤੇ ਨੇ ਉਹ ਦਿਨਾਂ ਦੇ ਬਰਾਬਰ ਹੋ ਜਾਣਗੇ ਜਿਹੜੇ ਸਾਲ ਨੇ ਉਹ ਮਹੀਨਿਆਂ ਦੇ ਬਰਾਬਰ ਹੋ ਜਾਣਗੇ ਕਿ ਟਾਈਮ ਦਾ ਪਤਾ ਨਹੀਂ ਲੱਗਦਾ ਟਾਈਮ ਏਡੀ ਤੇਜ਼ੀ ਦੇ ਨਾਲ ਗੁਜ਼ਰਦਾ ਪਿਆ ਔਰ ਬਾਬਾ ਜੀ ਟਾਈਮ ਗੁਜ਼ਰ ਜਾਣਾ ਅਗਰ ਇੱਕ ਬੰਦੇ ਨੇ ਅੱਲਾ ਦੀ ਨਾ ਫਰਮਾਨੀ ਵਿੱਚ ਟਾਈਮ ਗੁਜ਼ਾਰਦਾ ਪਿਆ ਤਾਂ ਟਾਈਮ ਉਹਦਾ ਵੀ ਗੁਜ਼ਰ ਜਾਣਾ ਇੱਕ ਬੰਦਾ ਅੱਲਾ ਨੂੰ ਯਾਦ ਕਰਕੇ ਟਾਈਮ ਗੁਜ਼ਾਰਦਾ ਪਿਆ ਤਾਂ ਟਾਈਮ ਉਹਦਾ ਵੀ ਗੁਜ਼ਰ ਜਾਣਾ ਜਿਸ ਬੰਦੇ ਨਮਾਜ਼ ਪੜ੍ਹੀ ਦਿਨ ਤਾਂ ਉਹਦਾ ਵੀ ਗੁਜ਼ਰ ਗਿਆ ਜਿਸ ਬੰਦੇ ਨਹੀਂ ਪੜ੍ਹੀ ਦਿਨ ਉਹਦਾ ਵੀ ਗੁਜ਼ਰ ਗਿਆ ਕਿ ਨਹੀਂ ਬਾਬਾ ਜੀ ਜ਼ਰਾ ਬੋਲਿਆ ਜੀ ਗੁਜ਼ਰ ਗਿਆ ਨਾ ਅਤੇ ਬਿਹਤਰ ਹੈ ਵੇ ਕਿ ਤੇਰਾ ਅਤੇ ਮੇਰਾ ਦਿਨ ਐਸਾ ਗੁਜ਼ਰਨਾ ਚਾਹੀਦਾ ਹੈ ਕਿ ਜਿਹੜਾ ਅੱਲਾਹ ਅਤੇ ਉਹਦੇ ਰਸੂਲ ਦੀ ਰਜ਼ਾ ਵਿੱਚ ਗੁਜ਼ਰੇ ਅੱਲਾਹ ਅਤੇ ਉਹਦੇ ਰਸੂਲ ਦੀ ਮੁਹੱਬਤ ਵਿੱਚ ਗੁਜ਼ਰੇ ਐਸਾ ਦਿਨ ਗੁਜ਼ਰਨਾ ਚਾਹੀਦਾ ਔਰ ਮੈਂ ਕਹਿੰਦਾ ਖੁਸ਼ ਨਸੀਬ ਉਹ ਵਾਲਦੈਨ ਹੁੰਦੇ ਨੇ ਆਹ ਵੀਡੀਓ ਬਣਦੀ ਪਈ ਹੈ ਤਿੰਨ ਕੈਮਰੇ ਲੱਗੇ ਨੇ ਪੂਰੀ ਦੁਨੀਆ 'ਤੇ ਸੁਬਹਾ ਚੱਲ ਜਾਣੀ ਹੈ ਵੀਡੀਓ ਮੈਂ ਕਹਿੰਦਾ ਖੁਸ਼ ਨਸੀਬ ਉਹ ਵਾਲਦੈਨ ਨੇ ਖੁਸ਼ ਨਸੀਬ ਉਹ ਬਾਪ ਏ ਖੁਸ਼ ਨਸੀਬ ਉਹ ਮਾਂ ਏ ਤੁਸੀਂ ਆਖੋਗੇ ਸੁਲਤਾਨੀ ਸਾਹਿਬ ਕਿਹੜੇ ਮੈਂ ਕਹਿੰਦਾ ਖੁਸ਼ ਨਸੀਬ ਉਹ ਵਾਲਦੈਨ ਨੇ ਕਿ ਜਿਹੜੇ ਐਸੀ ਔਲਾਦ ਪਿੱਛੇ ਛੱਡ ਕੇ ਜਾਂਦੇ ਨੇ ਕਿ ਜਿਹੜੇ ਵਾਲਦੈਨ ਜ਼ਿੰਦਾ ਹੋਣ ਅਤੇ ਫਿਰ ਵੀ ਜਿਹੜੇ ਵਾਲਦੈਨ ਦੁਨੀਆ ਤੋਂ ਟੁੱਟ ਜਾਣ ਅਤੇ ਫਿਰ ਵੀ ਉਹਨਾਂ ਵਾਸਤੇ ਹੱਥ ਚੁੱਕ ਕੇ ਦੁਆ ਮੰਗਦੇ ਨੇ ਉਹਨਾਂ ਦੀ ਕਬਰ 'ਤੇ ਜਾਂਦੇ ਨੇ ਉਹਨਾਂ ਵਾਸਤੇ ਦੁਆਏ ਬਖਸ਼ਿਸ਼ ਕਰਦੇ ਨੇ ਬਾਬਾ ਜੀ ਬੰਦਾ ਬੜਾ ਵੀ ਪੜ੍ਹ ਲਿਖ ਜਾਵੇ ਨਾ ਬੰਦਾ ਬੜਾ ਵੀ ਦੌਲਤਮੰਦ ਬਣ ਜਾਏ ਬੰਦਾ ਬੜਾ ਵੀ ਜਗੀਰਦਾਰ ਬਣ ਜਾਏ
ਤੇ ਜਿਹਨੇ ਮਾਂ ਪਿਓ ਦੀ ਕਦਰ ਨਹੀਂ ਨਾ ਕੀਤੀ, ਜਿਹਨੇ ਰਿਸ਼ਤਿਆਂ ਦੀ ਕਦਰ ਨਹੀਂ ਨਾ ਕੀਤੀ, ਜਿਹਨੇ ਚਾਚਿਆਂ ਮਾਮਿਆਂ ਤਾਈਆਂ ਪੁਫੀਆਂ ਦੀ ਕਦਰ ਨਹੀਂ ਨਾ ਕੀਤੀ, ਰੱਬੇ ਕਾਬਾ ਦੀ ਇੱਜ਼ਤ ਦੀ ਕਸਮ ਉਠਾ ਗਿਆ ਨਾ, ਅੱਲਾ ਤਬਾਰਕ ਵ ਤਾਲਾ ਫਰਮਾਉਂਦਾ ਮੈਨੂੰ ਤੇਰੀਆਂ ਨਮਾਜ਼ਾਂ ਦੀ ਵੀ ਲੋੜ ਨਹੀਂ। ਮੌਲਾ ਵਜ੍ਹਾ ਕੀ ਹੈ? ਅੱਲਾ ਫਰਮਾਉਂਦਾ ਨਮਾਜ਼ਾਂ ਉਹਨਾਂ ਦੀਆਂ ਕਬੂਲ ਹੋਣੀਆਂ ਨੇ ਜਿਹਨਾਂ 'ਤੇ ਸਾਰੇ ਰਿਸ਼ਤੇ ਵੀ ਰਾਜ਼ੀ ਨੇ, ਜਿਹਨਾਂ 'ਤੇ ਆਪਣੇ ਵੀ ਰਾਜ਼ੀ ਨੇ, ਜਿਹਨਾਂ 'ਤੇ ਬੇਗਾਨੇ ਵੀ ਰਾਜ਼ੀ ਨੇ। ਇਹ ਵੇਖੋ ਨਾ, ਵਾਲਦੈਨ ਦੁਨੀਆਂ ਤੋਂ ਚਲੇ ਗਏ ਅਤੇ ਇਹਨਾਂ ਨੂੰ ਮਾਂ ਬਾਪ ਦੀ ਦੁਆ ਲੱਗੀ ਹੋਈ ਹੈ, ਤੁਹਾਨੂੰ ਵੀ ਲੱਗੀ ਹੈ, ਸਾਨੂੰ ਵੀ ਲੱਗੀ। ਅੱਜ ਮੈਂ ਮਿੰਬਰ 'ਤੇ ਬੈਠਾ ਅਤੇ ਕੋਈ ਮੇਰੀ ਮਿਹਨਤ ਨਹੀਂ, ਇਹ ਕੋਈ ਮੇਰਾ ਇਲਮ ਨਹੀਂ, ਜਾਂ ਮੇਰੀ ਬੜਾਈ ਨਹੀਂ ਕਿ ਮੈਂ ਇੱਥੇ ਮਿੰਬਰ 'ਤੇ ਬੈਠਾ ਜਾਂ ਗੱਲ ਪਿਆ ਕਰਨਾ। ਅੱਲਾਹ ਦੀ ਇੱਜ਼ਤ ਦੀ ਕਸਮ ਉਠਾ ਕੇ ਨਾ, ਸਾਰਾ ਕਮਾਲ ਮਾਂ ਅਤੇ ਬਾਪ ਦੀਆਂ ਦੁਆਵਾਂ ਦਾ ਕਮਾਲ ਹੈ। ਵਾਲਦੈਨ ਦੀ ਦੁਆ ਬਾਬਾ ਜੀ ਐਸੀ ਹੈ, ਬੰਦੇ ਨੂੰ ਰੂੜੀ ਤੋਂ ਚੁੱਕ ਕੇ ਬਾਦਸ਼ਾਹ ਬਣਾ ਛੱਡਦੀ। ਇਹਨੂੰ ਆਮ ਗੱਲ ਨਾ ਸਮਝਿਓ, ਵਾਲਦੈਨ ਦੀ ਦੁਆ। ਅਤੇ ਫਿਰ ਦੂਸਰਾ ਤਸਵੀਰ ਦਾ ਰੁੱਖ ਵੇਖੋ, ਵਾਲਦੈਨ ਦੀ ਬਦਦੁਆ ਵੀ ਬੜਾ ਕੰਮ ਕਰਦੀ ਜੇ, ਜਿਵੇਂ ਵਾਲਦੈਨ ਦੀ ਦੁਆ ਕੰਮ ਕਰਦੀ ਹੈ ਨਾ ਕਿਬਲਾ, ਇੰਝ ਹੀ ਵਾਲਦੈਨ ਦੀ ਬਦਦੁਆ, ਜਿਸ ਬੰਦੇ ਨੂੰ ਵਾਲਦੈਨ ਦੀ ਬਦਦੁਆ ਲੱਗ ਜਾਏ, ਉਹਦੀ ਦੁਨੀਆ ਵੀ ਤਬਾਹ ਹੈ, ਉਹਦੀ ਕਬਰ ਵੀ ਤਬਾਹ ਹੈ, ਉਹਦਾ ਹਸ਼ਰ ਵੀ ਤਬਾਹ ਹੈ। ਕਿਉਂ? ਅੱਲਾਹ ਦਾ ਕੁਰਾਨ ਹੈ, 15 ਸਪਾਰਾ ਸੂਰਤ ਬਨੀ ਇਸਰਾਈਲ ਹੈ। ਮਾਸ਼ਾਅੱਲਾ, ਬੜੇ ਜ਼ੋਕ ਵਾਲੇ ਤੁਸੀਂ ਲੋਕ ਹੋ, ਪਿੰਡ ਦੇ ਸਾਰੇ ਸੋਹਣਾ ਸੁਣਦੇ ਹੋ, ਅਤੇ ਮੈਂ ਇਨਸ਼ਾਅੱਲਾ ਕੋਸ਼ਿਸ਼ ਕਰਾਂਗਾ ਕਿ ਐਸਾ ਪੜ੍ਹਾਂ, ਮੈਂ ਅੰਦਰੂ ਪੜ੍ਹਾਂ ਅਤੇ ਤੁਹਾਡੇ ਦਿਲ 'ਤੇ ਗੱਲ ਅਸਰ ਕਰ ਜਾਏ। ਅਤੇ ਬਾਬਾ ਜੀ ਤਵੱਜੋ ਫਰਮਾਣੀ, ਅਤੇ ਮਹਿਫਲਾਂ ਕੁਝ ਐਸੀਆਂ ਹੁੰਦੀਆਂ ਨੇ ਬੰਦੇ ਦੇ ਕਥਰੂ ਵੀ ਡਿੱਗ ਜਾਏ ਅਤੇ ਅੱਲਾ ਸਾਰੇ ਗੁਨਾਹ ਮਾਫ਼ ਫਰਮਾ ਛੱਡਦਾ। ਐਸ ਜ਼ੋਕ ਨਾਲ ਬਵੋ, ਐਸ ਸ਼ੌਕ ਨਾਲ ਬਵੋ ਕਿ ਗੱਲ ਕੋਈ ਅੰਦਰ ਬਹਿ ਜਾਏ, ਕੋਈ ਗੱਲ ਗਰ ਕਰ ਜਾਏ ਅਤੇ ਬੰਦੇ ਨੂੰ ਪਤਾ ਲੱਗੇ ਯਾਰ ਫਲਾਣੇ ਬੰਦੇ ਨੂੰ ਮੌਲਵੀ ਸੱਦਿਆ ਸੀ, ਗੱਲ ਕਰ ਗਿਆ, ਸੋਹਣੀ ਗੱਲ ਕਰ ਗਿਆ, ਸਾਡੇ ਦਿਲ 'ਤੇ ਅਸਰ ਕਰ ਗਈ। ਵਾਲਦੈਨ ਦੀ ਦੁਆ ਲਵੋ, ਵਾਲਦੈਨ ਦੀ ਬਦਦੁਆ ਨਾ ਲਵੋ। ਵਾਲਦੈਨ ਵਾਸਤੇ ਦੁਆ ਕਰਨੀ ਵੀ ਹੈ ਅਤੇ ਉਹਨਾਂ ਕੋਲ ਦੁਆ ਲੈਣੀ ਵੀ ਹੈ। ਉੱਚੀ ਬੋਲੋ ਜ਼ਰਾ ਸੁਭਾਨ ਅੱਲਾਹ। ਵਾਲਦੈਨ ਵਾਸਤੇ ਮਹਿਤਲਾ ਸਾਹਿਬ ਦੁਆ ਕਰਨੀ ਵੀ ਹੈ ਅਤੇ ਉਹਨਾਂ ਕੋਲੋਂ ਲੈਣੀ ਵੀ ਹੈ। ਤੁਸੀਂ ਮੈਨੂੰ ਆਖੋ ਕਿ ਸੁਲਤਾਨੀ ਸਾਹਿਬ ਕੁਰਾਨ ਵਿੱਚ ਕਿਤਲੇ ਹੈ ਵੇ ਕਿ ਵਾਲਦੈਨ ਵਾਸਤੇ? ਇਹ ਭਾਈ ਜਾਣ ਬਾਹਰ ਸੌਦੀਆਂ ਹੁੰਦੇ ਨੇ, ਆਏ ਨੇ ਛੁੱਟੀ, ਉਹਨਾਂ ਵਾਲਦੈਨ ਅਗਰ ਨਾ ਵੀ ਕਰਦੇ ਤਾਂ ਤੁਸੀਂ ਇਹਨਾਂ ਨੂੰ ਕੀ ਕਹਿ ਲੈਣਾ, ਜਾਂ ਮੈਂ ਇਹਨਾਂ ਨੂੰ ਕੀ ਕਹਿ ਲੈਣਾ, ਜਾਂ ਮਹੱਲੇ ਵਾਲਿਆਂ ਨੂੰ ਕੀ ਕਹਿ ਲੈਣਾ? ਆਪਣੇ ਦਿਲ ਦੀ ਮਰਜ਼ੀ ਹੈ ਨਾ, ਆਪਣੇ ਦਿਲ ਦੀ ਗੱਲ ਹੈ। ਪਰ ਉਹਨਾਂ ਨੂੰ ਪਤਾ ਸੀ ਨਾ, ਜੋ ਮੈਨੂੰ ਮਿਲਿਆ ਅੰਮਾ ਅਤੇ ਅੱਬੇ ਦੀ ਦੁਆ ਦਾ ਸਦਕਾ ਮਿਲਿਆ ਹੋਇਆ, ਜੋ ਮੈਨੂੰ ਮਿਲਿਆ ਮੇਰੀ ਭੈਣ ਦੀਆਂ ਦੁਆਵਾਂ ਦਾ ਸਦਕਾ ਮਿਲਿਆ ਹੋਇਆ। ਰੱਬੇ ਕਾਬਾ ਦੀ ਇੱਜ਼ਤ ਦੀ ਕਸਮ ਉਠਾ ਗਿਆ ਨਾ ਬਾਬਾ, ਇਹਨਾਂ ਦੀ ਦੁਆ ਲੈ ਲੈ, ਤੂੰ ਡੁੱਬਦਾ ਵੀ ਹੋਵੇਂਗਾ ਅਤੇ ਅੱਲਾ ਤੇਰਾ ਬੇੜਾ ਤਾਰ ਛੱਡੇਗਾ। ਜਿਹਦੇ ਪਿੱਛੇ ਮਾਂ ਦੀ ਦੁਆ ਹੈ, ਜਿਹਦੇ ਪਿੱਛੇ ਬਾਪ ਦੀ ਦੁਆ ਹੈ, ਜਿਹਨਾਂ ਪਿੱਛੇ ਇਹਨਾਂ ਹਸਤੀਆਂ ਦੀ ਦੁਆ ਹੈ। ਬਾਬਾ ਜੀ ਤਾਈਓ ਤੇ ਰੋਮੀਏ ਕਸ਼ਮੀਰ, ਮੀਆਂ ਮੁਹੰਮਦ ਬਖਸ਼ ਰਹਿਮਤੁੱਲਾ ਅਲੈਹ, ਮੀਆਂ ਸਾਹਿਬ ਨੇ ਕਲਮ ਉਠਾਈਏ, ਰੋਮੀਏ ਕਸ਼ਮੀਰ ਬੋਲੀ ਆਏ, ਮੀਆਂ ਸਾਹਿਬ ਆਨੇ ਨੇ ਸਦਾ ਨਾ ਬਾਗੀ। ਹੁਣ ਤਵੱਜੋ ਕਰਨੀ ਆ ਮੇਰੇ ਵੱਲ, ਹੈ ਸਦਾ ਨਾ ਬਾਗੀ, ਹੈ ਬੁੱਲੇ ਬੁੱਲੇ ਬੋਲੇ ਸੁਣੀ ਸਦਾ ਨਾ ਬਾਗੀ। ਮਹਿਤਲਾ ਸਾਹਿਬ ਅੱਜ ਮਾਂ ਵੀ ਵੇੜੇ ਕੋਈ ਨਹੀਂ, ਅੱਜ ਬਾਪ ਵੀ ਵੇੜੇ ਕੋਈ ਨਹੀਂ, ਅੱਜ ਅੱਲਾ ਨੇ ਰੰਗ ਲਾਏ ਨੇ, ਹਾਏ ਅੱਜ ਅੱਲਾ ਨੇ ਦੌਲਤ ਦਿੱਤੀ ਹੈ, ਅੱਜ ਅੱਲਾ ਨੇ ਇੱਜ਼ਤ ਦਿੱਤੀ ਹੈ। ਹੈ ਪਿੰਡ ਵਾਲੀ ਆ ਮਾਂ ਦੀਆਂ ਦੁਆਵਾਂ ਨਾਲ ਮਿਲੀ ਹੋਈ ਹੈ, ਹੇ ਮਾਂ ਦੀ ਦੁਆ ਲੱਗੀ ਹੋਈ ਹੈ। ਕਮਰ ਸਾਹਿਬ ਅੱਲਾ ਦੀ ਕਸਮ ਉਠਾ ਗਿਆ ਨਾ, ਹੈ ਜਿਹਨੇ ਮਾਂ ਦੀਆਂ ਦੁਆਵਾਂ ਲੈ ਲਈਆਂ ਨੇ, ਜਿਹਨੇ ਅੱਬੇ ਦੀਆਂ
ਦੁਆਵਾਂ ਲੈ ਲਈਆਂ ਨੇ, ਜਿਹਦੇ ਪਿੱਛੇ ਮਾਂ ਦੁਆ ਮੰਗਦੀ ਤੁਰ ਗਈ ਏ। ਮੌਲਾ ਮੇਰੇ ਪੁੱਤਰ ਦੀ ਖੈਰ ਹੋਵੇ, ਯਾ ਅੱਲਾ ਮੇਰੇ ਮੈਦਲੇ ਦੀ ਖੈਰ ਹੋਵੇ। ਸਜਣਾ ਮਾਵਾਂ ਦੁਖੀ ਨਾ ਕਰ ਜਾਇਆ ਨੇ, ਸਜਣਾ ਬਾਪ ਨਾਰਾਜ਼ ਨਾ ਕਰ ਜਾਇਆ ਨੇ। ਅੱਜ ਸੁਲਤਾਨੀ ਤੇਰੇ ਮਜਮੇ 'ਚ ਜੁਮਲੇ ਦੇ ਰਿਹਾ ਏ, ਹੈ ਜਿਹਨੇ ਮਾਂ ਦੀ ਦੁਆ ਲੈ ਲਈ ਏ, ਜਿਹਨੇ ਅੱਬੇ ਦੀ ਦੁਆ ਲੈ ਲਈ। ਇੱਧਰ ਸੁਣਿਓ ਜੀ, ਜਿਹਦੇ ਪਿੱਛੇ ਮਾਂ ਦੀ ਦੁਆ ਏ, ਜਿਹਦੇ ਪਿੱਛੇ ਬਾਪ ਦੀ ਦੁਆ ਏ। ਹੈ ਮੈਂ ਬੜੇ ਬੜੇ ਡੁੱਬਦੇ ਦਰਦੇ ਵੇਖੇ ਨੇ, ਅਲਾਮਾ ਸਾਹਿਬ ਅੱਲਾ ਦਾ ਕੁਰਾਨ ਕਹਿ ਰਿਹਾ ਏ, ਰੱਬੀ ਰਹਿਮ ਹੋ ਮਾਂ। ਆਏ ਹਾਏ ਸੁਣੀ, ਰੱਬੀ ਰਹਿਮ ਹੋ ਮਾਂ, ਇੱਧਰ ਵੇਖਣਾ ਈ, ਰੱਬੀ ਰਹਿਮ ਹੋ ਮਾਂ ਕਮਾ ਰੱਬਾ ਯਾਨੀ ਸਗੀਰਾ। ਫਰਮਾਇਆ ਇਹਨਾਂ ਵਾਸਤੇ ਦੁਆ ਮੰਗਿਆ ਰੇ, ਯਾ ਅੱਲਾ ਕਿਵੇਂ ਦੁਆ ਕਰਨੀ ਏ। ਅੱਲਾ ਨੇ ਫਰਮਾਇਆ ਇੰਜ ਦੁਆ ਮੰਗਣੀ ਆ, ਮੌਲਾ ਜਿਵੇਂ ਮੇਰੀ ਮਾਂ ਮੇਰੇ ਤੇ ਰਹਿਮ ਕਰਦੀ ਰਹੀ ਏ, ਜਿਵੇਂ ਮੇਰਾ ਅੱਪਾ ਮੇਰੇ ਨਾਲ ਪਿਆਰ ਕਰਦਾ ਰਿਹਾ ਏ। ਅੱਲਾ ਦੀ ਕਸਮ ਏ, ਮੈਂ ਤਲਾ ਜੁਮਲੇ ਸੁਣਿਆ ਰੇ, ਹੋਏ ਅੱਜ ਮਾਵਾਂ ਰੋਂਦੀਆਂ ਟੁਰੀ ਜਾਂਦੀਆਂ ਨੇ, ਹੋਏ ਅੱਜ ਮਾਵਾਂ ਖੈਰਾਂ ਮੰਗਦੀਆਂ ਮਰ ਜਾਂਦੀਆਂ ਨੇ, ਆਂਦੀਆਂ ਨੇ ਮੌਲਾ ਹੋਏ ਮੇਰੇ ਵੱਡੇ ਪੁੱਤਰ ਦੀ ਖੈਰ ਹੋਵੇ, ਯਾ ਅੱਲਾ ਮੇਰੇ ਛੋਟੇ ਦੀ ਖੈਰ ਹੋਵੇ। ਰੱਬੇ ਕਾਬਾ ਦੀ ਕਸਮ ਏ, ਅੱਜ ਸੁਲਤਾਨੀ ਤੇਰੇ ਵੇੜੇ ਆ ਕੇ ਕਹਿ ਰਿਹਾ ਏ, ਹੋਏ ਸਦਾ ਨਾ ਬਾਗੀ ਹੈ ਭੁੱਲ ਬੋਲੇ। ਇੱਥੇ ਸੁਣੀ ਹੁਣ, ਹੈ ਸਦਾ ਨਾ ਬਾਗੀ ਬਾਬਾ ਜੀ, ਹੈ ਸਦਾ ਨਾ ਬਾਗੀ। ਹੋਏ ਮੈਂ ਡੇਰੇ ਉਜੜਦੇ ਵੇਖੇ ਨੇ, ਹੈ ਮੈਂ ਹਵੇਲੀਆਂ ਉਜੜਦੀਆਂ ਵੇਖੀਆਂ ਨੇ, ਹੈ ਮੈਂ ਵਿਹੜੇ ਉਜੜਦੇ ਵੇਖੇ ਨੇ, ਹੈ ਜਿੰਨਾਂ ਪਿਓ ਨੂੰ ਗਾਲੀਆਂ ਦਿੱਤੀਆਂ ਨੇ, ਹੈ ਜਿੰਨਾਂ ਮਾਂ ਨੂੰ ਝਿੜਕ ਮਾਰੀ ਏ, ਹੈ ਜਿੰਨਾਂ ਮਾਂ ਨੂੰ ਦਾਬਾ ਮਾਰਿਆ ਏ। ਮੈਂ ਤਲਾ ਸਾ ਕਦੀ ਉਹਨਾਂ ਦੇ ਡੇਰੇ ਨਹੀਂ ਵਸੇ, ਕਦੀ ਉਹਨਾਂ ਦੇ ਵਿਹੜੇ ਨਹੀਂ ਵਸੇ। ਹੋਏ ਸਦਾ ਨਾ ਬਾਗੀ ਹੈ ਭੁੱਲ ਬੋਲੇ ਤੇ ਸਦਾ ਨਾ ਬਾਗੇ। ਇੱਧਰ ਵੇਖੀ ਬਾਬਾ, ਸਦਾ ਨਾ ਬਾਗੇ ਬਹਾਰਾਂ, ਹੋਏ ਸਦਾ ਨਾ ਮਹਾਪੇ। ਆਏ ਹਾਏ, ਹੋਏ ਸਦਾ ਨਾ ਮਹਾਪੇ, ਹੋਏ ਹੁਸੈਨ ਜਵਾਨੀ ਤੇ ਸਦਾ ਨਾ ਸੋਹਬਤ ਯਾਰਾਂ। ਬਾਬਾ ਜੀ ਮੇਰੇ ਨਬੀ ਦੀ 6 ਸਾਲ ਦੀ ਉਮਰ, ਮੇਰੇ ਨਬੀ ਮਾਂ ਦੇ ਸਾਹਮਣੇ ਬੈਠੇ ਹੋਏ ਨੇ, ਅੱਜ ਮਾਵਾਂ ਆਲੇ ਬੈਠੇ ਹੋ, ਅੱਜ ਮਾਂ ਵੀ ਮਰਦੀ ਹੋਵੇ, ਹੋਏ ਅੱਜ ਸਾਊਦੀਆ ਆਲੇ ਨੂੰ ਵੀ ਬੁਲਾ ਲੈਂਦੀ ਏ, ਅੱਜ ਮਸਕਤ ਵਾਲੇ ਨੂੰ ਵੀ ਬੁਲਾ ਲੈਂਦੀ ਏ, ਅੱਜ ਦੁਬਈ ਵਾਲੇ ਨੂੰ ਵੀ ਫੋਨ ਕਰਦੀ ਏ, ਹੈਰਾਨ ਲਿਆ ਮਾਵਾਂ ਜ਼ਿੰਦਾ ਆਉਣ, ਹੋਏ ਏਅਰਪੋਰਟ ਤੇ ਲੈਣ ਆ ਜਾਂਦੀਆਂ ਨੇ, ਆਪਣੇ ਪੁੱਤਰ ਨੂੰ ਫੋਨ ਕਰਕੇ ਪੁੱਛਦੀਆਂ ਨੇ, ਵੇ ਮੇਰੇ ਆ ਬੱਚਿਆ ਕਿਹੜੀ ਚੀਜ਼ ਖਾਣੀ ਆ, ਹੈ ਤੇਰੀ ਮਾਂ ਤੇਰੇ ਆਉਣ ਤੋਂ ਪਹਿਲਾਂ ਬਣਾ ਲਵੇਗੀ। ਹੋਏ ਮੈਤਲਾ ਸਾ ਮਾਂ ਤੇ ਮਾਂ ਆਉਂਦੀ ਏ, ਹੋਏ ਲੱਖਾਂ ਰਿਸ਼ਤੇ ਲੱਭ ਜਾਣ, ਮਾਂ ਵਰਗਾ ਰਿਸ਼ਤਾ ਕੋਈ ਨਹੀਂ, ਹੋਏ ਮਾਂ ਵਰਗਾ ਪਿਆਰ ਕੋਈ ਨਹੀਂ। ਅਗਲੇ ਦਿਨ ਮੈਂ ਮੰਜ਼ਰ ਵੇਖੀ ਆ, ਮੇਰੀਆਂ ਅੱਖਾਂ 'ਚ
ਉਥਰੋਂ ਆ ਗਏ ਬਾਬਾ ਜੀ ਛੋਟੀ ਈਦ ਦਾ ਦਿਹਾੜਾ ਏ ਇੱਧਰ ਵੇਖਿਓ ਛੋਟੀ ਈਦ ਦਾ ਦਿਨ ਵੇ ਹੈ ਮਾਂ ਨੇ ਚੁੱਲ ਤੇ ਬਾਬਾ ਜੀ ਆਂਡੀ ਰੱਖੀ ਹੋਈ ਏ ਹੈ ਸਾਰੇ ਪੁੱਤਰ ਮਾਂ ਦੇ ਚੰਗੇਰ ਤੇ ਬੈਠੇ ਹੋਏ ਨੇ ਬਾਬਾ ਜੀ ਮਾਂ ਕਿਸੇ ਨੂੰ ਖੀਰ ਖਵਾ ਰਹੀ ਏ ਹੈ ਮਾਂ ਕਿਸੇ ਨੂੰ ਖਾਣਾ ਖਿਲਾ ਰਹੀ ਏ ਹੈ ਪਿੰਡ ਵਾਲਿਆ ਜਦੋਂ ਸਾਰੇ ਪੁੱਤਰ ਮਾਂ ਦੇ ਸਾਹਮਣੇ ਬੈਠੇ ਹੋਏ ਨੇ ਜਦੋਂ ਸਾਰੇ ਜੰਮੇ ਮਾਂ ਦੇ ਸਾਹਮਣੇ ਬੈਠੇ ਹੋਏ ਨੇ ਹੈ ਮੈਤਲਾ ਸਾਹਿਬ ਜੁਮਲੇ ਜ਼ਾਇਆ ਨਾ ਕਰ ਜਾਇਆ ਨੇ ਅਚਾਨਕ ਮਾਂ ਦੀਆਂ ਅੱਖਾਂ ਵਿੱਚ ਅਥਰੋ ਆ ਗਏ ਅਚਾਨਕ ਮਾਂ ਜ਼ਾਰੋ ਕਤਾਰ ਰੋਣ ਲੱਗ ਪਈ ਏ ਵੱਡੇ ਪੁੱਤਰ ਨੇ ਮਾਂ ਨੂੰ ਜਫੇ ਮਾਰ ਲਏ ਨੇ ਸੁਣੀ ਯਾਰ ਆਂਦਾ ਅੰਮਾ ਅੱਜ ਈਦ ਦਾ ਦਿਹਾੜਾ ਏ ਅੱਜ ਵੀ ਰੋਣੀ ਪਈ ਏ ਅੰਮਾ ਅੱਜ ਤੇ ਖੁਸ਼ੀ ਦਾ ਵੇਲਾ ਏ ਅੰਮਾ ਤੇਰੇ ਪੁੱਤਰ ਤੇਰੇ ਸਾਹਮਣੇ ਬੈਠੇ ਹੋਏ ਨੇ ਹੈ ਮੈਤਲਾ ਸਾਹਿਬ ਮਾਂ ਦੇ ਅਥਰੋ ਆ ਗਏ ਨੇ ਰੋ ਕੇ ਕਹਿਣ ਲੱਗੀ ਮੇਰੇ ਉਹ ਬੱਚਿਓ ਅੱਜ ਮੈਨੂੰ ਤੁਹਾਡੇ ਵੀਰ ਪਰਦੇਸੀ ਦੀ ਯਾਦ ਆਈ ਆ ਹੋਏ ਅੱਜ ਮੈਨੂੰ ਸਾਊਦੀ ਵਾਲੇ ਦੀ ਯਾਦ ਆਈ ਏ ਅੱਜ ਮੇਰਾ ਪਰਦੇਸੀ ਮੇਰੇ ਵੇੜੇ ਆਉਂਦਾ ਅੱਜ ਮੇਰਾ ਪਰਦੇਸੀ ਮੇਰੇ ਕੋਲ ਆਉਂਦਾ ਅੱਜ ਕੱਪੜੇ ਵੀ ਨਵੇਂ ਪਾ ਲੈਂਦਾ ਅੱਜ ਖਾਣੇ ਵੀ ਮਾਂ ਦੇ ਹੱਥ ਦੇ ਖਾ ਲੈਂਦਾ ਹੋਏ ਰੋਣ ਵਾਲਿਆ ਉਹਨਾਂ ਸਾਊਦੀਆਂ ਵਾਲਿਆਂ ਨੂੰ ਪੁੱਛਿਆ ਰੇ ਉਹਨਾਂ ਪਰਦੇਸੀਆਂ ਨੂੰ ਪੁੱਛਿਆ ਰੇ ਹੈ ਜਿਨ੍ਹਾਂ ਦੇ ਵੇੜੇ ਮਾਂ ਕੋਈ ਨਹੀਂ ਹੈ ਜਿਨ੍ਹਾਂ ਨੂੰ ਸੀਨੇ ਲਾਉਣ ਵਾਲੀ ਕੋਈ ਨਹੀਂ ਹੈ ਜਿਨ੍ਹਾਂ ਦਾ ਮੱਥਾ ਚੁੰਮਣ ਵਾਲੀ ਕੋਈ ਨਹੀਂ ਹੈ ਮੈਤਲਾ ਤੇਰੇ ਮਜਮੇ ਦੇ ਅਥਰੂ ਆ ਗਏ ਨੇ ਹੈ ਮਰ ਜਾਣ ਜਿਨ੍ਹਾਂ ਦੀਆਂ ਮਾਵਾਂ ਉਹਨਾਂ ਦੇਂਦਾ ਕੌਣ ਨਮਾਜ਼ ਪੜ੍ਹ ਕੇ ਬਹਿ ਗਏ ਇਹ ਤੁਹਾਡਾ ਪਿੰਡ ਥਾਂ ਦਾ ਸਾਡਾ ਮਾਹੌਲ ਹੈ ਜ਼ਰਾ ਤਸੱਵਰ ਕਰਿਓ ਜ਼ਰਾ ਆਪਣੇ ਉਹ ਬਚਪਨ ਦੇਣ 'ਚ ਰੱਖਿਓ ਅਤੇ ਆਪਣੀ ਮਾਂ ਦਾ ਪਿਆਰ ਦੇਣ 'ਚ ਰੱਖਿਓ ਬਾਬਾ ਜੀ ਸਾਰੇ ਪੁੱਤਰ ਬੈਠੇ ਅਤੇ ਇੱਕ ਕੋਈ ਨਹੀਂ ਸੀ ਵਿੱਚ ਹੁਣ ਉਹਨਾਂ ਵੀਰਾਂ ਨੂੰ ਤਾਂ ਕੋਈ ਨਹੀਂ ਸੀ ਨਾ ਇੰਨਾ ਉਹਨਾਂ ਨੂੰ ਤਾਂ ਪੈਸਾ ਆਉਂਦਾ ਪਿਆ ਸੀ ਬਾਹਰੋਂ ਸੌਂਦੀ ਆ ਤੂੰ ਅਤੇ ਮਾਂ ਨੇ ਨਾ ਉਹਨਾਂ ਨੂੰ ਰੋਟੀ ਵੀ ਦੇਵੇ ਅਤੇ ਰੋਣ ਲੱਗ ਪਈ ਨਾ ਇਹ ਤਰ੍ਹਾਂ ਦਰਦ ਦਿਲ ਨਾਲ ਜੁਮਲਾ ਸੁਣ ਵੱਡੇ ਪੁੱਤਰ ਨੇ ਮਾਂ ਦੇ ਪੈਰ ਫੜ ਲਿਆ ਮਾਂ ਖੈਰ ਪਰੇਸ਼ਾਨ ਹੈ ਕਹਿਣ ਲੱਗੀ ਤੁਹਾਨੂੰ ਦੇਖ ਕੇ ਨਾ ਅੱਜ ਤੁਹਾਡੇ ਵੱਡੇ ਵੀਰ ਦੀ ਯਾਦ ਆ ਗਈ ਅੱਜ ਉਸ ਪਰਦੇਸੀ ਦੀ ਯਾਦ ਆ ਗਈ ਹੈ ਅੱਜ ਉਹ ਵੀ ਹੁੰਦਾ ਤੇ ਤੁਹਾਡੇ ਵਿੱਚ ਬਹਿੰਦਾ ਜਦੋਂ ਇੰਨੀ ਗੱਲ ਕੀਤੀ ਨਾ ਕਿਬਲਾ ਜੁਮਲੇ ਸੁਣਿਓ ਤੇ ਉਹ ਪੁੱਤਰ ਵੀ ਰੋਣ ਲੱਗ ਪਏ ਮਾਂ ਰੋਵੇ ਤੇ ਫਿਰ ਔਲਾਦ ਰੋ ਪੈਂਦੀ ਹੈ ਤੇ ਜਿਹੜੀ ਆਪ ਹੀ ਔਲਾਦ ਰਵਾਵੇ ਮਾਂ ਪਿਓ ਨੂੰ ਬਾਬਾ ਜਿਹੜਾ ਮਾਂ ਨੂੰ ਖੁਦ ਦੁੱਖ ਦੇਵੇ ਜਿਹੜਾ ਪਿਓ ਨੂੰ ਖੁਦ ਦੁੱਖ ਦੇਵੇ ਰੱਬੇ ਕਾਬਾ ਦੀ ਇੱਜ਼ਤ ਦੀ ਕਸਮ ਉਠਾ ਗਿਆ ਨਾ ਉਹ ਕਿੱਡਾ ਕੁ ਚੰਗਾ ਪੁੱਤਰ ਹੋਵੇਗਾ ਆਹ ਦੱਸੋ ਓਏ ਮਾਂ ਪਿਓ ਦਾ ਨਾਂ ਫਰਮਾਨ ਅੱਜ ਕਰਨ ਤੁਰ ਜੇ ਉਹਦਾ ਕਬੂਲ ਹੈ
ਉੱਚੀ ਤੇ ਬੋਲੋ ਉਹਦਾ ਕਬੂਲ ਹੈ ਮਾਂ ਪਿਓ ਦਾ ਨਾ ਫਰਮਾਨ ਤਾਂ ਜਦੀਆਂ ਜ਼ਾਨਾ ਪੜੇ ਉਹਦਾ ਕਬੂਲ ਹੈ ਪੰਜ ਨਮਾਜ਼ਾਂ ਪੜੇ ਕਬੂਲ ਹੈ ਸਦਕਾ ਜ਼ਕਾਤ ਕਰੇ ਕਬੂਲ ਹੈ ਉਹ ਚੱਲਿਓ ਕਬੂਲ ਉਹਦੀਆਂ ਹੁੰਦੀਆਂ ਨੇ ਜਿਹਨਾਂ ਮਾਂ ਪਿਓ ਨੂੰ ਵੀ ਸੀਨੇ ਲਾਇਆ ਹੁੰਦਾ ਜਿਹਨਾਂ ਮਾਂ ਪਿਓ ਨੂੰ ਵੀ ਰਾਜ਼ੀ ਕੀਤਾ ਅੱਜ ਮੁੰਡਾ ਜ਼ਰਾ ਥੋੜਾ ਜਿਹਾ ਜਵਾਨ ਹੋ ਜਾਏ ਨਾ ਉਹ ਅੱਬੇ ਨੂੰ ਅੱਖਾਂ ਕੱਢਣ ਲੱਗਦਾ ਕਹਿੰਦਾ ਅੱਬਾ ਤੂੰ ਪੁਰਾਣੇ ਦਿਨ ਦਾ ਤੈਨੂੰ ਨੀ ਪਤਾ ਦੁਨੀਆਂ 'ਚ ਕੀ ਪਿਆਉਂਦਾ ਪਿੰਡ 'ਚ ਕੀ ਪਿਆਉਂਦਾ ਸ਼ਹਿਰ 'ਚ ਕੀ ਪਿਆਉਂਦਾ ਉਹ ਮੈਂ ਕਿਹਾ ਚੱਲਿਆ ਜੇ ਤੂੰ ਜੰਮਿਆ ਨਹੀਂ ਸੈਂ ਤੇ ਅੱਬਾ ਉਦੋਂ ਵੀ ਅਕਲਮੰਦ ਸੀ ਇੱਧਰ ਵੇਖੋ ਮੇਰੇ ਵੱਲ ਮੈਂ ਬਾਬਾ ਜੀ ਪਿਓ ਦੀ ਸ਼ਾਨ ਦੱਸਣ ਲੱਗਾ ਅਜੇ ਤੂੰ ਜੰਮਿਆ ਵੀ ਨਹੀਂ ਸੈਂ ਹੈ ਅਜੇ ਤੂੰ ਪੈਦਾ ਵੀ ਨਹੀਂ ਸਾ ਹੋਇਆ ਤੇ ਲੋਕ ਉਦੋਂ ਵੀ ਤੇਰੇ ਅੱਬੇ ਕੋਲ ਮਸ਼ਵਰੇ ਲੈਂਦੇ ਸਨ ਨਾਰਾਏ ਤਕਬੀਰ ਨਾਰਾਏ ਰਿਸਾਲ ਅਜ਼ਮਤ ਸ਼ਾਨ ਮੁਸਤਫਾ ਅਜ਼ਮਤ ਵਾਲਦੈਨ ਤਵੱਜੋ ਤੁਸੀਂ ਕਰਨੀ ਹੈ ਮੇਰੇ ਵੱਲ ਜੀ ਚਾਰ ਵਜੇ ਦਾ ਟਾਈਮ ਉਹਨਾਂ ਦੱਸਿਆ ਨਮਾਜ਼ ਦਾ ਚਾਰ ਵਜੇ ਤੱਕ ਅਸੀਂ ਦੁਆ ਕਰ ਛੱਡਣੀ ਹੈ ਤੁਸੀਂ ਤਵੱਜੋ ਕਰੋ ਬਾਬਾ ਜੀ ਉਹ ਵੱਡੇ ਭਰਾ ਨੂੰ ਜਦੋਂ ਵੇਖਿਆ ਨਾ ਵੀ ਮਾਂ ਪਰੇਸ਼ਾਨ ਹੋ ਗਈ ਹੈ ਤੇ ਉਹਨੇ ਨਾ ਉੱਥੇ ਬਹਿ ਕੇ ਨਾ ਆਪਣੇ ਭਰਾ ਪਰਦੇਸੀ ਨੂੰ ਨੰਬਰ ਮਿਲਾਇਆ ਵੀ ਚਲੋ ਅੰਮਾ ਦੀ ਗੱਲ ਕਰਾਉਂਦੇ ਤੇਰਾ ਮਨ ਤਸੱਲੀ ਹੋ ਜਾਏਗੀ ਇਹ ਤੇਰੇ ਜੁਮਲੇ ਸੁਣਿਆ ਜੇ ਮਹਿਤਲਾ ਸਾਹਿਬ ਜਦੋਂ ਫੋਨ ਕੀਤਾ ਨਾ ਤੇ ਦੋ ਤਿੰਨ ਵਾਰੀ ਉਹਨੇ ਫੋਨ ਕੀਤਾ ਤੇ ਭਰਾ ਨੇ ਫੋਨ ਨਾ ਚੁੱਕਿਆ ਤੇ ਮਾਂ ਸਾਰਾ ਦਿਨ ਹੀ ਗਮਗੀਨ ਰਹੀ ਸਾਰੇ ਖੁਸ਼ੀਆਂ ਪੇ ਕਰਦੇ ਸਨ ਈਦ ਦਾ ਦਿਨ ਸੀ ਤੇ ਮਾਂ ਵੀ ਰੋਂਦੀ ਸੀ ਮਾਂ ਨੂੰ ਉਹ ਯਾਦ ਪਿਆਉਂਦਾ ਸੀ ਜਿਹੜਾ ਘਰ ਕੋਈ ਨਹੀਂ ਸੀ ਜਿਹੜਾ ਕਮਾਈ ਭੇਜਦਾ ਪਿਆ ਸੀ ਤੇ ਅੱਜ ਭਰਾਵਾਂ ਨੇ 1-5 ਲਿਆ ਬਾਬਾ ਜੀ ਅੱਲਾ ਦੀ ਕਸਮ ਹੈ ਪਰਦੇਸੀਆਂ ਦੀ ਕਮਾਈ ਤੇ ਪਿਛਲੇ ਯਾਸ਼ੀ ਕਰਦੇ ਨੇ ਅਲਲ ਐਲਾਨ ਕਹਿ ਰਿਹਾ ਤਾਂ ਪੱਖੇ ਬੰਦ ਕਰਦੇ ਸਾਰੇ ਅੰਦਰ ਜੁਮਲੇ ਸਮਾਪਤ ਕਰੇ ਗੱਲ ਬੜੀ ਵੱਡੀ ਜੀ ਇਹ ਜਿਹੜੇ ਪਰਦੇਸ ਹੁੰਦੇ ਨੇ ਨਾ ਸਾਨੂੰ ਪਤਾ ਹੁੰਦਾ ਵੀ ਉਹ ਅਸਲ ਪਤਾ ਕੀ ਆਉਂਦੇ ਨੇ ਉਹ ਆਉਂਦੇ ਨੇ ਅਸੀਂ ਯਾਸ਼ੀ ਨਹੀਂ ਕਰਦੇ ਮੈਂ ਤੁਹਾਨੂੰ ਵੇਖਿਆ ਨਾ ਮਹਿਤਲਾ ਸਾਹਿਬ ਤੇ ਮਾਂ ਸਾਰਾ ਦਿਨ ਹੀ ਰੋਣ ਦੇ ਪੁੱਤਰ ਨੇ ਫੋਨ ਕਿਉਂ ਨਹੀਂ ਚੁੱਕਿਆ ਤੁਹਾਡੇ ਵੀ ਪੁੱਤਰ ਬਰੂਨੇ ਮੁਲਕ ਹੋਣੇ ਨੇ ਬਾਬਾ ਜੀ ਜ਼ਰਾ ਤਸੱਵਰ ਕਰਿਓ ਯਾਰ ਦਰਦ ਦਿਲ ਨਾਲ ਇਹ ਤੇਰੇ ਅਥਰੂ ਆ ਗਏ ਨੇ ਤਕਰੀਰ ਸੁਣ ਕੇ ਇਹ ਹੀ ਮੇਰੀ ਮਿਹਨਤ ਹੈ ਇਹ ਹੀ ਤੁਹਾਡਾ ਬਹਿਣਾ ਵੇ ਬਾਬਾ ਜੀ ਲੰਗਰ ਖਾ ਕੇ ਨਹੀਂ ਟੁਰ ਜਾਈਦਾ ਗੱਲ ਅੰਦਰੂ ਸੁਣੀ ਦੀ ਹੈ ਤੇਰਾ ਇਹ ਅਥਰੂ ਵੀ ਡਿੱਗ ਪਿਆ ਤੇਰੇ ਦਿਲ ਦੀ ਦੁਨੀਆ ਅੱਲਾ ਬਦਲ ਛੱਡੇਗਾ ਅੱਲਾ ਤੇਰੇ ਬੱਚਿਆਂ ਦੀ ਕਿਸਮਤ ਬਦਲ ਛੱਡੇਗਾ ਅੱਲਾ ਤੇਰੇ ਬੱਚਿਆਂ ਦੇ ਨਸੀਬ ਬਦਲ ਛੱਡੇਗਾ ਬਾਬਾ ਜੀ ਤਾਈਓ ਤੇ ਰੋਮੀਏ ਕਸ਼ਮੀਰ ਮੀਆਂ ਮੁਹੰਮਦ ਬਖਸ਼ ਰਹਿਮਤੁੱਲਾ ਅਲੈਹ ਨੇ ਕਲਮ ਉਠਾਈਏ ਮੀਆਂ ਸਾਹਿਬ ਆਂਦੇ ਨੇ ਮਾਂ ਮਰੇ ਤੇ ਮਾਂ ਇੱਧਰ ਵੇਖੀ ਹੋਏ ਮਾਂ ਮਰੇ ਤੇ ਹੋਏ ਮਹਿਤਲਾ ਸਾਹਿਬ ਅੱਲਾ ਦੀ ਕਸਮ ਸੁਲਤਾਨੀ ਵੱਡੇ ਜੁਮਲੇ ਦੇ ਰਿਹਾ ਹੈ ਹੋਏ ਮਾਂ ਮਰੇ ਤੇ ਹੋਏ ਮਾਂ ਫੇ ਮੁਖ ਦੇ ਹਾਥਾਂ ਵੀਰ ਮਰੇ ਆਏ ਹਾਏ ਹਾਥਾਂ ਵੀਰ ਮਰੇ ਕੰਡੇ ਖਾਲੀ ਹੈ ਮਾਵਾਂ ਬਾਜੇ ਹੈ ਸੱਜਣਾ ਮਾਵਾਂ ਬਾਜ ਅੱਜ ਤੇਰੇ ਪਿੰਡ ਸੁਲਤਾਨੀ ਆਇਆ ਜੁਮਲੇ ਸੁਣੀ ਬਾਬਾ ਜੀ ਉਹਨੇ ਵੀਰ ਨੂੰ ਕਾਲ ਕੀਤੀ ਏ ਸਾਰਾ ਦਿਨ ਨੰਬਰ ਮਲਾਂਦਾ ਰਿਹਾ ਏ ਉਸ ਸੋਦੀ ਆਲੇ ਨੇ ਫੋਨ ਨਹੀਂ ਚੁੱਕਿਆ ਜਦੋਂ ਸ਼ਾਮ ਦਾ ਵੇਲਾ ਹੋਇਆ ਏ ਉਹਨੇ ਬਾਬਾ ਜੀ ਆਪਣੇ ਘਰ ਫੋਨ ਕੀਤਾ ਏ ਅੱਜ ਸੁਲਤਾਨੀ ਜੁਮਲੇ ਵੱਡੇ ਦੇਣ ਲਗਾ ਏ ਬਾਬਾ ਜੀ ਉਹਦੇ ਵੀਰ ਨੇ ਫੋਨ ਚੁੱਕਿਆ ਆਏ ਇਹ ਤੇਰੇ ਅਥਰੂ ਆ ਜਾਣੇ ਨੇ ਜ਼ਰਾ ਦਰਦੇ ਦਿਲ ਨਾਲ ਸੁਣਿਆ ਨੇ ਉਹਨੇ ਫੋਨ ਚੁੱਕ ਕੇ ਆਪਣੀ ਅੰਮਾ ਦੇ ਕੰਨ ਨਾਲ ਲਾਇਆ ਏ ਬਾਬਾ ਜੀ ਮਾਂ ਨੇ ਪਰਦੇਸੀ ਨਾਲ ਜਿਹੜੀ ਪਹਿਲੀ ਗੱਲ ਕੀਤੀ ਏ ਉਹਨੇ ਆਖਿਆ ਮੇਰੀ ਇਹ ਜਾਨੇ
ਮੇਰੀ ਇਹ ਜਾਣੇ ਸੁਬਾ ਦੀ ਮਾਂ ਪਰੇਸ਼ਾਨ ਏ ਮੌਲਾ ਖੈਰ ਹੋਵੇ ਮੇਰੇ ਪੁੱਤਰ ਨੇ ਫੋਨ ਨਹੀਂ ਚੁੱਕਿਆ ਹੇ ਮੇਰੇ ਸ਼ਹਿਜ਼ਾਦੀਆ ਕਿੱਥੇ ਤੁਰ ਗਿਆ ਸੈ ਹੇ ਬਾਬਾ ਜੀ ਜੁਮਲੇ ਸੁਣਿਆ ਨੇ ਉਸ ਨੌਜਵਾਨ ਦੀਆਂ ਅੱਖਾਂ ਚ ਅੱਥਰੂ ਆ ਗਏ ਰੋ ਕੇ ਕਹਿਣ ਲਗਾ ਅੰਮਾ ਹਾਜੀ ਕੰਮ ਜ਼ਰੂਰੀ ਮਿਲ ਗਿਆ ਸੀ ਅੰਮੀ ਜੀ ਮੈਂ ਈਦ ਦੀ ਨਮਾਜ਼ ਪੜ੍ਹ ਕੇ ਹਜ਼ਰਾਤ ਜੁਮਲੇ ਸੁਣਿਆ ਨੇ ਅਸਾਂ ਫਿਰ ਵੀ ਛੁੱਟੀ ਨਹੀਂ ਕੀਤੀ ਹਜੇ ਮੋਟਰਸਾਈਕਲਾਂ ਲੈ ਕੇ ਫਿਰਦੇ ਪਏ ਹੋ ਹਜੇ ਜ਼ਮੀਨਾਂ ਖਰੀਦ ਲਈਆਂ ਨੇ ਹਜੇ ਮਕਾਨ ਖਰੀਦ ਲਏ ਨੇ ਹਜੇ ਮਰੱਬੇ ਖਰੀਦ ਲਏ ਨੇ ਇਹ ਸਜਣਾ ਪਰਦੇਸੀਆਂ ਦੀ ਮਿਹਨਤ ਲੱਗੀ ਹੋਈ ਆ ਇਹ ਤੇਰੇ ਪੁੱਤਰਾਂ ਦੀ ਮਿਹਨਤ ਲੱਗੀ ਹੋਈ ਹੈ ਇਹ ਤੇਰੇ ਬਾਪ ਦੀ ਮਿਹਨਤ ਲੱਗੀ ਹੋਈ ਹੈ ਹੇ ਸਜਣਾ ਪਰਦੇਸੀ ਪਰਦੇਸੀ ਆਉਂਦੇ ਨੇ ਹੇ ਆਪਣੀ ਮਾਂ ਦੀ ਜੁਦਾਈ ਵਿੱਚ ਰੋਂਦੇ ਰਹਿੰਦੇ ਨੇ ਹੇ ਤੇ ਈਦ ਵਾਲੇ ਦਿਨ ਵੀ ਰੋ ਲੈਂਦੇ ਨੇ ਹੇ ਤੇ ਵੱਡੀ ਈਦ ਨੂੰ ਵੀ ਰੋ ਲੈਂਦੇ ਨੇ ਹੇ ਮਰ ਜਾਣ ਜਿਨ੍ਹਾਂ ਦੀਆਂ ਮਾਵਾਂ ਇੱਧਰ ਸੁਣੀ ਹੇ ਮਰ ਜਾਣ ਜਿਨ੍ਹਾਂ ਦੀਆਂ ਮਾਵਾਂ ਹਨੋ ਦੇਂਦਾ ਕੌਣ ਪਿਆਰੇ ਹੇ ਮਰ ਜਾਣ ਜਿਨ੍ਹਾਂ ਆ ਸਾਰਾ ਪਿੰਡ ਬੈਠਾ ਸਾਰਾ ਪਿੰਡ ਹੇ ਮਰ ਜਾਣ ਜਿਨ੍ਹਾਂ ਦੀਆਂ ਮਾਵਾਂ ਹਨੋ ਦੇਂਦਾ ਕੌਣ ਪਿਆਰੇ ਹੇ ਮਾਂ ਬਿਨਾ ਸਾਰੀ ਦੁਨੀਆ ਨੌਜਵਾਨਾਂ ਹੁਣ ਆਵਾਜ਼ਾਂ ਮਾਰ ਮਾਂ ਨਹੀਂ ਆਏਗੀ ਹੁਣ ਦਵਾਵਾਂ ਮੰਗੋਗੇ ਹੇ ਭਾਈ ਕੈਸਰ ਤੇਰੇ ਮਜਮੇ ਦੀਆਂ ਅੱਖਾਂ ਨਵੇਂ ਹੋ ਗਈਆਂ ਨੇ ਹੇ ਲੋਕੀ ਦਵਾਵਾਂ ਕਰਦੇ ਨੇ ਅੰਮਾ ਇੱਕ ਵਾਰੀ ਖਾਬ ਚ ਯਾਰ ਇੱਕ ਵਾਰੀ ਖਾਬ ਚ ਯਾਰ ਉਹਨਾਂ ਵੀਰਾਂ ਨੂੰ ਪੁੱਛਿਆ ਜੇ ਜਿਨ੍ਹਾਂ ਦੀ ਭੈਣ ਜੁਦਾਈਆਂ ਪਾ ਗਈ ਏ ਹੋਏ ਅੱਜ ਪਨੇਵੇਂ ਮਾਮਿਆਂ ਨੂੰ ਜੱਫੇ ਮਾਰਦੇ ਹੋਣੇ ਨੇ ਹਾਂਦੇ ਹੋਣੇ ਨੇ ਮਾਮੂ ਜੀ ਸਾਡੀ ਅੰਮੀ ਲੈ ਆਇਆ ਜੇ ਮਾਮੂ ਜੀ ਸਾਡੀ ਮਾਂ ਜੁਦਾਈਆਂ ਪਾ ਗਈ ਏ ਹੇ ਸੱਜਣਾ ਜਿਨ੍ਹਾਂ ਦੀਆਂ ਭੈਣਾਂ ਡਰ ਜਾਂਦੀਆਂ ਨੇ ਮਹਿਤਲਾ ਸਾਹਿਬ ਉਹਨਾਂ ਦੇ ਵਿਹੜੇ ਉਜੜੀ ਜਾਂਦੇ ਨੇ ਹੇ ਕਿਵੇਂ ਪਿਆਰ ਕਰਦੀ ਹੋਣੀ ਹੇ ਕਿਵੇਂ ਆਉਂਦੀ ਹੋਣੀ ਏ ਮਾਮੂ ਦੀ ਜਾਨਾ ਅੱਜ ਤੁਹਾਡੇ ਮਾਮੂ ਦਾ ਫੋਨ ਆਇਆ ਏ ਅੱਜ ਮੇਰੇ ਵੀਰ ਨੇ ਮੇਰੇ ਵਿਹੜੇ ਆਉਣਾ ਏ ਹੇ ਸੱਜਣਾ ਭੈਣਾਂ ਨੂੰ ਚਾਹ ਚੜ ਜਾਂਦੇ ਨੇ ਸੁਣੀ ਹੇ ਭੈਣਾਂ ਨੂੰ ਚਾਹ ਚੜ ਜਾਂਦੇ ਨੇ ਹੇ ਅੱਜ ਮੇਰਾ ਵੀਰ ਆਏਗਾ ਹੇ ਅੱਜ ਮੇਰਾ ਵੀਰਾ ਆਏਗਾ ਹੇ ਸ਼ਾਲਾ ਮਰਨ ਨਵੀਰ ਕਿਸੇ ਦੇ ਆਏ ਹਾਏ ਹੇ ਸ਼ਾਲਾ ਮਰਨ ਸੁਣਿਓ ਜੀ ਹੇ ਸ਼ਾਲਾ ਮਰਨ ਨਵੀਰ ਕਿਸੇ ਦੇ ਸ਼ਾਲਾ ਮਰਨ ਅਗਲੇ ਦਿਨ ਮੈਨੂੰ ਇੱਕ ਭੈਣ ਫੋਨ ਕਰਕੇ ਆਉਂਦੀ ਏ ਆਉਂਦੀ ਏ ਮੌਲਵੀ ਜੀ ਤੇਰੀਆਂ ਤਕਰੀਰਾਂ ਸੁਣ ਕੇ ਰੋਨੀ ਆ ਮੈਂ ਕਿਹਾ ਨਹੀਂ ਭੈਣੇ ਕੀ ਹੋਇਆ ਏ ਆਉਂਦੀ ਏ ਮੌਲਵੀ ਜੀ ਅੱਜ ਵੀਰ ਮੇਰਾ ਕੋਈ ਨਹੀਂ ਅੱਜ ਮੈਨੂੰ ਸੀਨੇ ਲਾਉਣ ਵਾਲਾ ਕੋਈ ਨਹੀਂ ਅੱਜ ਮੇਰੀਆਂ ਈਦਾਂ ਲੈ ਕੇ ਆਉਣ ਵਾਲਾ ਕੋਈ ਨਹੀਂ ਹੇ ਨੌਜਵਾਨਾਂ ਅੱਲਾ ਤੇਰੇ ਅਥਰੂ ਸਲਾਮਤ ਰੱਖੇ ਹੇ ਰੋਂਦਾ ਹੋਵੇ ਜਿਨ੍ਹਾਂ ਮਾਂ ਨੂੰ ਯਾਦ ਕੀ
ਕੀਤਾ ਏ ਹੈ ਰੋਂਦਾ ਹੋਵੇ ਜਿਨ੍ਹਾਂ ਭੈਣਾਂ ਨੂੰ ਸੀਨੇ ਲਾ ਲਿਆ ਏ ਹੈ ਰੋਂਦਾ ਹੋਵੇ ਜਿਨ੍ਹਾਂ ਪਿਓ ਨੂੰ ਸੀਨੇ ਲਾ ਲਿਆ ਏ ਸਜਣਾ ਕਦੀ ਭੈਣ ਨੂੰ ਝਿੜਕ ਨਾ ਮਾਰਿਆ ਰੇ ਹੋਏ ਇਹਨਾਂ ਨੂੰ ਵੀਰ ਦੇ ਵਿਹੜੇ ਦੇ ਬੜੇ ਮਾਣ ਆਉਂਦੇ ਨੇ ਇਹਨਾਂ ਨੂੰ ਭਰਾਵਾਂ ਦੇ ਬੜੇ ਮਾਣ ਆਉਂਦੇ ਨੇ ਹੋਏ ਅੱਜ ਵੀਰੀ ਚੌਧਰੀ ਹੋਵੇ ਭੈਣ ਦੀ ਅੱਡੀ ਜ਼ਮੀਨ ਤੇ ਨਹੀਂ ਲੱਗਦੀ ਆਂਦੀ ਏ ਮੇਰਾ ਵੀਰ ਚੇਅਰਮੈਨ ਏ ਆਂਦੀ ਏ ਮੇਰਾ ਵੀਰ ਐਮਐਨ ਏ ਆਂਦੀ ਏ ਮੇਰਾ ਵੀਰ ਐਮਪੀਏ ਹਜ਼ਰਾ ਜੁਮਲੇ ਸੁਣ ਜਾਇਆ ਰੇ ਰੱਬੇ ਕਾਬਾ ਦੀ ਕਸਮ ਉਠਾ ਕੇ ਆਨਾ ਵਾਂ ਆਪਣੀਆਂ ਭੈਣਾਂ ਨੂੰ ਸੀਨੇ ਲਾ ਲਿਆ ਰੇ ਆਪਣੀਆਂ ਧੀਆਂ ਨੂੰ ਸੀਨੇ ਲਾ ਲਿਆ ਰੇ ਆਪਣੀ ਮਾਂ ਨੂੰ ਸੀਨੇ ਲਾ ਲਿਆ ਰੇ ਅੱਜ ਸੁਲਤਾਨੀ ਤੇਰੇ ਪਿੰਡ ਆ ਕੇ ਕਹਿ ਰਿਹਾ ਏ ਜਿੰਨੇ ਮਾਂ ਨੂੰ ਸਤਾਇਆ ਜੀ ਬਾਬਾ ਜੀ ਬਾਬਾ ਹੈ ਜਿੰਨੇ ਮਾਂ ਨੂੰ ਸਤਾਇਆ ਇਹ ਸੁਣ ਜਾਈ ਸ਼ੇਰ ਮੇਰੇ ਕੋਲ ਸੁਣ ਜਾਈ ਹੈ ਜਿੰਨੇ ਮਾਂ ਨੂੰ ਸਤਾਇਆ ਹੈ ਦਿਲ ਪਿਓ ਦਾ ਦੁਖਾਇਆ ਆਏ ਹਾਏ ਹੈ ਜਿੰਨੇ ਮਾਂ ਨੂੰ ਸਤਾਇਆ ਰੱਬੇ ਕਾਬਾ ਦੀ ਕਸਮ ਹੈ ਬਾਬਾ ਜੁਮਲੇ ਸੁਣਿਆ ਰੇ ਹੈ ਜਿੰਨੇ ਮਾਂ ਨੂੰ ਸਤਾਇਆ ਹੈ ਦਿਲ ਪਿਓ ਦਾ ਦੁਖਾਇਆ ਇਹਨਾਂ ਦੋਵਾਂ ਨੂੰ ਰੋਲਾਇਆ ਉਹਨੇ ਅਰਸ਼ ਹਿਲਾਇਆ ਸੁਣੀ ਸੁਣੀ ਇਹਨਾਂ ਦੋਵਾਂ ਨੂੰ ਰੋਲਾਇਆ ਅੱਜ ਬੀਵੀ ਦੀ ਆਖੇ ਲੱਗ ਕੇ ਮਾਂ ਨੂੰ ਗਾਲਾਂ ਅੱਜ ਬੀਵੀ ਦੇ ਪਿੱਛੇ ਲੱਗ ਕੇ ਪਿਓ ਨੂੰ ਗਾਲਾਂ ਆਂਦਾ ਮੇਰੀ ਬੀਵੀ ਚੰਗੀ ਏ ਆਂਦਾ ਮੇਰੀ ਮਾਂ ਨਹੀਂ ਚੰਗੀ ਆਂਦਾ ਮੇਰਾ ਅੱਬਾ ਚੰਗਾ ਏ ਆਂਦਾ ਮੇਰੀ ਬੀਵੀ ਮੇਰੇ ਸਾਖੇ ਲੱਗਦੀ ਏ ਮੈਂ ਕਿਹਾ ਸੱਜਣਾ ਨਾ ਨਾ ਕਦੀ ਬੀਵੀਆਂ ਦੇ ਪਿੱਛੇ ਲੱਗ ਗਏ ਕਦੀ ਪਿਓ ਨੂੰ ਦੁਖੀ ਨਾ ਕਰਿਆ ਰੇ ਕਦੀ ਬੀਵੀਆਂ ਦੇ ਪਿੱਛੇ ਲੱਗ ਗਏ ਕਦੀ ਮਾਂ ਨੂੰ ਗਾਲੀ ਨਾ ਦਿਆ ਰੇ ਹੋਏ ਨੌਜਵਾਨੋ ਜੁਮਲੇ ਸੁਣਿਆ ਰੇ ਹਲਲ ਐਲਾਨ ਸੁਲਤਾਨੀ ਕਹਿ ਰਿਹਾ ਏ ਹੋਏ ਜਿੰਨੇ ਮਾਂ ਨੂੰ ਸਤਾਇਆ ਸੋਹਣਾ ਸੁਣ ਗਏ ਹੋ ਸੋਹਣਾ ਸੁਣ ਗਏ ਹੋ ਹੋਏ ਜਿੰਨੇ ਮਾਂ ਨੂੰ ਸਤਾਇਆ ਹੋਏ ਦਿਲ ਪਿਓ ਦਾ ਦੁਖਾਇਆ ਆਏ ਹਾਏ ਮੈਨੂੰ ਬਾਬਾ ਜੀ ਅਗਲੇ ਦਿਨ ਇਟਲੀ ਤੋਂ ਫੋਨ ਕਰਕੇ ਮੁੰਡਾ ਰੋਂਦਾ ਏ ਆਂਦਾ ਕਾਰੀ ਸਾਹਿਬ ਮੇਰੇ ਅੱਬੇ ਦੇ ਖਤਮ ਦੇ ਜਾਣਾ ਰੇ ਕਾਰੀ ਸਾਹਿਬ ਮੇਰੇ ਅੱਬੇ ਦੇ ਇਸ ਹਾਲੇ ਸਵਾਬ ਤੇ ਜਾਣਾ ਰੇ ਇਟਲੀ ਤੋਂ ਫੋਨ ਕਰਕੇ ਰੋਈ ਜਾ ਰਿਹਾ ਏ ਮੈਂ ਕਿਹਾ ਨੌਜਵਾਨਾਂ ਕਿਉਂ ਰੋਣਾ ਏ ਆਂਦਾ ਕਾਰੀ ਸਾਹਿਬ ਅੱਜ ਮੇਰਾ ਵਿਹੜਾ ਉਜੜ ਗਿਆ ਰੇ ਅੱਜ ਮੇਰੀ ਰੌਣਕ ਮੁੱਕ ਗਈ ਏ ਅੱਜ ਵਿਹੜੇ ਦਾ ਸਰਬਰਾ ਟੁਰ ਗਿਆ ਰੇ ਅੱਜ ਸਾਡਾ ਚੌਧਰੀ ਅੱਬਾ ਦੁਨੀਆ ਛੱਡ ਗਿਆ ਏ ਅੱਜ ਸਾਨੂੰ ਪਾਲਣ ਵਾਲਾ ਕਬਰਸਤਾਨ ਡੇਰੇ ਲਾ ਲਏ ਨੇ ਅੱਜ ਸਾਨੂੰ ਜਵਾਨ ਕਰਨ ਵਾਲਾ ਅੱਜ ਜਨਾਜ਼ਾ ਹੋਇਆ ਕਾਰੀ ਸਾਹਿਬ ਮੈਂ ਅੱਬੇ ਦੇ ਜਨਾਜ਼ੇ ਤੇ ਨਹੀਂ ਜਾ ਸਕਿਆ ਕਾਰੀ ਸਾਹਿਬ ਮੈਂ ਸਾਰੀ ਰਾਤ ਰੋਂਦਾ ਰਿਹਾ ਵਾਂ ਮੈਂ ਕਿਹਾ ਮੌਲਾ ਹੈ ਜਿਸ ਪਿਓ ਨੇ ਸਾਡੇ ਵਾਸਤੇ ਮਿਹਨਤਾਂ ਕੀਤੀਆਂ ਨੇ ਜਿਹੜਾ ਸਾਰੀ ਜ਼ਿੰਦਗੀ ਡੰਗਰ ਚਰਾਉਂਦਾ ਰਿਹਾ ਏ ਜਿਹੜਾ ਸਾਰੀ ਜ਼ਿੰਦਗੀ ਮੱਝਾਂ ਚਰਾਉਂਦਾ ਰਿਹਾ ਏ ਜਿਹੜਾ ਸਾਰੀ ਜ਼ਿੰਦਗੀ ਡੇਰੇ ਬਣਾਉਂਦਾ ਰਿਹਾ ਏ ਇੱਧਰ ਬਾਬਾ ਮੇਰੇ ਵੱਲ ਵੇਖਿਆ ਰੇ ਇਹਨੇ ਡੇਰਾ ਬਣਾਇਆ ਤੇ ਪੁੱਤਰਾਂ ਵਾਸਤੇ ਇਹ ਸੁਣੀ ਪਿਓ ਕੀ ਹੁੰਦਾ ਇਹਨੇ ਡੇਰਾ ਬਣਾਇਆ ਤੇ ਪੁੱਤਰਾਂ ਵਾਸਤੇ ਇਹਨੇ ਹਵੇਲੀ ਬਣਾਈ ਤੇ ਪੁੱਤਰਾਂ ਵਾਸਤੇ ਇਹਨੇ ਮੱਝਾਂ ਬਣਾਈਆਂ ਤੇ ਪੁੱਤਰਾਂ ਵਾਸਤੇ ਇਹਨੇ ਜ਼ਮੀਨਾਂ ਬਣਾਈਆਂ ਤੇ ਪੁੱਤਰਾਂ ਵਾਸਤੇ ਇਹਨੇ ਦੁਕਾਨਾਂ ਬਣਾਈਆਂ ਤੇ ਪੁੱਤਰਾਂ ਵਾਸਤੇ ਆਂਦਾ ਕਾਰੀ ਸਾਹਿਬ ਅੱਜ ਮੇਰਾ ਪਿਓ ਮਰ ਗਿਆ ਜੇ ਅੱਜ ਮੇਰਾ ਅੱਬਾ ਮੇਰਾ ਵਿਹੜਾ ਛੱਡ ਗਿਆ
ਗਿਆ ਰੇ, ਅੱਜ ਮੇਰਾ ਬਾਪ ਸਾਡੀ ਗੁੱਲੀ ਛੱਡ ਗਿਆ ਰੇ। ਸਜਣਾ ਬੀਵੀਆਂ ਫਿਰ ਵੀ ਲੱਭ ਜਾਂਦੀਆਂ ਨੀ, ਸਜਣਾ ਮਾਂ ਪਿਓ ਫਿਰ ਨਹੀਂ ਜੇ ਆਉਂਦੇ। ਹੈ ਸਜਣਾ ਚਿੱਟੀ ਦਾੜੀ ਵਾਲੇ ਨੂੰ ਦੁਖੀ ਨਾ ਕਰਿਆ ਰੇ, ਹੈ ਚਿੱਟੀ ਦਾੜੀ ਵਾਲੇ ਦੇ ਅਥਰੋਂ ਨਾ ਆਉਣ ਦੇ ਆ ਰੇ। ਮੈਤਲਾ ਸਾਹਿਬ ਆਪਣੇ ਅੱਪੇ ਦੇ ਸਾਹਮਣੇ ਹੱਥ ਬੰਨ ਲਿਆ ਰੇ, ਆਖਿਆ ਜੇ ਅੱਪੂ ਜੀ ਅਸੀਂ ਤੁਹਾਡੇ ਨੌਕਰ ਹਾਂ, ਅੱਪੂ ਜੀ ਅਸੀਂ ਤੁਹਾਡੇ ਗੁਲਾਮ ਹਾਂ। ਇਟਲੀ ਬਹਿ ਕੇ ਮੁੰਡਾ ਪਿਆ ਰੋਂਦਾ ਏ, ਆਂਹਦਾ ਕਾਰੀ ਸਾਹਿਬ ਮੈਨੂੰ 5 ਲੱਖ ਦੀ ਲੋੜ ਪੈ ਗਈ। ਇੱਧਰ ਵੇਖਿਓ ਜੀ, ਸੁਣਿਓ ਗੱਲ, ਮੈਨੂੰ 5 ਲੱਖ ਦੀ ਲੋੜ ਪੈ ਗਈ। ਕੈਸਰ ਸਾਹਿਬ ਅੱਲਾ ਦੀ ਕਸਮੇ ਜੁਮਲੇ ਵੱਡੇ ਦੇਣ ਲਗਾਵਾਂ, ਆਂਹਦਾ ਮੈਂ ਸੱਜਣਾ ਨੂੰ ਆਖਿਆ ਮੈਨੂੰ ਪੈਸੇ ਚਾਹੀਦੇ ਨੇ, ਕਾਰੀ ਸਾਹਿਬ ਮੈਨੂੰ ਕਿਸੇ ਬਾਂਹ ਨਹੀਂ ਫੜਾਈ, ਕਾਰੀ ਸਾਹਿਬ ਮੇਰੇ ਰਿਸ਼ਤੇਦਾਰ ਮੈਨੂੰ ਨਹੀਂ ਪੇ ਪੁੱਛਦੇ, ਕਾਰੀ ਸਾਹਿਬ ਮੇਰੇ ਆਪਣੇ ਵੀ ਮੈਨੂੰ ਪੈਸੇ ਨਹੀਂ ਦੇ ਰਹੇ। ਮੈਂ ਅੱਕ ਕੇ ਅੱਬੇ ਨੂੰ ਫੋਨ ਕੀਤਾ ਏ, ਹੈ ਨੌਜਵਾਨੋ ਰੋਣ ਵਾਲੀ ਉਹ ਜੁਮਲੇ ਸੁਣਿਆ ਰੇ। ਮੈਂ ਕਿਹਾ ਅੱਬੂ ਜੀ 5 ਲੱਖ ਦੀ ਲੋੜ ਪੈ ਗਈ ਏ, ਅਲਾਮਾ ਸਾਹਿਬ ਜੁਮਲੇ ਰੁਲਾ ਦਿੰਦੇ ਨੇ। ਆਂਹਦਾ ਬਾਪ ਨੇ ਆਖਿਆ ਪੁੱਤਰਾ ਇੱਥੇ ਸੁਣੀ, ਹੈ ਅੱਬੇ ਨੇ ਆਖਿਆ ਸ਼ਹਿਜ਼ਾਦਿਆ ਪਰੇਸ਼ਾਨ ਨਾ ਹੋਵੀਂ, ਹੈ 5 ਲੱਖ ਛੱਡ ਗਏ, ਹੈ ਮੈਂ 10 ਲੱਖ ਦੇਣ ਨੂੰ ਤਿਆਰ ਹਾਂ। ਹੈ ਸਜਣਾ ਜੁਮਲੇ ਸੁਲਤਾਨੀ ਦੇ ਸੁਣ ਜਾਇਆ ਰੇ। ਆਂਹਦਾ ਮੇਰੇ ਅੱਬੇ ਨੇ ਹਵੇਲੀ ਦਾ ਸੌਦਾ ਕੀਤਾ, ਸੁਣੀ ਬਾਬਾ, ਹੈ ਮੇਰੇ ਅੱਬੇ ਨੇ ਹਵੇਲੀ ਦਾ ਸੌਦਾ ਕੀਤਾ ਵੇ, ਉਹਨੇ ਮੈਨੂੰ 5 ਲੱਖ ਰੁਪਇਆ ਡੋਰਿਆ ਏ, ਤੇ ਇਹੋ ਰੋ ਕੇ ਕਹਿ ਰਿਹਾ ਏ, ਹੈ ਜਿੰਨੇ ਮਾਂ ਨੂੰ ਸਤਾਇਆ। ਇੱਕ ਵਾਰੀ ਸੱਜਾ ਹੱਥ ਬੁਲੰਦ ਕਰਨਾ ਹੀ ਇੱਕ ਵਾਰੀ ਮੇਰੇ ਨਾਲ, ਹੈ ਜਿੰਨੇ ਮਾਂ ਨੂੰ ਸਤਾਇਆ, ਹੈ ਦਿਲ ਪਿਓ ਦਾ ਦੁਖਾਇਆ। ਐ ਸਾਰੇ ਮਹਿਤਲਾ ਬੈਠੇ ਹੋਏ ਹੋ, ਸਾਰੀ ਦੁਨੀਆ ਵੀਡੀਓ ਵੇਖ ਰਹੀ ਏ, ਸੁਲਤਾਨੀ ਤੇਰੇ ਪਿੰਡ ਆ ਕੇ ਜੁਮਲੇ ਪੜਦਾ ਪਿਆ ਏ, ਜਿੰਨੇ ਮਾਂ ਨੂੰ ਸਤਾਇਆ ਦਿਲ ਪਿਓ ਦਾ ਦੁਖਾਇਆ, ਇਹਨਾਂ ਦੋਵਾਂ ਨੂੰ ਰੁਲਾਇਆ। ਮੈਨੂੰ ਪਿਛਲੇ ਸਾਲ ਵੀ ਆਂਦਾ ਸਾਊਦੀਆ ਪਿਆ ਵੱਸਦਾ, ਆਂਦਾ ਮੌਲਵੀ ਜੀ ਮੈਨੂੰ ਜੋ ਮਿਲਿਆ ਏ, ਇਹ ਮੇਰੀ ਅੰਮਾ ਦੀਆਂ ਦੁਆਵਾਂ ਦਾ ਸਦਕਾ ਮਿਲਿਆ ਏ, ਮੇਰੇ ਵੀਰਾਂ ਨੂੰ ਜੋ ਮਿਲਿਆ ਏ, ਇਹ ਮਾਂ ਦੀ ਦੁਆ ਦਾ ਸਦਕਾ ਮਿਲਿਆ ਏ, ਸਾਡੇ ਅੱਬੇ ਦੀਆਂ ਦੁਆਵਾਂ ਦਾ ਸਦਕਾ ਮਿਲਿਆ ਏ। ਹੋਏ ਸੱਜਣਾ ਮਾਂ ਪਿਓ ਦੀ ਦੁਆ ਹੋਏ ਬੰਦੇ ਦੇ ਰਿਜ਼ਕ ਦੇ ਦਰਵਾਜ਼ੇ ਖੋਲ੍ਹ ਦਿੰਦੀ ਆ, ਹੋਏ ਬੰਦੇ ਦੇ ਮਾਲ ਦੇ ਦਰਵਾਜ਼ੇ ਖੋਲ੍ਹ ਦਿੰਦੀ ਏ। ਸਾਰਾ ਪਿੰਡ ਸੋਚਦਾ ਵੇ ਇਹ ਬਣਾ ਕਿੱਥੋਂ ਰਹੇ ਨੇ, ਇਹ ਕਮਾ ਕਿੱਥੋਂ ਰਹੇ ਨੇ। ਮੈਂ ਕਿਹਾ ਚੱਲਿਆ ਨਾ ਨਾ, ਜਿਹਨੂੰ ਮਾਂ ਪਿਓ ਦੀ ਦਵਾ ਲੱਗ ਜਾਏ ਇੱਥੇ ਵੀ ਬੇੜਾ ਪਾਰ, ਉੱਥੇ ਵੀ ਬੇੜਾ ਪਾਰ। ਸੁਣੀ, ਜਿਹਨੂੰ ਮਾਂ ਦੀ ਦੁਆ ਲੱਗ ਗਈ ਆ, ਸੁਣੀ ਬਾਬਾ, ਜਿਹਨੂੰ ਮਾਂ ਦੀ ਦੁਆ ਲੱਗ ਗਈ ਏ ਇੱਥੇ ਵੀ ਬੇੜਾ ਪਾਰ, ਉੱਥੇ ਵੀ ਬੇੜਾ ਪਾਰ। ਤਾਂਹੀਓ ਤੇ ਸੁਲਤਾਨੀ ਕਹਿ ਰਿਹਾ ਏ, ਜਿਹਨੇ ਮਾਂ ਨੂੰ ਸਤਾਇਆ। ਅੱਜ ਤੇਰਾ ਪਿੰਡ ਗਵਾਈ ਦੇਵੇਗਾ ਕਿ ਸੁਲਤਾਨੀ ਦੇਖ ਗਿਆ, ਜਿਹਨੇ ਮਾਂ ਨੂੰ ਸਤਾਇਆ ਦਿਲ ਪਿਓ ਦਾ ਦੁਖਾਇਆ, ਇਹਨਾਂ ਦੋਵਾਂ ਨੂੰ ਰੁਲਾਇਆ, ਉਹਨੇ ਅਰਸ਼ ਹਿਲਾਇਆ। ਸੁਣੀ, ਪੜ ਖੋਲ ਕੇ ਕੁਰਾਨ, ਪੜ ਖੋਲ ਕੇ ਕੁਰਾਨ, ਰੱਬੀ ਰਹਿਮ ਹੁਮਾ ਕਮਾ ਰੱਬਾ ਯਾਨੀ ਸਗੀਰਾ। ਪਾੜੀ ਖੋਲ ਕੇ ਕੁਰਾਨ ਕਹਿੰਦਾ ਰੱਬ ਰਹਿਮਾਨ, ਰੱਬਾ ਨਗੀ ਫਿਰ ਲਈ, ਮੈਂ ਕੁਰਾਨ ਪੜ੍ਹਨਾ ਪਿਆ, ਰੱਬਾ ਨਗੀ ਫਿਰ ਲਈ, ਵਾਲੀ ਵਾਲੀ ਦਈਆ, ਵਾਲੀ ਵਾਲੀ ਦਈਆ, ਵਾਲੀ ਵਾਲੀ ਦਈਆ। ਪਾੜੀ ਖੋਲ ਕੇ ਕੁਰਾਨ ਕਹਿੰਦਾ
ਹੁੰਦਾ ਰੱਬ ਰਹਿਮਾਨ ਫਰਮਾਨ ਵਖਰਾ ਸ਼ਾਨ ਸਭ ਦੀ ਯਾਰੋ ਆਪੋ ਆਪਣੀ ਤੇ ਮਾਪਿਆਂ ਦਾ ਇੰਜ ਮੈਂ ਨਹੀਂ ਪੜਨਾ ਦੋ ਵੀ ਹੱਥ ਬੁਲੰਦ ਕਰਕੇ ਆਖਣਾ ਹੀ ਕੈਮਰਾਮੈਨ ਚੈੱਕ ਕਰ ਬੰਦੇ ਨੂੰ ਮਾਂ ਪਿਓ ਰਾਜ਼ੀ ਰੱਖਣ ਵਾਲੇ ਬੁੱਢੀਆਂ ਨਹੀਂ ਮਾਂ ਪਿਓ ਰਾਜ਼ੀ ਰੱਖਣ ਵਾਲੇ ਬੈਠੇ ਨੀ ਸੁਲਤਾਨੀ ਦੇ ਕਹਿਣ ਤੇ ਕਹਿ ਰਹੇ ਨੇ ਸ਼ਾਨ ਸਭ ਦੀ ਯਾਰੋ ਆਪੋ ਆਪਣੀ ਤੇ ਮਾਪਿਆਂ ਦਾ ਸ਼ਾਨ ਵੱਖਰਾ ਚੁੱਕੋ ਹੱਥ ਮਾਪਿਆਂ ਦਾ ਸ਼ਾਨ ਵੱਖਰਾ ਵੱਖਰਾ ਮਾਪਿਆਂ ਦਾ ਸ਼ਾਨ ਵੱਖਰਾ ਵੱਖਰਾ ਮਾਪਿਆਂ ਦਾ ਸ਼ਾਨ ਅਗਲੇ ਦਿਨ ਮੈਂ ਐ ਰਾਵਲ ਪਿੰਡੀ ਰੋਡ ਜੁਮਲੇ ਸੁਣਿਓ ਮੈਂ ਕਿਹਾ ਜਿਹੜਾ ਅੱਬੇ ਨੂੰ ਰਾਜ਼ੀ ਕਰਨਾ ਚਾਹੁੰਦਾ ਹੱਥ ਚੁੱਕੇ ਨੌਜਵਾਨ ਮੁੰਡਾ ਇੱਧਰ ਸੁਣਿਓ ਜੀ ਸਾਹਮਣੇ ਬੈਠਾ ਹੱਥ ਹੀ ਨਾ ਚੁੱਕੇ ਪਿਆ ਮੈਂ ਕਿਹਾ ਖੈਰ ਏ ਹੱਥ ਕਿਉਂ ਨਹੀਂ ਚੁੱਕਦਾ ਪਿਆ ਇਹ ਜੁਮਲੇ ਸੁਣਿਓ ਉਹਦਾ ਬਾਪ ਪਿੱਛੇ ਬੈਠਾ ਸੀ ਤਾਂ ਉਹਦਾ ਪਿਓ ਉੱਠ ਕੇ ਖਲੋ ਗਿਆ ਦੁਖੀਏ ਦੀ ਗੱਲ ਹਰ ਬੰਦਾ ਨਹੀਂ ਰੋਂਦਾ ਤੇ ਹਰ ਬੰਦਾ ਨਹੀਂ ਤੜਫਦਾ ਰੱਬੇ ਕਾਬਾ ਦੀ ਇੱਜ਼ਤ ਦੀ ਕਸਮੇ ਜੁਮਲੇ ਸੁਣਿਆ ਜੇ ਦੁਖੀਏ ਦੀ ਗੱਲ ਦੁਖੀਆ ਜਾਣੇ ਤੇ ਸੁਖੀਏ ਨੂੰ ਕੀ ਖਬਰਾਂ ਜਿਹੜੇ ਲੰਗਰ ਖਾਣ ਆਏ ਹੁਣ ਉਹਨਾਂ ਨੂੰ ਕੀ ਲੱਗੇ ਵੀ ਅੱਬਾ ਕੀ ਹੈ ਤੇ ਅੰਮਾ ਕੀ ਹੈ ਉਹਨਾਂ ਦੇ ਬੁੱਢੀ ਸਾਂਭੀ ਹੈ ਗੁੱਸਾ ਤਾਂ ਨਹੀਂ ਕਰ ਗਿਆ ਮੈਂ ਤੁਹਾਨੂੰ ਮਿਸਾਲ ਦੇਣ ਲੱਗਾ ਇੱਧਰ ਸੁਣਿਓ ਅਗਲੇ ਦਿਨ ਇੱਕ ਬੰਦੇ ਨੂੰ ਮੈਂ ਕਿਹਾ ਵੀ ਅੱਬੇ ਨੂੰ ਕੋਈ ਅੰਮਾ ਅੱਬੇ ਨੂੰ ਖਰਚਾ ਉਰਚਾ ਦਿੰਦੇ ਹੋ ਕੋਈ ਨਹੀਂ ਕਹਿੰਦਾ ਮਾਂ ਪਿਓ ਵਡੇਰਾ ਉਹਨਾਂ ਨੂੰ ਖਰਚੇ ਦੀ ਕਿਹੜੀ ਲੋੜ ਹੈ ਇਹ ਸੁਣਿਓ ਗੱਲ ਇਹ ਪੁੱਤਰ ਪਿਆਂਦਾ ਸੱਕਾ ਪੁੱਤਰ ਜੰਮਿਆ ਜਿਹਨੂੰ 9 ਮਹੀਨੇ ਮਾਂ ਨੇ ਅੰਦਰ ਰੱਖਿਆ ਤੇ 2 ਸਾਲ ਮਾਂ ਨੇ ਗੋਦ ਵਿੱਚ ਥੱਲੇ ਨਹੀਂ ਸੀ ਰੱਖਿਆ ਕਿ ਮੇਰੇ ਪੁੱਤਰ ਨੂੰ ਸਰਦੀ ਨਾ ਲੱਗ ਜਾਏ ਮੇਰੇ ਪੁੱਤਰ ਨੂੰ ਗਰਮੀ ਨਾ ਲੱਗ ਜਾਏ ਰੱਬੇ ਕਾਬਾ ਦੀ ਇੱਜ਼ਤ ਦੀ ਕਸਮੇ ਬਾਬਾ ਜੁਮਲੇ ਸੁਣਨ ਵਾਲੇ ਜੇ ਮੈਂ ਕਿਹਾ ਖਰਚਾ ਕਹਿੰਦਾ ਕਾਰੀ ਸਾਹਿਬ ਕੋ ਅਕਲ ਨੂੰ ਹੱਥ ਮਾਰੋ ਮੈਂ ਕਿਹਾ ਕੀ ਹੋਇਆ ਕਹਿੰਦਾ ਅੱਬੇ ਅੱਬਾ ਵਡੇਰਾ ਹੋ ਗਿਆ ਅੱਬੇ ਨੇ ਕਿਹੜਾ ਕੋਈ ਫਰੂਟ ਖਾਣਾ ਅੱਬੇ ਨੂੰ ਕਿਹੜੀ ਕਿਸੇ ਚੀਜ਼ ਦੀ ਲੋੜ ਹੈ ਹਰ ਚੀਜ਼ ਘਰ ਮਿਲ ਜਾਂਦੀ ਹੈ ਮੈਂ ਕਿਹਾ ਸੱਜਣਾ ਅੱਜ ਤੂੰ ਜਵਾਨ ਹੋ ਗਿਆ ਤੇ ਮਾਂ ਪਿਓ ਹੋ ਗਿਆ ਵਡੇਰਾ ਤੇ ਅੱਜ ਮੈਤਲਾ ਸਾਹਿਬ ਮੁੰਡਾ ਪਿਆਂਦਾ ਵੀ ਅੱਬੇ ਅੰਮਾ ਅੱਬੇ ਨੂੰ ਖਰਚੇ ਦੀ ਲੋੜ ਖਰਚੇ ਦੀ ਲੋੜ ਉਹ ਡਰੋ ਨਾ ਯਾਰ ਮੈਂ ਪਿਆ ਕੈਮਰੇ ਲੱਗੇ ਨੇ ਮੌਜੂਦਗੀ ਵਿੱਚ ਪਿਆ ਬੋਲਣਾ ਅੱਬੇ ਨੂੰ ਅੰਮਾ ਨੂੰ ਖਰਚੇ ਦੀ ਲੋੜ ਤੇ ਮੈਂ ਕਿਹਾ ਬੁੱਢੀ ਨੂੰ ਫੈਸਲਾ ਕਰੋ ਤੁਸੀਂ ਪਰਿਆ ਪੰਚਾਇਤ ਦੇ ਬੰਦੇ ਬੈਠੇ ਹੋ ਸਿਆਣੇ ਬੰਦੇ ਉਹ ਬੁੱਢੀ ਨੂੰ ਖਰਚੇ ਦੀ ਲੋੜ ਹੈ ਕਿ ਕੋਈ ਨਹੀਂ ਆਂਦਾ ਕਾਰੀ ਸਾਹਿਬ ਫਿਰ ਬੁੱਢੀ ਨੇ ਫਿਰ ਬੱਚਿਆਂ ਨੇ ਉਹਦੇ ਵਿੱਚ ਚੀਜ਼ਾਂ ਲਿਆਉਣੀਆਂ ਜੁੱਤੀ ਲਿਆਉਣੀ ਕਿਸੇ ਦੇ ਕੱਪੜੇ ਲਿਆਉਣੇ ਮੈਂ ਕਿਹਾ ਚੱਲਿਆ ਤੈਨੂੰ ਆਪਣੀ ਔਲਾਦ ਦੀ ਜੁੱਤੀਆਂ ਕੱਪੜਿਆਂ ਦਾ ਖਿਆਲ ਹੈ ਅੰਮਾ ਅੱਬੇ ਦੇ ਜੁੱਤੀਆਂ ਕੱਪੜਿਆਂ ਦਾ ਖਿਆਲ ਕੋਈ ਨਹੀਂ ਪੂਰਾ ਪੂਰਾ ਸਾਲ ਹੋ ਗਿਆ ਅੱਬੇ ਨੇ ਉਹ ਹੀ ਜੁੱਤੀ ਪਾਈ ਹੈ ਮੈਂ ਤੁਹਾਡੇ ਪਿੰਡ 'ਚ ਵਿਖਾ ਛੱਡਣਾ ਦੂਰ ਖੜਦਾ ਹੀ ਨਹੀਂ ਪੂਰਾ ਪੂਰਾ ਸਾਲ ਹੋ ਗਿਆ ਬਾਪ ਨੂੰ ਇੱਕ ਜੋੜਾ ਨਹੀਂ ਜੁੜਿਆ ਪੁੱਤਰਾਂ ਨੂੰ ਇੱਕ ਜੋੜਾ ਕੱਪੜਿਆਂ ਦਾ ਲੈ ਕੇ ਦੇਣ ਦਾ ਤੇ ਬੁੱਢੀ ਹਰ ਮਹੀਨੇ ਸੂਟ ਵੀ ਲੈਂਦੀ ਹੈ 6 ਮਹੀਨਿਆਂ ਬਾਅਦ ਸੂਟ ਵੀ ਬਦਲਦੀ ਵਿਆਹ ਆ ਗਿਆ ਬੁੱਢੀ ਨੇ ਨੱਥ ਪਹਾੜੀ ਬੰਦੇ ਨੂੰ ਉਹਨੇ ਕਿਹਾ 10,000 ਦਾ ਹੀ ਲੈਣਾ ਕਿਬਲਾ 10,000 ਦਾ ਹੀ ਲੈਣਾ ਮੈਂ ਬੜੇ ਬੜੇ ਚੌਧਰੀ ਵੇਖੇ ਜੀ ਜਿਹੜੇ ਇੰਜ ਆਕੜ ਕੇ ਟੁਰਦੇ ਨੇ ਉਹ ਵੀ ਕਾਰਾਂ 'ਚ ਹੱਥ ਬੰਨ ਕੇ ਖਲੋਤੇ ਹੁੰਦੇ ਨੇ ਲੈ ਦਿਆਂਗੇ ਜੀ ਲੈ ਦਿਆਂਗੇ ਜਿਹੜਾ ਕਿਸੇ ਕੋਲ ਨਾ ਡਰੇ ਉਹ ਘਰ ਵਾਲੀ ਕੋਲ ਉਹ ਵੀ ਡਰਦਾ ਹੁੰਦਾ ਰੱਬੇ ਕਾਬਾ ਦੀ ਕਸਮ ਹੈ ਮੈਂ ਅਲਲ ਐਲਾਨ ਗੱਲ ਪਿਆ ਕਰਨਾ ਮਾਂ ਇੱਕ ਵਾਰੀ ਗੱਲ ਕਰੇ ਤੇ ਪੁੱਤਰਾਂ ਦਾ ਮੈਂ ਨਹੀਂ ਰਹਿਣਾ ਤੇਰੇ ਘਰ ਤੇ ਬੁੱਢੀ ਰੋਜ਼ਾਨਾ ਜੁੱਤੀਆਂ ਮਾਰਦੀ ਹੈ ਲਿੱਤਰ ਮਾਰਦੀ ਤੂੰ ਤਾਂ ਕਦੀ ਨਹੀਂ ਆਖਿਆ ਵੀ ਚੱਲ ਹਾਂ ਨਿਕਲ ਤੇਰੀ ਐਸੀ ਦੀ ਤੈਸੀ ਤੂੰ ਮੇਰੇ ਘਰ ਹੋ ਕੇ ਤੇ ਮੈਨੂੰ ਦਾਬਾ ਮਾਰੇ ਮੈਂ ਇੱਕ ਨੂੰ ਆਖਿਆ ਮੈਂ ਕਿਹਾ ਰੋਜ਼ਾਨਾ ਜੁੱਤੀਆਂ ਖਾਣਾ ਬੁੱਢੀ ਕੋਲੋਂ ਕਦੀ ਤੇ ਬੋਲ ਪੈ ਕਹਿੰਦਾ ਡਰ ਲੱਗਦਾ ਇਹ ਸੁਣਿਓ ਕਿਉਂ ਡਰ ਲੱਗਦਾ ਬੱਚੇ ਰੁੱਲ ਜਾਣਗੇ ਮੈਂ ਕਿਹਾ ਫਿਰ ਸਾਰੀ ਜ਼ਿੰਦਗੀ ਜੁੱਤੀਆਂ ਹੀ ਖਾਣੀਆਂ ਨੇ
ਬਾਬਾ ਜੀ ਇੱਧਰ ਮੇਰੇ ਵੱਲ ਤਵੱਜੋ ਕਰੋ, ਮੈਂ ਕਰੋੜਾਂ ਦੀ ਗੱਲ ਤੇਰੇ ਪਿੰਡ ਦੇ ਚੱਲਾਂ, ਜ਼ਿੰਦਗੀ ਦਾ ਪਤਾ ਕੋਈ ਨਹੀਂ ਅੱਗੋਂ ਆਵਾਂ ਕਿ ਨਾ ਆਵਾਂ, ਪਰ ਤਬਲੀਗ ਹੈ, ਸਲਾਹ ਹੈ। ਬਾਬਾ ਜੀ ਔਲਾਦ ਦੇ ਸਾਹਮਣੇ ਜਿਸ ਮਾਂ ਨੇ ਉਹਨਾਂ ਦੇ ਪਿਓ ਨੂੰ ਜੁੱਤੀਆਂ ਮਾਰਨੀਆਂ ਨੇ ਜਾਂ ਝਿੜਕਾਂ ਮਾਰਨੀਆਂ ਨੇ ਜਾਂ ਗਾਲਾਂ ਕੱਢਣੀਆਂ ਨੇ, ਉਹ ਔਲਾਦ ਅੱਬੇ ਦਾ ਅਦਬ ਕਰੇਗੀ? ਉੱਚੀ ਬੋਲੋ। ਉਹ ਪੁੱਤਰ ਅੱਬੇ ਦਾ ਹੱਥ ਚੁੰਮੇਗਾ, ਉਹ ਪੁੱਤਰ ਪਿਓ ਦਾ ਮੱਥਾ ਚੁੰਮੇਗਾ, ਉਹਨੇ ਕਹਿਣਾ ਅੱਬਾ ਸਾਡਾ ਤੇ 24 ਘੰਟੇ ਸਾਡੀ ਅੰਮਾ ਕੋਲ ਜੁੱਤੀਆਂ ਖਾਂਦਾ, ਇਹਦੀ ਤੇ ਕਦਰ ਹੀ ਕੋਈ ਨਹੀਂ। ਉਸ ਮਾਂ ਕੇ ਹੱਥ ਪਿਆ ਬੰਨਣਾ, ਅੱਜ ਤੂੰ ਔਲਾਦ ਨੂੰ ਜਨਾਬ ਜਵਾਨ ਕਰਕੇ ਤੇ ਨਾਲ ਲਾ ਲਿਆ, ਤੇ ਅੱਜ ਤੂੰ ਬੰਦੇ ਨਾਲ ਜ਼ੁਲਮ ਵੀ ਕਰਨੀ ਹੈ, ਜ਼ਿਆਦਤੀ ਵੀ ਕਰਨੀ ਹੈ, ਕਬਰ 'ਚ ਨਹੀਂ ਹੋ ਜਾਣਾ, ਜਵਾਬ ਨਹੀਂ ਹੋ ਦੇਣਾ। ਬਾਬਾ ਜੀ ਫਿਰ ਐਸੇ ਐਸੇ ਵੀ ਹੁੰਦੇ ਨੇ ਜਿਨ੍ਹਾਂ ਦੇ ਜਿਹੜੇ ਵਿਚਾਰੇ ਅੱਕੇ ਹੁੰਦੇ ਨੇ, ਉਹ ਦੁਆ ਕਰਦੇ ਨੇ ਸ਼ੁਕਰ ਹੈ ਡੈਣ ਮਗਰੋਂ ਲੱਥੀ ਆਉਂਦੇ ਨੇ ਨਾ, ਫਿਰ ਕਿਉਂ ਆਉਂਦੇ ਨੇ? ਬਾਬਾ ਘਰ ਦੋਜ਼ਕ ਬਣਾ ਛੱਡਿਆ ਉਸ ਔਰਤ ਨੇ, ਘਰ ਤਬਾਹ ਕਰ ਛੱਡਿਆ। ਘਰ ਬਣਾਉਂਦੀ ਜੇ ਤੇ ਔਰਤ ਬਣਾਉਂਦੀ ਜੇ, ਤੇ ਘਰ ਵਿਜਾੜਦੀ ਜੇ ਤੇ ਔਰਤ ਵਿਜਾੜਦੀ ਜੇ, ਇਹ ਮੇਰੀ ਗੱਲ ਯਾਦ ਰੱਖਿਓ। ਇਹ ਬਾਬਾ ਜੀ ਉਹ ਵੀ ਔਰਤਾਂ ਹੁੰਦੀਆਂ ਨੇ ਜਿਹੜੀਆਂ ਹਜ਼ਾਰ ਹਜ਼ਾਰ ਰੁਪਇਆ ਗੱਲੇ 'ਚ ਜੋੜਦੀਆਂ ਹੁੰਦੀਆਂ ਨੇ, ਜੋੜਦੀਆਂ ਜੇ ਹਜ਼ਾਰ ਹਜ਼ਾਰ ਰੁਪਇਆ ਜੋੜ ਕੇ ਰੱਖਿਆ, ਕਿਉਂ? ਮੇਰੇ ਬੰਦੇ ਦੀ ਕਮਾਈ ਥੋੜ੍ਹੀ ਹੈ, ਅਤੇ ਜੇ ਕਦੀ ਮੇਰੇ ਖਾਵੰਦ ਨੂੰ ਪੈਸਿਆਂ ਦੀ ਲੋੜ ਪੈ ਗਈ ਤਾਂ ਮੈਨੂੰ ਆਖੇਗਾ ਤਾਂ ਮੈਂ ਦੇਣ ਵਾਲੀ ਤਾਂ ਬਣਾਂਗੀ ਨਾ। ਹਾਂ ਬੁੱਢੀਆਂ ਉਹ ਵੀ ਹੈ ਨੇ, ਅਤੇ ਇਹ ਵੀ ਹੈ ਜੇ 1500 ਰੁਪਇਆ ਵਿਚਾਰਾ ਦੱਸ ਕੇ ਤੂੰ ਦਿਹਾੜੀ ਲਾ ਕੇ ਆਇਆ ਸ਼ਾਮੀ ਮੋਟਰਸਾਈਕਲ 'ਤੇ, 1500 ਰੁਪਇਆ ਦਿਹਾੜੀ ਲਾ ਕੇ ਆਇਆ, ਘਰ ਆਇਆ ਤੇ ਘਰ ਆ ਕੇ 1500 ਦਿੱਤਾ ਤੇ ਆਖਣ ਲੱਗੀ ਛੱਡ ਜਾਣਿਆ ਮੈਨੂੰ ਕੀ ਦੇਣਾ ਪਿਆ? ਉਹਨੇ ਕਿਹਾ ਮੈਂ ਦਿਹਾੜੀ ਲਾ ਗਿਆ, 2000 ਰੁਪਇਆ ਤੇ ਕਰਿਆਨੇ ਦੀ ਦੁਕਾਨ ਤੇ ਮੇਰਾ ਬਣ ਗਿਆ, ਹੁਣ 1500 ਰੁਪਇਆ ਮਹਿਤਲਾ ਸਾਹਿਬ ਬੰਦੇ ਦੀ ਕਮਾਈ ਹੋਵੇ, ਇੱਕ ਦਿਨ ਦੀ ਆਮਦਨ ਹੋਵੇ, ਤੇ 2000 ਦੁਕਾਨ ਤੇ ਬੁੱਢੀ ਬਣਾ ਛੱਡੇ, ਉਹ ਅਹਿਸਾਸਮੰਦ ਹੈ? ਉਹ ਚੰਗੀ ਹੈ? ਉਹ ਤੇ ਤਬਾਹ ਵੀ ਕਰਦੀ ਹੈ ਤੈਨੂੰ, ਉਹ ਤੇ ਜ਼ਲੀਲ ਔਰ ਰੁਸਵਾ ਵੀ ਕਰਦੀ। ਫਿਰ ਉੱਤੋਂ ਅੱਬੇ ਨੂੰ ਬੁਲਾ ਕੇ ਆਉਂਦੀ, ਇਹਨੂੰ ਆਖੋ ਮੈਨੂੰ ਖਰਚਾ ਦੇਵੇ ਕਰੇ। ਮੈਂ ਕਿਹਾ ਉਹ ਵਿਚਾਰੇ ਦੇ ਬਟੂਏ 'ਚ ਵਿੱਚ ਕੁਝ ਹੁੰਦਾ ਹੀ ਨਹੀਂ, ਉਹ ਤੈਨੂੰ ਖਰਚਾ ਕਿੱਥੋਂ ਦੇਵੇ? ਜੋ ਹੁੰਦਾ ਤੇ ਤੈਨੂੰ ਦੇ ਛੱਡਦਾ। ਰੱਬੇ ਕਾਬਾ ਦੀ ਕਸਮ ਉਠਾ ਗਿਆ ਨਾ, ਜਿੰਨਾ ਮਰਜ਼ੀ ਵੀ ਬੀਵੀ ਨੂੰ ਰਾਜ਼ੀ ਕਰ ਲੈ, ਜੇ ਤੇਰੇ 'ਤੇ ਰਾਜ਼ੀ ਹੋ ਗਏ ਮੈਨੂੰ ਫੋਨ ਕਰੀ, ਮੈਂ ਤੇਰੇ ਪਿੰਡ ਆ ਜਾਵਾਂਗਾ। ਨਬੀ ਪਾਕ ਦੀ ਹਦੀਸ, ਬੁਖਾਰੀ ਸ਼ਰੀਫ ਮੁਸਲਿਮ ਸ਼ਰੀਫ ਦੀ ਹਦੀਸ, ਨਬੀ ਪਾਕ ਨੇ ਫਰਮਾਇਆ ਜਦੋਂ ਮੈਂ ਮਿਹਰਾਜ ਦੀ ਰਾਤ ਗਿਆ ਨਾ, ਤਾਂ ਮੈਂ ਜਹੰਨਮ ਵਿੱਚ ਸਭ ਨਾਲੋਂ ਜ਼ਿਆਦਾ ਬੰਦੇ ਵੇਖੇ ਕਿ ਬੁੱਢੀਆਂ? ਕੀ ਵੇਖਿਆ? ਔਰਤਾਂ ਕਿਬਲਾ ਬੈਠੇ ਨੇ, ਮੌਜੂਦਗੀ ਵਿੱਚ ਗੱਲ ਪਿਆ ਕਰਨਾ, ਹਵਾਲਾ ਨਾ ਦਿਆਂ 1,00,000 ਰੁਪਇਆ ਇੱਥੇ ਜੁਰਮਾਨਾ ਦੇ ਕੇ ਉੱਠਾਂਗਾ, ਕੋਲੋਂ ਗੱਲ ਨਹੀਂ ਪਿਆ ਕਰਦਾ। ਮਤੇ ਕੋਈ ਐਸੇ ਵੀ ਹੁੰਦੇ ਨੇ ਨਾ ਜਿਹਨਾਂ ਨੂੰ ਵਿੱਚ ਗੁੱਸਾ ਲੱਗਦਾ ਹੁੰਦਾ ਵੀ ਬੁੱਢੀਆਂ ਦੇ ਖਿਲਾਫ਼ ਕਿਉਂ ਮੌਲਵੀ ਪਿਆ ਗੱਲ ਕਰਦਾ। ਬਾਬਾ ਜੀ ਸਾਨੂੰ ਸਾਰਾ ਪਤਾ ਹੁੰਦਾ ਸੀ, ਇੱਥੇ ਬੈਠੇ ਅਸੀਂ ਹਰ ਬੰਦੇ ਦਾ ਚਿਹਰਾ ਪੜ੍ਹਦੇ ਹੁੰਦੇ ਹਾਂ ਕਿ ਬੰਦਾ ਕਿਹੜਾ ਕਿਸ ਤਰ੍ਹਾਂ ਬੈਠਾ, ਕੀ ਪਿਆ ਸੋਚਦਾ। ਇੱਧਰ ਜੁਮਲੇ ਸੁਣਿਓ, ਨਬੀ ਪਾਕ ਨੇ ਫਰਮਾਇਆ, ਇੱਧਰ ਸੁਣਿਓ ਜੀ, ਹਜ਼ੂਰ ਨੇ ਫਰਮਾਇਆ ਮੈਂ ਔਰਤਾਂ ਨੂੰ ਜਹੰਨਵੇ ਜ਼ਿਆਦਾ ਵੇਖਿਆ ਮਰਦਾਂ ਦੀ ਨਿਸਬਤ। ਸਾਹਬਾ ਨੇ ਅਰਜ਼ ਕੀਤੀ ਮੈਂ ਬੁਖਾਰੀ ਅਤੇ ਮੁਸਲਿਮ ਦੀ ਮੁਤਫਕੁਨ ਅਲੈ ਹਦੀਸ ਪੇ ਪੜ੍ਹਨਾ, ਹਜ਼ੂਰ ਵਜ੍ਹਾ ਕੀ ਹੈ? ਨਬੀ ਪਾਕ ਨੇ ਫਰਮਾਇਆ ਖਾਵਨ ਦੀ ਨਾ ਸ਼ੁਕਰੀ, ਖਾਵਨ ਦੀ ਬੇਨਮਾਜ਼ੀ ਦੀ ਵਜ੍ਹਾ ਤੋਂ, ਨਮਾਜ਼ ਦੀ ਵਜ੍ਹਾ ਤੋਂ ਜਾਣ ਗਈਆਂ, ਬੋਲੋ, ਹੱਜ ਦੀ ਵਜ੍ਹਾ ਤੋਂ, ਜ਼ਕਾਤ ਦੀ ਵਜ੍ਹਾ ਤੋਂ ਨਹੀਂ। ਅਗਰ ਔਰਤ ਜਹੰਨਮ ਵਿੱਚ ਜਾਏਗੀ ਤੇ ਕਿਸ ਵਜ੍ਹਾ ਤੋਂ ਜਾਏਗੀ? ਬੰਦੇ ਨਾਲ ਲੜਾਈ ਲੈਣ ਦੀ ਵਜ੍ਹਾ ਤੋਂ, ਬੰਦੇ ਦੇ ਸਾਹਮਣੇ ਟੋਂ ਟੋਂ ਕਰਨੇ ਦੀ ਵਜ੍ਹਾ ਤੋਂ, ਬੰਦੇ ਦੇ ਸਾਹਮਣੇ ਬਕਵਾਸ ਕਰਨੇ ਦੀ ਵਜ੍ਹਾ ਤੋਂ। ਇਹ ਗਵਾਂਢੀ ਵੀ ਕੰਨਾਂ ਨੂੰ ਹੱਥ ਲਾਉਂਦੇ ਹੁੰਦੇ ਨੇ ਜਦੋਂ ਉਹਦੀ ਬੁੱਢੀ ਬੋਲਦੀ, ਉਹ ਐਸੀ ਬਾਬਾ ਜੀ ਐਸੀ ਹੈ ਕਿ ਗਵਾਂਢੀ ਵੀ ਕੰਨਾਂ ਨੂੰ ਹੱਥ ਲਾਉਂਦੇ ਨੇ ਕਿ ਯਾ ਅੱਲਾਹ ਇੰਜ ਦੀ ਔਰਤ। ਇੱਧਰ ਮੇਰੇ ਵੱਲ ਤਵੱਜੋ ਕਰ, ਨਬੀ ਪਾਕ ਨੇ ਫਰਮਾਇਆ ਐਸੀਆਂ ਔਰਤਾਂ ਹੋਣਗੀਆਂ ਜਿਹੜੀਆਂ ਸਾਰੀ ਜ਼ਿੰਦਗੀ ਬੰਦੇ ਦੀ ਕਮਾਈ ਖਾਣਗੀਆਂ, ਤੇ ਜੇ ਕਦੀ ਥੋੜ੍ਹੀ ਇੜਕ ਬਿੜਕ ਹੋ ਗਈ ਨਾ ਤੇ ਆਖਿਆ ਮੈਂ ਤੇਰੇ ਘਰ ਵੇਖਿਆ ਕੀ ਹੈ, ਆਉਂਦੀਆਂ ਨੇ ਕਿ ਨਹੀਂ ਆਉਂਦੀਆਂ, ਮੈਂ ਤੇਰੇ ਕੋਲ ਵੇਖਿਆ ਕੀ ਹੈ, ਮੈਂ ਤੇਰੇ ਕੋਲ ਲਿਆ ਕੀ ਹੈ। ਮੈਂ ਆਖਿਆ ਮੇਰੀ ਇਹ ਮਾਵੇਂ ਤੇ ਭੈਣੇ ਉਸ ਬੇਵਾ ਨੂੰ ਪੁੱਛ ਕੇ ਜਿਹਦੇ ਸਿਰ 'ਤੇ ਖਾਵਤ ਕੋਈ ਨਹੀਂ,
ਅੱਲਾ ਦੀ ਕਸਮ ਪਿੰਡ ਵਾਲਿਆ, ਇਹ ਜਿੰਨੀ ਭਾਰ ਹੁੰਦੀ ਹੈ ਨਾ ਔਰਤ ਦੀ, ਇਹ ਬੰਦੇ ਦੇ ਸਿਰ 'ਤੇ ਹੁੰਦੀ ਆ, ਮੇਰੀ ਗੱਲ ਯਾਦ ਰੱਖੀ। ਇਹ ਜਿੰਨੀ ਰੌਣਕ ਹੁੰਦੀ ਹੈ ਨਾ, ਇਹ ਰਿਸ਼ਤੇਦਾਰਾਂ ਵਿੱਚ ਤੇਰੀ ਬੱਲੇ ਬੱਲੇ ਵੇ ਨਾ, ਅਤੇ ਤੇਰੀ ਵਜ੍ਹਾ ਤੋਂ ਨਹੀਂ, ਤੇਰੇ ਬੰਦੇ ਦੀ ਕਮਾਈ ਦੀ ਵਜ੍ਹਾ ਤੋਂ। ਲੋਕ ਆਉਂਦੇ ਨੇ ਖਾਂਦੇ ਪੀਂਦੇ ਨੇ, ਕਦੀ ਲੋੜ ਪਈ ਤੇ ਕੰਮ ਆ ਜਾਣਗੇ। ਉਹਨਾਂ ਮਾਵਾਂ ਭੈਣਾਂ ਕੇ ਹੱਥ ਪਿਆ ਬੰਨਣਾ, ਆਪਣੇ ਖਾਮਨ ਦੀ ਬੇਅਦਬੀ ਨਾ ਕਰੀ, ਸਾਰੀ ਜ਼ਿੰਦਗੀ ਇਹ ਕੀਤੀ ਆ ਤੇ ਹੱਥ ਬੰਨ ਤੇ ਦੁਆ ਮੰਗ ਤੇ ਆਲਲ ਐਲਾਨ ਸੁਲਤਾਨੀ ਤੇਰੇ ਮਜਮੇ 'ਚ ਆ ਕੇ ਜੁਮਲੇ ਦੇ ਰਿਹਾ ਏ। ਅੱਲਾ ਦਾ ਕੁਰਾਨ ਕਹਿ ਰਿਹਾ ਰੱਬਾ ਨਗ਼ਫਿਰ ਲੀ, ਸੁਣਾ ਕੁਰਾਨ ਕੁਰਾਨ ਕੁਰਾਨ, ਰੱਬਾ ਨਗ਼ਫਿਰ ਲੀ ਵਾਲੀ ਵਾਲੀ ਦਈਆ ਵਾਲੀ ਵਾਲੀ ਦਈਆ। ਮੈਂ ਤਲਾ ਸਾ ਬੰਦਾ ਆਂਦਾ ਮੌਲਾ ਮੇਰੀ ਮਾਂ ਦੀ ਬਖਸ਼ਿਸ਼ ਕਰਿਆ ਰੇ, ਯਾ ਅੱਲਾ ਮੇਰੇ ਅੱਬੇ ਦੀ ਬਖਸ਼ਿਸ਼ ਕਰਿਆ ਰੇ। ਅੱਜ ਸਾਰੀ ਦੁਨੀਆ ਦੇ ਸਾਹਮਣੇ ਸੁਲਤਾਨੀ ਕਹਿ ਰਿਹਾ ਏ, ਦੁਨੀਆ ਰੁੱਸਦੀ ਅਤੇ ਰੁੱਸ ਜਾਵੇ, ਕਦੀ ਅੱਬੇ ਨੂੰ ਰੁੱਸਾ ਨਾ ਦੇ ਆ ਰੇ, ਕਦੀ ਮਾਂ ਨੂੰ ਰੁੱਸਾ ਨਾ ਦੇ ਆ ਰੇ। ਅੱਜ ਸਾਰੀ ਦੁਨੀਆ ਵੀਡੀਓ ਵੇਖ ਰਹੀ ਏ, ਹਲਲ ਐਲਾਨ ਕਹਿ ਰਿਹਾ ਵਾਂ, ਹੇ ਵਿਹੜੇ ਦੀਆਂ ਰੌਣਕਾਂ ਮਾਂ ਨਾਲ ਆਉਂਦੀਆਂ ਨੇ, ਹੇ ਵਿਹੜੇ ਦੀਆਂ ਰੌਣਕਾਂ ਮਾਂ ਨਾਲ ਆਉਂਦੀਆਂ ਨੇ, ਬਾਬਾ ਜੀ ਡੇਰੇ ਦੀਆਂ ਰੌਣਕਾਂ ਪਿਓ ਨਾਲ ਆਉਂਦੀਆਂ ਨੇ। ਅੱਜ ਬੰਦੇ ਤੇਰੇ ਡੇਰੇ 'ਤੇ ਆਉਂਦੇ ਨੇ, ਹੇ ਤੇਰੀ ਵਜ੍ਹਾ ਤੋਂ ਨਹੀਂ ਆ ਰਹੇ, ਹੇ ਤੇਰੇ ਅੱਬੇ ਦੀ ਵਜ੍ਹਾ ਤੋਂ ਹੀ ਆ ਰਹੇ ਨੇ, ਹੇ ਤੇਰੇ ਬਾਪ ਦੀ ਵਜ੍ਹਾ ਤੋਂ ਹੀ ਆ ਰਹੇ ਨੇ। ਆਪਣੇ ਬਾਪ ਨੂੰ ਸੀਨੇ ਲਾ ਲਿਆ ਰੇ, ਆਪਣੇ ਬਾਪ ਦੇ ਹੱਥ ਚੁੰਮ ਲਿਆ ਰੇ, ਆਪਣੇ ਬਾਪ ਦੇ ਪੈਰ ਚੁੰਮ ਲਿਆ ਰੇ। ਤਾਂ ਸੁਲਤਾਨੀ ਕਹਿ ਰਿਹਾ ਏ, ਪਾੜੀ ਖੋਲ ਕੇ ਕੁਰਾਨ ਖੈਂਦਾ ਰੱਬ ਰਹਿਮਾਨ, ਪਾੜੀ ਖੋਲ ਕੇ ਕੁਰਾਨ ਖੈਂਦਾ ਰੱਬ ਰਹਿਮਾਨ, ਫਰਮਾਨ ਵਖਰਾ ਸ਼ਾਨ ਸਭ ਦੀ ਏ ਯਾਰੋ ਆਪੋ ਆਪਣੀ, ਤੇ ਮਾਪਿਆਂ ਦਾ ਸ਼ਾਨ ਵਖਰਾ। ਸੁਣੋ ਸੁਣੋ, ਮਾਪਿਆਂ ਦਾ ਸ਼ਾਨ, ਉਹ ਜਿੱਥੇ ਅੱਬਾ ਸੋਹਣਾ ਲੱਗਦਾ ਵੇ ਉੱਥੇ ਬੀਵੀ ਸੋਹਣੀ ਨਹੀਂ ਲੱਗਦੀ, ਜਿੱਥੇ ਮਾਂ ਸੋਹਣੀ ਲੱਗਦੀ ਆ ਉੱਥੇ ਬੀਵੀ ਸੋਹਣੀ ਨਹੀਂ ਲੱਗਦੀ। ਹਲਲ ਐਲਾਨ ਸੁਲਤਾਨੀ ਕਹਿ ਰਿਹਾ ਏ, ਸ਼ਾਨ ਸਭ ਦੀ ਏ ਯਾਰੋ ਆਪੋ ਆਪਣੀ, ਤੇ ਮਾਪਿਆਂ ਦਾ ਸ਼ਾਨ ਵਖਰਾ ਵਖਰਾ, ਮਾਪਿਆਂ ਦਾ ਸ਼ਾਨ ਵਖਰਾ। ਇੱਧਰ ਮੇਰੇ ਵੱਲ ਵੇਖਿਆ ਜਰਾ, ਵੱਡਾ ਸ਼ੇਰ ਪੜਨ ਲਗਾਵਾਂ, ਹਜੇ ਪੁੱਤਰ ਹਜੇ ਜੰਮਿਆ ਨਹੀਂ, ਹਜੇ ਪੁੱਤਰ ਹਜੇ ਜਵਾਨ ਨਹੀਂ ਹੋਇਆ, ਹਜੇ ਪਿਓ ਨੂੰ ਗਾਲਾਂ, ਹਜੇ ਮਾਂ ਨੂੰ ਗਾਲਾਂ, ਹਜੇ ਭੈਣਾਂ ਨੂੰ ਗਾਲਾਂ, ਹਜੇ ਸਾਰੇ ਘਰ ਨੂੰ ਵਖਤ ਪਾਇਆ ਹੋਇਆ। ਆਂਦਾ ਮੇਰੇ ਵਾਸਤੇ ਇਹ ਚੀਜ਼ ਪਕਾਣੀ ਏ, ਮੈਂ ਕਿਹਾ ਸਜਣਾ ਨਾ ਨਾ, ਹੇ ਓਈ ਮਾਂ ਏ, ਹੇ ਓਈ ਬਾਪੇ, ਜਿੰਨਾ ਤੈਨੂੰ ਇੱਧਰ ਵੇਖਿਆ ਨੇ, ਜਿੰਨਾ ਤੈਨੂੰ ਚੱਲਣਾ ਤੇ ਬੋਲਣਾ ਸਿਖਾਇਆ ਹੈ, ਆਏ ਹਾਏ ਅੰਦਰੂ ਸੁਣਿਆ ਰੇ, ਜਿੰਨਾ ਤੈਨੂੰ ਚੱਲਣਾ ਤੇ ਬੋਲਣਾ ਸਿਖਾਇਆ ਏ, ਫੁੱਲਾਂ ਵਾਂਗ ਜਿੰਨਾ ਤੈਨੂੰ ਗੋਦ ਖਿਡਾਇਆ ਏ, ਆਏ ਹਾਏ ਫੁੱਲਾਂ ਵਾਂਗ ਜਿੰਨਾ ਤੈਨੂੰ ਗੋਦ ਖਿਡਾਇਆ ਏ। ਹੇਦਰ ਪੁੱਤਰ ਬਿਮਾਰ ਹੋ ਗਿਆ, ਹੇਦਰ ਪਿਓ ਦੀਆਂ ਦੌੜਾਂ ਲੱਗ ਗਈਆਂ ਨੇ, ਆਪਣੇ ਪੁੱਤਰ ਨੂੰ ਸਿਆਲਕੋਟ ਲੈ ਗਿਆ। ਡਾਕਟਰ ਨੇ ਆਖਿਆ ਚਾਚਾ 5 ਲੱਖ ਰੁਪਇਆ ਲੱਗਦਾ ਏ, ਤੇਰਾ ਪੁੱਤਰ ਠੀਕ ਹੋ ਜਾਏਗਾ। ਹੋਏ ਪਿੰਡ ਵਾਲਿਓ, ਅੱਬੇ ਨੇ ਪੈਸੇ ਨਹੀਂ ਵੇਖੇ, ਅੱਬੇ ਨੇ ਜ਼ਮੀਨ ਨਹੀਂ ਵੇਖੀ, ਅੱਬੇ ਨੇ ਟਰੈਕਟਰ ਟਰਾਲੀ ਨਹੀਂ ਵੇਖੀ, ਅੱਬੇ ਨੇ ਡੇਰਾ ਡੰਡਾ ਨਹੀਂ ਵੇਖਿਆ। ਇਹਨੇ ਆਖਿਆ ਡਾਕਟਰ ਸਾਹਿਬ ਮੇਰਾ ਪੁੱਤਰ ਬਚਾ ਲਓ, ਜਿੰਨੇ ਪੈਸੇ ਲੈਣੇ ਜੇ ਮੈਂ ਦੇ ਦਿਆਂਗਾ, ਅੱਜ ਮੈਂ ਤਲਾ ਆਪਣੀ ਮਾਂ ਪਿਓ ਵਾਸਤੇ ਅੱਜ ਸਾਰੀ ਮਹਿਫਲ ਸਜਾ ਕੇ ਅੱਜ ਪੂਰੇ ਪਿੰਡ ਨੂੰ ਬੇਦੱਸ ਦੇਣੇ। ਹੈ ਲੋਕੋ
ਸਾਡਾ ਕਮਾਲ ਕੋਈ ਨਹੀਂ ਜੇ ਸਾਡੀ ਅੰਮੀ ਤੇ ਅੱਬੋ ਦੀਆਂ ਦੁਆਵਾਂ ਦਾ ਕਮਾਲ। ਬਾਬਾ ਅੱਲਾ ਤੇਰਾ ਰੋਣਾ ਕਬੂਲ ਕਰੇ, ਅੱਲਾ ਤੇਰੇ ਅਥਰੂ ਕਬੂਲ ਕਰੇ। ਹਜੇ ਬਾਪ ਸਾਰੀ ਜ਼ਿੰਦਗੀ ਦੌੜਦਾ ਰਿਹਾ, ਇਹਨੇ ਸਾਈਕਲ ਤੇ ਸਾਰੀ ਜ਼ਿੰਦਗੀ ਖੱਜਾ ਲਾਉਂਦਾ ਰਿਹਾ। ਹਜ਼ਰਾਂ ਜੁਮਲੇ ਸੁਣ ਜਾਇਆ ਰੇ, ਰੱਬੇ ਕਾਬਾ ਦੀ ਕਸਮ ਜੁਮੇ ਸਮਾਧ ਕਰ ਜਾਇਆ ਰੇ, ਹਜ਼ਰਾਂ ਜੁਮਲੇ ਸਮਾਧ ਕਰ ਜਾਇਆ ਰੇ। ਹਜ ਮਾਂ ਨੂੰ ਗਾਲਾਂ, ਹਜ ਪਿਓ ਨੂੰ ਗਾਲਾਂ, ਹਜ ਬੀਵੀ ਰਾਜ਼ੀ ਅੰਮਾ ਨਾਰਾਜ਼, ਹਜ ਬੀਵੀ ਨਾਜ਼ੀ ਅੱਬਾ ਨਾਰਾਜ਼। ਸੱਜਣਾ ਨਾ 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 ਨਾ, ਇਹਦੀਆਂ ਚਿੱਡੀਆਂ ਦਾੜੀਆਂ ਹੋ ਗਈਆਂ ਨੇ, ਇਹਦੇ ਜਿਸਮ ਦੀਆਂ ਹੱਡੀਆਂ ਟੁੱਟ ਗਈਆਂ ਨੇ। ਇਹਨੇ ਪੁੱਤਰ ਨੂੰ ਵਕੀਲ ਬਣਾ ਲਿਆ, ਇਹਨੇ ਪੁੱਤਰ ਨੂੰ ਜੱਜ ਬਣਾ ਲਿਆ, ਇਹਨੇ ਪੁੱਤਰ ਦੀ ਰਖਵਾਲੀ ਕੀਤੀ ਹੈ। ਸੱਜਣਾ ਹੁਣ ਯਤੀਮਾਂ ਨੂੰ ਪੁੱਛਿਆ ਜੇ, ਜਿਨ੍ਹਾਂ ਦੇ ਸਿਰ ਤੇ ਪਿਓ ਦਾ ਸਾਇਆ ਨਹੀਂ ਆਉਂਦਾ, ਮਹਿਤਲਾ ਸਾਹਿਬ ਤੇਰੇ ਪਨੇਵੇਂ ਵੀ ਰੋਂਦੇ ਹੋਣੇ ਨੇ। ਉਹਨਾਂ ਬੱਚਿਆਂ ਨੂੰ ਪੁੱਛਿਆ ਜੇ, ਜਿਨ੍ਹਾਂ ਦੇ ਸਿਰ ਤੇ ਮਾਂ ਨਹੀਂ ਆਉਂਦੀ, ਜਿਨ੍ਹਾਂ ਦੇ ਸਿਰ ਤੇ ਬਾਪ ਨਹੀਂ ਆਉਂਦਾ। ਸੱਜਣਾ ਮੈਂ ਯਤੀਮ ਰੁੱਲਦੇ ਵੇਖੇ ਨੇ, ਸੱਜਣਾ ਮੈਂ ਯਤੀਮ ਆਹੋ ਜ਼ਾਰੀਆਂ ਕਰਦੇ ਵੇਖੇ ਨੇ, ਸੱਜਣਾ ਮੈਂ ਯਤੀਮ ਸੜਕਾਂ ਤੇ ਰੁੱਲਦੇ ਵੇਖੇ ਨੇ। ਅਲਾਮਾ ਸਾਹਿਬ ਅਗਲੇ ਦਿਨ ਇਹ ਤੁਹਾਡਾ ਡਸਕੇ ਦੀ 8 ਨੰਬਰ ਚੁੰਗੀ ਦੀ ਗੱਲ ਸੁਣਾ ਰਿਹਾ ਵਾ। ਹਜ਼ਰਾਤ ਤਵੱਜੋ ਕਰਿਆ ਜੇ, ਜੁਮਲੇ ਸੁਣਿਆ ਨੇ। 8 ਨੰਬਰ ਚੁੰਗੀ ਦੀ ਗੱਲ ਸੁਣਾ ਲਗਾ ਵਾ। ਮੈਂ ਬਾਬਾ ਜੀ ਗੁਜਰਾਂ ਵਾਲੇ ਮਹਿਫਲ ਤੇ ਜਾ ਰਿਹਾ ਵਾਂ, ਹੈ ਤੇਰੇ ਡਸਕੇ ਦੀ 8 ਨੰਬਰ ਚੁੰਗੀ ਹੈ। ਬਾਬਾ ਜੀ 12 ਸਾਲ ਦਾ ਬੱਚਾ ਜੇ, ਉਹਨੇ ਹੱਥ ਵਿੱਚ ਪਾਣੀ ਦਾ ਕੂਲਰ ਫੜਿਆ ਹੋਇਆ ਹੈ, ਪੈਰਾਂ ਵਿੱਚ ਜੁੱਤੀਆਂ ਵੀ ਟੁੱਟੀਆਂ ਪਾਈਆਂ ਨੇ, ਮੈਤਲਾ ਸਾਹ ਕੱਪੜੇ ਵੀ ਗੰਦੇ ਹੋਏ ਨੇ, ਆਵਾਜ਼ਾਂ ਦੇ ਗਈਆਂ ਦਾ ਲੋਕੋ ਮੇਰੇ ਕੋਲੋਂ ਪਾਣੀ ਲੈ ਲਓ। ਰੋਣ ਵਾਲੀ ਆ, ਕਿਵੇਂ ਉਹਦਾ ਦਿਨ ਗੁਜ਼ਰਦਾ ਹੋਣਾ ਹੈ, ਕਿਵੇਂ ਲੋਕਾਂ ਦੇ ਸਾਹਮਣੇ ਤਰਲੇ ਪਾਉਂਦਾ ਹੋਣਾ ਹੈ, ਕਿਵੇਂ ਡਸਕੇ ਦੀਆਂ ਚੌਂਕਾਂ ਵਿੱਚ ਰੁੱਲ ਗਿਆ ਹੋਣਾ ਹੈ, ਕਿਵੇਂ ਡਸਕੇ ਦੀਆਂ GT ਰੋਡ ਤੇ ਰੁੱਲ ਗਿਆ ਹੋਣਾ ਹੈ। ਹੈ ਪੈਰੀ ਜੁੱਤੀ ਵੀ ਲੈ ਲੈਂਦੀ ਪਾਈ ਹੋਈ ਹੈ, ਭਾਈ ਕੈਸਰ ਜੁਮਲੇ ਸੁਣਿਆ ਰੇ, ਹੈ ਲੋਕਾਂ ਦੇ ਸਾਹਮਣੇ ਹੱਥ ਬਣ ਕੇ ਆਉਂਦਾ ਹੈ, ਹਜ਼ਰਾਤ ਮੇਰੇ ਕੋਲ ਪਾਣੀ ਲੈ ਲਓ। ਬਾਬਾ ਬੜਾ ਤਰਸ ਆਇਆ ਉਸ ਬੱਚੇ ਦੇ, ਬੜਾ ਰਹਿਮ ਆਇਆ ਉਸ ਬੱਚੇ ਦੇ। ਮੈਂ ਗੱਡੀ ਸਾਈਡੇ ਕੀਤੀ, ਬੱਚੇ ਨੂੰ ਗੱਡੀ 'ਚ ਬਿਠਾ ਲਿਆ। ਮੈਂ ਕਿਹਾ ਬੱਚਿਆ ਕਿਹੜੀਆਂ ਮੁਸ਼ਕਲਾਂ ਬਣ ਗਈਆਂ ਨੀ, ਹੋਏ ਤੇਰਾ ਕਿਤਾਬਾਂ ਪੜ੍ਹਨ ਦਾ ਵੇਲਾ ਹੈ, ਹੋਏ ਤੇਰਾ ਖੇਡਣ ਦਾ ਵੇਲਾ ਹੈ, ਹੋਏ ਰੋਣ ਵਾਲੀਆ ਅੱਲਾ ਤੇਰੀਆਂ ਅੱਖਾਂ ਦਾ ਰੋਣਾ ਕਬੂਲ ਕਰੇ, ਹੋਏ ਰੋਣ ਵਾਲੀ ਉਹਦੇ ਏਡੇ ਏਡੇ ਮੋਟੇ ਅਥਰੂ ਆਏ, ਹੋਏ ਮੇਰੇ ਹੱਥ ਫੜ ਗਿਆ ਦਾ ਮੌਲਵੀ ਜੀ, ਹੋਏ ਜਦੋਂ ਪਿਓ ਮਰ ਜਾਂਦੇ ਜੇ, ਫਿਰ ਯਤੀਮ ਸੜਕਾਂ ਤੇ ਰੁੱਲ ਜਾਂਦੇ ਜੇ। ਹੋਏ ਬਾਬੀ ਉਹ ਅੱਲਾ ਦੀ ਕਸਮ ਹੈ, ਤੁਹਾਡੀਆਂ ਅੱਖਾਂ ਦਾ ਰੋਣਾ ਕਬੂਲ ਹੋਵੇ। ਅੰਧਕਾਰੀ ਸਾਹ 2 ਸਾਲ ਹੋ ਗਏ ਨੇ, ਹੋਏ ਪਿਓ ਦੀ ਮਈਅਤ ਛੱਡ ਕੇ ਆ ਗਏ ਹੋ। ਹੋਏ ਜਦੋਂ ਬਾਪ ਜ਼ਿੰਦਾ ਸੀ, ਕਦੀ ਬਾਪ ਨੇ ਕੰਮ ਨਹੀਂ ਸੀ ਕਰਨ ਦਿੱਤਾ, ਕਦੀ ਬਾਪ ਨੇ ਸਾਨੂੰ ਝਿੜਕ ਨਹੀਂ ਸੀ ਮਾਰੀ, ਹੋਏ ਅੱਜ ਅਸੀਂ ਯਤੀਮ ਹੋ ਗਏ ਜੇ। ਹੋਏ ਸ਼ਾਲਾ ਕੋਈ ਯਤੀਮ ਨਾ ਹੋਵੇ, ਰੌਣ ਵਾਲੀ ਉਹ ਸ਼ਾਲਾ ਕੋਈ ਯਤੀਮ ਨਾ ਹੋਵੇ,
ਓਏ ਅੱਲਾ ਦੀ ਕਸਮ ਹੈ ਮੈਂ ਤਲਿਓ ਸਾਰੀ ਜ਼ਿੰਦਗੀ ਤੁਸਾਂ ਜਦੋਂ ਪਨੇਵਿਆਂ ਨੂੰ ਵੇਖਣਾ ਹੋਏ ਤੁਹਾਡੇ ਜ਼ਖਮ ਤਾਜ਼ੇ ਹੋ ਜਾਣੇ ਨੇ ਜਦੋਂ ਤੁਹਾਡਾ ਪਨੇਵਾ ਤੁਹਾਡੇ ਸਾਹਮਣੇ ਆਏਗਾ ਹੋਏ ਜਦੋਂ ਮਾਮੋ ਮਾਮੂ ਆਖੇਗਾ ਬਾਬਾ ਜੀ ਦੋ ਵਾਰੀ ਮਾਂ ਆਖੀਏ ਤੇ ਮਾਮਾ ਬਣਦਾ ਹੈ ਹੋਏ ਦੋ ਵਾਰੀ ਮਾਂ ਆਖੀਏ ਤੇ ਮਾਮੇ ਬਣਦੇ ਹੋਏ ਕਦੀ ਪਨੇਵਿਆਂ ਨੂੰ ਨਾ ਛੱਡਿਆ ਹੋਏ ਕਦੀ ਪਨੇਵਿਆਂ ਨੂੰ ਦੁਖੀ ਨਾ ਹੋਣ ਦਿਆ ਅੱਜ ਤੁਹਾਡੀ ਭੈਣ ਆਉਂਦੀ ਅੱਜ ਬੜੇ ਮਾਨਾਂ ਨਾਲ ਤੁਹਾਡੇ ਵਿਹੜੇ ਆ ਜਾਂਦੀ ਅੱਜ ਆਂਦੀ ਵੀਰਾ ਅੱਜ ਮੇਰੇ ਪੁੱਤਰ ਦਾ ਵੀਜ਼ਾ ਲਵਾ ਅੱਜ ਮੇਰੇ ਪੁੱਤਰ ਨੂੰ ਵੀ ਖੜਨਾ ਏ ਹੱਲਾ ਦੀ ਕਸਮ ਏ ਮੈਂ ਤਲਿਆ ਮੈਂ ਗੱਲ ਨੇੜੇ ਲੈ ਗਿਆ ਹੋਏ ਭੈਣਾਂ ਨੂੰ ਬੜੇ ਮਾਣ ਆਉਂਦੇ ਨੇ ਹੋਏ ਭੈਣਾਂ ਨੂੰ ਬੜੇ ਵੀਰਾਂ ਦੇ ਮਾਣ ਆਉਂਦੇ ਨੇ ਬਾਬਾ ਜੀ ਛੋਟਾ ਜਿਹਾ ਬੱਚਾ ਰੋਈ ਜਾ ਰਿਹਾ ਏ ਹਨਕਾਰੀ ਸਾਹਿਬ ਅੱਜ ਚਾਚੇ ਵੀ ਮੁੱਖ ਮੋੜ ਗਏ ਨੇ ਅੱਜ ਤਾਏ ਵੀ ਮੁੱਖ ਮੋੜ ਗਏ ਨੇ ਹਜੀ ਯਤੀਮ ਨੂੰ ਸੀਨੇ ਲਾ ਕੋਈ ਨਹੀਂ ਰਿਹਾ ਹੋਏ ਅੱਜ ਸਾਡਾ ਹਾਲ ਕੋਈ ਨਹੀਂ ਪੁੱਛ ਰਿਹਾ ਹੋਏ ਅੱਜ ਸਾਡੇ ਨਾਲ ਪਿਆਰ ਕੋਈ ਨਹੀਂ ਕਰ ਰਿਹਾ ਹੋਏ ਸ਼ਾਲਾ ਕੋਈ ਯਤੀਮ ਮਨਾ ਥੀ ਵੇ ਸੁਣੀ ਬਾਬਾ ਹੋਏ ਸ਼ਾਲਾ ਕੋਈ ਯਤੀਮ ਨਾ ਥੀ ਵੇ ਤੇ ਬਾਪ ਜਿਨਾ ਦੇ ਮਰੇ ਜਾਂਦੇ ਸ਼ਾਲਾ ਕੋਈ ਰੱਬੇ ਕਾਬਾ ਦੀ ਇੱਜ਼ਤ ਦੀ ਕਸਮ ਬਾਬਾ ਮੇਰੇ ਤੇ ਬੀਤੀ ਹੈ ਜਿਹੜੀ ਮੈਂ ਤੁਹਾਨੂੰ ਗੱਲ ਸੁਣਾ ਰਿਹਾ ਮੇਰਾ ਭਤੀਜਾ ਤੇ ਮੇਰੀ ਭਤੀਜੀ ਹੈ ਛੋਟੇ ਛੋਟੇ ਨੇ ਇਹ ਗੱਲ ਮੈਂ ਤਾਂ ਪਿਆ ਬਿਆਨ ਕਰਨਾ ਕਿ ਮੇਰੇ ਉੱਤੇ ਗੁਜ਼ਰੀ ਜੇ ਗੱਲ ਤੇ ਜਿੱਥੇ ਯਤੀਮ ਇਹਨਾਂ ਦਾ ਮੈਨੂੰ ਯਾਦ ਆ ਜਾਂਦਾ ਜਿੱਥੇ ਯਤੀਮ ਇਹਨਾਂ ਬਾਬਾ ਭੈਣ ਛੱਡ ਕੇ ਤੁਰ ਜਾਏ ਤੇ ਭਰਾਵਾਂ ਤੇ ਸੌਖੀ ਬੀਤੀ ਹੈ ਪਹਿਲਾਂ ਬਾਪ ਦੁਨੀਆਂ ਤੋਂ ਗਿਆ ਸਾਡਾ ਵੱਡਾ ਵੀਰ ਸੀ ਉਹ ਦੁਨੀਆਂ ਤੋਂ ਤੁਰ ਗਿਆ ਮੈਂ ਆਪਣੀ ਬੜਾਈ ਵਾਸਤੇ ਗੱਲ ਨਹੀਂ ਪਿਆ ਕਰਦਾ ਮੈਂ ਦਰਦੇ ਦਿਲ ਵਾਸਤੇ ਗੱਲ ਪਿਆ ਕਰਨਾ ਕਿ ਮੈਂ ਤਲਾ ਤੇਰੇ ਮਜਮੇ ਦੇ ਅੱਖੀ ਨਮ ਹੋ ਗਈਆਂ ਬਾਬੇ ਰੋ ਪੇ ਚਿੱਟੀਆਂ ਦਾੜੀਆਂ ਲੈ ਜੁਮਲੇ ਸੁਣਿਓ ਬਾਬਾ ਜੀ ਤੂੰ ਸਾਡਾ ਵੀਰ ਗਿਆ ਨਾ ਦੁਨੀਆਂ ਤੋਂ ਲਾਹੌਰ ਲੈ ਕੇ ਗਏ ਅਸੀਂ ਪੈਸਾ ਵੀ ਲਾਇਆ ਬੜਾ ਕੁਝ ਕੀਤਾ ਪਰ ਜੋ ਕਿਸਮਤ ਨੂੰ ਮਨਜ਼ੂਰ ਸੀ ਪੈਸਿਆਂ ਨਾਲ ਵੀਰ ਨਹੀਂ ਬਚਦੇ ਪੈਸਿਆਂ ਨਾਲ ਮਾਂ ਪਿਓ ਨਹੀਂ ਜੇ ਬਚਦਾ ਜੇ ਪੈਸਿਆਂ ਨਾਲ ਬਚਣ ਲੱਗਣ ਤਾਂ ਫਿਰ ਕਿਸੇ ਦਾ ਮਾਂ ਪਿਓ ਵੀ ਦੁਨੀਆਂ ਤੋਂ ਕਿਸੇ ਦਾ ਵੀਰ ਵੀ ਦੁਨੀਆਂ ਤੋਂ ਇਹ ਬਾਬਾ ਮੈਨੂੰ ਗੱਲ ਅੰਦਰੋਂ ਅੰਦਰ ਮੇਰਾ ਦਿਲ ਜ਼ਖਮੀ ਕਰ ਛੱਡਦੀ ਮੈਂ ਤੁਹਾਨੂੰ ਦੱਸਣ ਲੱਗਾ ਲਾਹੌਰ ਅਸੀਂ ਬਾਬਾ ਜੀ ਜਨਰਲ ਹਸਪਤਾਲ ਲੈ ਕੇ ਗਏ ਆਪਣੇ ਵੀਰ ਨੂੰ ਵੱਡਾ ਸੀ ਸਾਰਿਆਂ ਤੋਂ ਅਤੇ ਜਿੰਨੇ ਪੈਸੇ ਲੱਗੇ ਮੈਂ ਆਖਿਆ ਕੋਈ ਗੱਲ ਨਹੀਂ ਲਾਓ ਤੁਸੀਂ ਬਾਬਾ ਜੀ ਪੈਸੇ ਤਾਂ ਫਿਰ ਵੀ ਲੱਭ ਜਾਂਦੇ ਨੇ ਵੀਰ ਤਾਂ ਨਹੀਂ ਨਾ ਲੱਭਦੇ ਦੱਸੋ ਬੋਲੋ ਯਾਰ ਉਹ ਭਰਾ ਲੱਭਦੇ ਜੇ ਅਤੇ ਜੇ ਤੂੰ ਅੱਜ ਭਰਾ ਬਿਮਾਰ ਹੈ ਤਾਂ ਤੂੰ ਜੇਬ 'ਚ ਪੈਸਾ ਹੀ ਨਹੀਂ ਪਿਆ ਕੱਢਦਾ ਤਾਂ ਕਿੰਨੀ ਦੇਰ ਨਹੀਂ ਕੱਢੇਗਾ ਹੈ ਸਦਾ ਨਾ ਬਾਗ ਹੀ ਬੁਲਬੁਲ ਬੋਲੇ ਅਤੇ ਸਦਾ ਨਾ ਬਾਗ ਬਹਾਰਾਂ ਚਤਰਾ ਸਦਾ ਨਹੀਂ ਰਹਿੰਦੀ ਇਹ ਪੈਸਾ ਸਦਾ ਨਹੀਂ ਰਹਿਣਾ ਤੇਰੇ ਬਟਵੇ 'ਚ ਕਾਰੋਬਾਰ ਸਦਾ ਨਹੀਂ ਰਹਿਣਾ ਬਾਬਾ ਬੰਦੇ ਉੱਤੋਂ ਡਿੱਗਦੇ ਵੀ ਥੱਲੇ 'ਤੇ ਵੇਖਦੇ ਨੇ ਵੇਖੇ ਨੇ ਅਸਾਂ ਥੱਲੋਂ ਉੱਤੇ ਜਾਂਦੇ ਵੀ ਅਸਾਂ ਵੇਖੇ ਨੇ ਜੁਮਲੇ ਸੁਣੀ ਮੈਂ ਆਖਿਆ ਪੈਸੇ ਲਾਓ ਜਿੰਨੇ ਲੱਗਦੇ ਨੇ ਬੜਾ ਪੈਸਾ ਦੋ ਮਹੀਨੇ ਲਾਹੌਰ ਰੱਖਿਆ ਬਾਬਾ ਜੀ ਜੁਮਲੇ ਸੁਣਿਓ ਜਦੋਂ
ਚੰਦ ਦਿਨ ਨਾ ਪਹਿਲੇ, ਮੌਤ ਤੋਂ ਚੰਦ ਦਿਨ ਪਹਿਲੇ ਨਾ ਮੇਰੀ ਮਾਂ ਨੇ ਮੈਨੂੰ ਫੋਨ ਕੀਤਾ ਵੀ ਪੁੱਤਰ ਮੈਂ ਨਮਾਜ਼ ਵੀ ਪੜ੍ਹਨੀ ਸਾਂ ਤਾਂ ਮੈਨੂੰ ਇੰਝ ਲੱਗਿਆ ਕਿ ਜਿਵੇਂ ਮੇਰਾ ਪੁੱਤਰ ਮੈਨੂੰ ਆਵਾਜ਼ਾਂ ਦੇ ਮਾਰ ਮਾਂ ਸਿਆਲਕੋਟ ਪੁੱਤਰ ਲਾਹੌਰ ਮੈਨੂੰ ਆਵਾਜ਼ ਪਿਆ ਮਾਰਦਾ ਅਤੇ ਕਹਿੰਦਾ ਮਾਂ ਮੈਂ ਟੁਰ ਚਲਾਉਂ ਇੱਕ ਵਾਰੀ ਆ ਗਿਆ ਮੇਰੇ ਸੋ ਇੱਕ ਵਾਰੀ ਮੇਰੇ ਸਾਹਮਣੇ ਆ ਅੰਮੀ ਜੀ ਇੱਕ ਵਾਰੀ ਤਾਂ ਆਓ ਨਾ ਬਾਬਾ ਜੁਮਲੇ ਸੁਣਿਆ ਜੇ ਦੋ ਚਾਰ ਦਿਨ ਪਹਿਲਾਂ ਅਸੀਂ ਹੋ ਕੇ ਆਏ ਸਾਂ ਮੈਂ ਗੱਡੀ ਸੀ ਆਪਣੀ ਲਈ ਮਾਂ ਨੂੰ ਬਿਠਾਇਆ ਮੇਰੀ ਮਾਂ ਨੇ ਉਦੋਂ ਕਿਹਾ ਸੀ ਵੀ ਪੁੱਤਰ ਅੱਜ ਮੈਨੂੰ ਲੈ ਕੇ ਚੱਲਣ ਅਤੇ ਅੱਲਾ ਤੈਨੂੰ ਬੜਾ ਦੇਵੇਗਾ ਮੇਰੇ ਉਹ ਜੁਮਲੇ ਮੈਨੂੰ ਅਜੇ ਵੀ ਜ਼ਿਹਨ 'ਚ ਨੇ ਮੈਨੂੰ ਨਹੀਂ ਭੁੱਲ ਸਕਦੇ ਸਾਰੀ ਜ਼ਿੰਦਗੀ ਵੀ ਬਾਬਾ ਇਹ ਆਉਣ ਜਾਣ ਦੀ ਪਰ ਪਿੱਛੇ ਵੇਖੋ ਦੁਆ ਕੀਤੀ ਮੈਨੂੰ ਉਹ ਜ਼ਿਹਨ 'ਚ ਦੁਆ ਮੇਰੀ ਕੰਢ ਨਹੀਂ ਕਦੇ ਵੀ ਲੱਗੀ ਕਿਤੇ ਵੀ ਨਹੀਂ ਲੱਗੀ ਮੈਂ ਬਾਬਾ ਜੀ ਗੱਡੀ ਲਈ ਅਤੇ ਲਾਹੌਰ ਪਹੁੰਚ ਗਏ ਉਹ ਜੁਮਲੇ ਮੇਰੇ ਜ਼ਿਹਨ 'ਚ ਅਜੇ ਵੀ ਉਹ ਤਸਵੀਰ ਚੱਲਦੀ ਜਦੋਂ ਮੈਂ ਆਪਣੇ ਭਤੀਜਿਆਂ ਨੂੰ ਵੇਖਣਾ ਭਤੀਜੀ ਨੂੰ ਵੇਖਣਾ ਨਾ ਮੇਰੇ ਜ਼ਿਹਨ 'ਚ ਆਉਂਦੀ ਗੱਲ ਮਾਂ ਨਾ ਕਰੋ ਆਬੇ ਜ਼ਮਜ਼ਮ ਦਾ ਪਾਣੀ ਲੈ ਕੇ ਗਈ ਮੇਰੀ ਅੰਮੀ ਵੀ ਉਹ ਪੁੱਤਰ ਦੇ ਮੂੰਹ 'ਚ ਪਾਣੀ ਹੋ ਸਕਦਾ ਸਖਤੀ ਦੂਰ ਹੋ ਜਾਏ ਮੇਰੇ ਪੁੱਤਰ ਦੀ ਮਾਵਾਂ ਤਾਂ ਫਿਰ ਮਾਵਾਂ ਹੁੰਦੀਆਂ ਨੇ ਬਾਬਾ ਜੀ ਸਿਰਫ ਤਕਰੀਰਾਂ ਨਾਲ ਨਹੀਂ ਗੱਲ ਬਣਦੀ ਸਿਰਫ ਖਤਮਾਂ ਅਤੇ ਆਉਣ ਨਾਲ ਗੱਲ ਨਹੀਂ ਬਣਦੀ ਅੰਦਰੋਂ ਬੈ ਤੈਨੂੰ ਪਤਾ ਲੱਗਿਆ ਵੀ ਮੈਂ ਕਿਸ ਵਾਸਤੇ ਗਿਆ ਸਾਂ ਤਾਂ ਕਿਸ ਨੂੰ ਕਿਹਾ ਮੈਂ ਕਿਬਲਾ ਜਾ ਕੇ ਭਰਾ ਨੂੰ ਨਾ ਹੱਥ ਫੜਿਆ ਜੱਫਾ ਮਾਰਿਆ ਅਤੇ ਉਹਨੇ ਅੱਖਾਂ ਨਹੀਂ ਖੋਲੀਆਂ ਉਸ ਹਾਲਤ ਵਿੱਚ ਸੀ ਅੱਖਾਂ ਨੇ ਬੋਲ ਨਹੀਂ ਸੀ ਸਕਦਾ ਉਸ ਵੇਲੇ ਨਾ ਬਿਲਕੁਲ ਆਖਰੀ ਸਟੇਜ 'ਤੇ ਅੱਖਾਂ ਵੀ ਬੰਦ ਅਤੇ ਲੱਭ ਵੀ ਬੰਦ ਮੈਂ ਮਿਲ ਕੇ ਪਿੱਛੇ ਹੋਇਆ ਇਹ ਹੁਣ ਜੁਮਲੇ ਸੁਣੀ ਮੇਰੀ ਮਾਂ ਕੀ ਹੋਈ ਯਾਰ ਕੀ ਚੀਜ਼ ਅੱਲਾ ਨੇ ਮਾਂ ਬਣਾ ਛੱਡੀ ਹੈ ਕੀ ਚੀਜ਼ ਅੱਲਾ ਨੇ ਬਾਬਾ ਸਾਰੀ ਜ਼ਿੰਦਗੀ ਤੂੰ ਕਰੋੜਾਂ ਵੀ ਕਮਾ ਲੈਣਾ ਤੂੰ ਜਦੋਂ ਵੀ ਏਅਰਪੋਰਟ 'ਤੇ ਆਵੇਂਗਾ ਤਾਂ ਤੂੰ ਰੋਵੇਂਗਾ ਅੱਜ ਮਾਂ ਹੁੰਦੀ ਨਾ ਲੱਖਾਂ ਤੇਰੇ ਇਸਤਕਬਾਲ ਵਾਸਤੇ ਦੁਨੀਆ ਟੁੱਟ ਜਾਏ ਲੱਖਾਂ ਦੁਨੀਆ ਆ ਜਾਏ ਅੱਜ ਮਾਂ ਹੁੰਦੀ ਨਾ ਤਾਂ ਚਾਅ ਵੱਖਰਾ ਕਰਦੀ ਹੈ ਆਉਂਦੀ ਨਵੇਂ ਕੱਪੜੇ ਇਸਤਰੀ ਕਰੋ ਮੇਰਾ ਪੁੱਤਰ ਆਉਣ ਲੱਗਾ ਜੇ ਅਤੇ ਘਰ ਵਿੱਚ ਖੁਸ਼ੀਆਂ ਘਰ ਵਿੱਚ ਜਾ ਬਾਬਾ ਰੱਬੇ ਕਾਬਾ ਦੀ ਕਸਮ ਹੈ ਮੈਂ ਮੰਦਰ ਵੇਖ ਆਏ ਜਦੋਂ ਮੇਰੀ ਮਾਂ ਮੇਰੇ ਵੀਰ ਦੇ ਨੇੜੇ ਗਈ ਫਿਰ ਰੋਣ ਵਾਲੇ ਆ ਤੇਰੀਆਂ ਅੱਖਾਂ ਦੇ ਹੱਥੋਂ ਆ ਜਾਣੇ ਨੇ ਜੁਮਲੇ ਸੁਣਿਆ ਰੇ ਹਜੇ ਮੇਰੀ ਮਾਂ ਨੇ ਮੇਰੇ ਵੀਰ ਦਾ ਹੱਥ ਫੜਿਆ ਏ ਹੋਏ ਲੋਕੋ ਹਜੇ ਹੱਥ ਫੜ ਕੇ ਜੁਮਿਆ ਜੇ ਹੋਏ ਅੱਲਾ ਦੀ ਕਸਮ ਸਿਆਲ ਕੋਠੀਆ ਜੁਮਲੇ ਸੁਣਿਆ ਰੇ ਹੋਏ ਮੇਰੇ ਵੀਰ ਨੇ ਅੱਖਾਂ ਖੋਲੀਆਂ ਜੇ ਹੈ ਮੇਰੇ ਵੀਰ ਦੀਆਂ ਅੱਖਾਂ ਖੁੱਲੀਆਂ ਜੇ ਬਾਬਾ ਜੀ ਅੱਖਾਂ ਜੀ ਹੱਥੋਂ ਜਾਰੀ ਹੈ ਮੈਂ ਵੀਰ ਦੇ ਸਾਹਮਣੇ ਹੱਥ ਬਨ ਕੇ ਖਲੋ ਗਿਆ ਮੈਂ ਕਿਹਾ ਵੀਰਾ ਬੋਲ ਹੋਏ ਅੱਜ ਮਾਂ ਮਿਲਣ ਆਈਗਾ ਹੋਏ ਅੱਜ ਮਾਂ ਤੈਨੂੰ ਸੀਨੇ ਲਾਉਣ ਆਈਆ ਬਾਬਾ ਜੀ ਲੱਭ ਹਲਾਂ ਦਾ ਗੱਲਾਂ ਨਹੀਂ ਆਉਂਦੀਆਂ ਹੋਏ ਮੂੰਹ ਹਲਾਂ ਦਾ ਬੜੀ ਕੋਸ਼ਿਸ਼ ਕੀਤੀ ਜੇ ਬਾਬਾ ਜੀ ਗੱਲ ਨਹੀਂ ਪਿਆ ਕਰਦਾ ਅੱਖਾਂ ਜੀ ਹੱਥੋਂ ਵਗਾਈ ਜਾ ਰਿਹਾ ਏ ਹੈ ਵੀਰ ਵੀਰਾਂ ਦੇ ਤਰੇ ਦੀ ਹੋਂਦੇ ਹੈ ਵੀਰ ਵੀਰਾਂ ਦੀਆਂ ਭਾਵਾਂ ਬਾਪ ਸਿਰਾਂ ਦੇ ਹੈ ਤਾਜ ਮੁਹੰਮਦ ਹੈ ਮਾਵਾਂ ਠੰਡੀਆਂ
ਖਾਵਾਂ ਬਾਬਾ ਜੀ ਆਖਰੀ ਵਾਰੀ ਮਾਂ ਨੂੰ ਵੇਖਿਆ ਏ ਹੋਏ ਮੇਰੀ ਮਾਂ ਰੋਂਦੀ ਰਹੀ ਜੇ ਗੱਡੀ ਵਿੱਚ ਰੋਂਦੀ ਰਹੀ ਆਂਦੀ ਏ ਹਫਜ਼ਾ ਮੈਨੂੰ ਵੱਡਾ ਨਹੀਂ ਉਹ ਭੁੱਲਦਾ ਹੋਏ ਮੇਰਾ ਪੁੱਤਰ ਮੈਨੂੰ ਨਹੀਂ ਉਹ ਭੁੱਲਦਾ ਬਾਬਾ ਜੀ ਜਦੋਂ ਵੀਰ ਦੀ ਡੈਡ ਬਾਡੀ ਪਿੰਡ ਆਈ ਏ ਉਹਦੇ ਬੱਚਿਆਂ ਨੇ ਮੈਨੂੰ ਬੜਾ ਰੁਲਾਇਆ ਏ ਉਹਦੀ ਧੀ ਮੇਰੇ ਸਾਹਮਣੇ ਆ ਕੇ ਬਹਿ ਗਈ ਏ ਹਾਂਜੀ ਏ ਚਾਚੂ ਜੀ ਮੇਰਾ ਅੱਬੂ ਬੋਲਦਾ ਨਹੀਂ ਚਾਚੂ ਜੀ ਮੇਰਾ ਪਾਪਾ ਗੱਲਾਂ ਨਹੀਂ ਕਰਦਾ ਚਾਚੂ ਜੀ ਸੁਬਾਹ ਦੀ ਰੋਟੀ ਪਈ ਓ ਹਾਨੀਆਂ ਅੱਬੂ ਜੀ ਇੱਕ ਵਾਰੀ ਅੱਖਾਂ ਖੋਲੋ ਅੱਜ ਤੁਹਾਡੀ ਧੀ ਮਿਲਣ ਆਈ ਜੇ ਹੈ ਅੱਲਾ ਦੀ ਕਸਮ ਰੋਣ ਵਾਲਿਆ ਜੁਮਲੇ ਸੁਣਿਆ ਹੋਏ ਮੈਂ ਆਪਣੀ ਪਤੀ ਜੀ ਨੂੰ ਜੱਪਾ ਮਾਰ ਲਿਆ ਮੈਂ ਕਿਹਾ ਬੱਚੀਏ ਮੈਨੂੰ ਮਾਫ਼ੀ ਦੇ ਦਿਆ ਜੇ ਹੈ ਮੈਂ ਤੁਹਾਡਾ ਪਿਓ ਨਹੀਂ ਬਜਾ ਸਕਿਆ ਹੈ ਮੈਂ ਤੁਹਾਡਾ ਅੱਪਾ ਨਹੀਂ ਜ਼ਿੰਦਾ ਲੈ ਕੇ ਆ ਸਕਿਆ ਹੈ ਮੈਨੂੰ ਮਾਫ਼ੀ ਦੇ ਦਿਆ ਹੈ ਰੋਣ ਵਾਲੀਆ ਹੈ ਗਲੀਆਂ ਦੇ ਅੱਖਾਂ ਵਿੱਚ ਰੋਂਦੀਆਂ ਪਈਆਂ ਨੇ ਹੈ ਪਹਿਲਾਂ ਬਾਪ ਦੀ ਮਈਅਤ ਗਈ ਜੇ ਬਾਬਾ ਜੀ ਸਾਲ ਤੋਂ ਬਾਅਦ ਮਾਂ ਵੀ ਤੁਰ ਗਈ ਆ ਹੈ ਪਤੀ ਜੀਆਂ ਮੇਰੇ ਤੇ ਆ ਗਈਆਂ ਨੇ ਮੈਂ ਜਨਾਜ਼ੇ ਤੇ ਰੋ ਕੇ ਆਖਿਆ ਏ ਓਏ ਲੋਕੋ ਹੋਏ ਮੈਂ ਪੈਸੇ ਵੀ ਬੜੇ ਦਿਆਂਗਾ ਹੋਏ ਮੈਂ ਮਕਾਨ ਵੀ ਬਣਾ ਕੇ ਦਿਆਂਗਾ ਹੋਏ ਮੈਂ ਕਾਰੋਬਾਰ ਵੀ ਦਿਆਂਗਾ ਹੋਏ ਮੈਂ ਸ਼ਾਦੀਆਂ ਵੀ ਕਰਾਂਗਾ ਪਰ ਮੈਂ ਮਾਂ ਨਹੀਂ ਜੇ ਲੈ ਕੇ ਆ ਸਕਦਾ ਹੋਏ ਪਰ ਮੈਂ ਇਹਨਾਂ ਦਾ ਪਿਓ ਨਹੀਂ ਜੇ ਲੈ ਕੇ ਆ ਸਕਦਾ ਹੋਏ ਯਤੀਮ ਯਤੀਮ ਹੁੰਦੇ ਜੇ ਕਦੀ ਯਤੀਮਾਂ ਨੂੰ ਝਿੜਕ ਨਾ ਮਾਰਿਆ ਰੇ ਕਦੀ ਯਤੀਮਾਂ ਨੂੰ ਦਾਬਾ ਨਾ ਮਾਰਿਆ ਰੇ ਬਾਬਾ ਜੀ ਅੱਜ ਵੀ ਜਦੋਂ ਸ਼ਾਮ ਦਾ ਵੇਲਾ ਆਉਂਦਾ ਏ ਹੋਏ ਮੇਰੀ ਪਤੀ ਜੀ ਜਦੋਂ ਬਿਸਤਰ ਤੇ ਸੌਣ ਲੱਗਦੀ ਏ ਚੀਖ ਮਾਰ ਕੇ ਆਉਂਦੀ ਏ ਅੰਮੀ ਆ ਜਾ ਹੱਲਾ ਦੀ ਕਸਮ ਅਸਾਂ ਕਸਰ ਕੋਈ ਨਹੀਂ ਛੱਡੀ ਹੋਏ ਅਸੀਂ ਕਦੀ ਉੱਚੀ ਵੀ ਉਹਨਾਂ ਦੇ ਸਾਹਮਣੇ ਨਹੀਂ ਜੇ ਬੋਲੇ ਹੋਏ ਅਸੀਂ ਕਦੀ ਦਾਬਾ ਵੀ ਨਹੀਂ ਜੇ ਮਾਰਿਆ ਹੋਏ ਕਿਤੇ ਮਾਂ ਦੀ ਯਾਦ ਨਾ ਆ ਜਾਏ ਹੋਏ ਕਿਤੇ ਮੇਰੇ ਪਿਓ ਦੀ ਯਾਦ ਨਾ ਆ ਜਾਏ ਹੋਏ ਰੋਣ ਵਾਲੀਆ ਫਿਰ ਵੀ ਜਦੋਂ ਮੇਰੇ ਸਾਹਮਣੇ ਰੋਂਦੀ ਏ ਹੋਏ ਮੇਰੀਆਂ ਚੀਖਾਂ ਨਿਕਲੀ ਜਾਂਦੀਆਂ ਜੇ ਹੋਏ ਮੈਂ ਨਾ ਦੁਨੀਆ ਵਾਲਿਓ ਹੋਏ ਪਿਓ ਮਰ ਜਾਣ ਮੇਲੇ ਮੁੱਕ ਜਾਂਦੇ ਰੇ ਹੋਏ ਮਾਵਾਂ ਮਰ ਜਾਣ ਉਲਾਦਾਂ ਰੁੱਲ ਜਾਂਦੀਆਂ ਨੇ ਹੋਏ ਜਿੰਨੇ ਮਰਜ਼ੀ ਵੀ ਚਾਚੇ ਜੱਫੇ ਮਾਰ ਲੈਣ ਹੋਏ ਜਿੰਨੀਆਂ ਮਰਜ਼ੀ ਵੀ ਚਾਚੀਆਂ ਜੱਫੇ ਮਾਰ ਲੈਣ ਹੋਏ ਮਾਵਾਂ ਮਾਵਾਂ ਹੀ ਆਉਂਦੀਆਂ ਨੇ ਪਿਓ ਪਿਓ ਹੀ ਆਉਂਦੇ ਨੇ ਥਾਈਓ ਤੇ ਮੀਆਂ ਸਾਹਿਬ ਆਉਂਦੇ ਨੇ ਬਾਪ ਮਰੇ ਤੇ ਮੁੱਕ ਗਈ ਗੱਲ ਨੇੜੇ ਲੈ ਗਿਆ ਸੁਣਿਓ ਯਾਰ ਹੋਏ ਬਾਪ ਮਰੇ ਤੇ ਸਿਰ ਨਾ ਹੋਵੇ ਹੱਥਾਂ ਵੀਰ ਮਰ ਕੰਡੇ ਖਾਲੀ ਹੋਏ ਮਾਵਾਂ ਵਾਜੇ ਮੁਹੰਮਦ ਬਖਸ਼ਾ ਤੇ ਕੌਣ ਕਰੇ ਰੱਖੇ ਵਾਲੀ ਮਾਵਾਂ ਬਾਜ ਮੁਹੰਮਦ ਬਖਸ਼ਾ ਤੇ ਕੌਣ ਕਰੇ ਰਖਵਾਲੀ ਕੋਈ ਨਹੀਂ ਜੇ ਕਰਦਾ ਸੱਚੀ ਗੱਲ ਜੇ ਰੱਬੇ ਕਾਬਾ ਦੀ ਕਸਮ ਸਾਡੇ ਤੇ ਬੀਤ ਦੀ ਪਈ ਹੈ ਤੇ ਮੈਨੂੰ ਪਤਾ ਜਿੰਨਾ ਮਰਜ਼ੀ ਵੀ ਕਰ ਲਓ ਨਾ ਬਾਬਾ ਜੀ ਮਾਂ ਪਿਓ ਦਾ ਅਹਿਸਾਸ ਰਹਿੰਦਾ ਮਾਂ ਪਿਓ ਦਾ ਦੁੱਖ ਰਹਿੰਦਾ ਜੇ
ਮੈਂ ਆਖਰੀ ਗੱਲ ਕਰਕੇ ਬਸ ਛੱਡਣ ਲੱਗਾ। ਜਿਹੜਾ ਟਾਈਮ ਦਿੱਤਾ ਸੀ ਇਨਸ਼ਾਅੱਲਾ 4 ਵਜੇ ਅਸੀਂ ਦੁਆ ਕਰਨੀ ਹੈ, 5 ਤੋਂ 7 ਮਿੰਟ ਮੇਰੀ ਗੱਲ ਸੁਣ ਲਓ, ਉਸ ਤੋਂ ਬਾਅਦ ਫਿਰ ਖਤਮ ਦਾ ਸਮਾਨ ਲੈ ਕੇ ਆਇਓ। ਬਾਬਾ ਜੀ ਜਿਹਦੇ 'ਤੇ ਬੀਤੀ ਹੋਵੇ ਉਹਨੂੰ ਪਤਾ ਹੁੰਦਾ, ਇੱਕ ਬੰਦੇ ਦੀ ਅੱਲਾ ਨਾ ਕਰੇ ਕੋਈ ਦੁਕਾਨ ਨੂੰ ਮਸਲਾ ਬਣ ਜਾਏ, ਅੱਗ ਲੱਗ ਜਾਏ, ਕੋਈ ਵੀ ਕੰਮ ਬਣ ਜਾਏ ਅਤੇ ਲੋਕ ਤਾਂ ਆ ਕੇ ਤਸੱਲੀਆਂ ਦਿੰਦੇ ਨੇ ਜੀ ਕੋਈ ਗੱਲ ਨਹੀਂ, ਚੌਧਰੀ ਸਾਹਿਬ ਕੋਈ ਗੱਲ ਨਹੀਂ, ਮਲਿਕ ਸਾਹਿਬ ਮਹਿਤਲਾ ਸਾਹਿਬ ਕੋਈ ਗੱਲ ਨਹੀਂ। ਮੈਂ ਨਾ ਉਸ ਬੰਦੇ ਨੂੰ ਪੁੱਛੋ ਜਿਹਦੇ 'ਤੇ ਬੀਤਦੀ ਪਈ ਹੈ, ਬਾਬਾ ਬੰਦੇ ਦੀ ਇੱਕ ਮੱਝ ਦਾ ਨੁਕਸਾਨ ਹੋ ਜਾਏ ਅਤੇ ਮੈਂ ਮਾਲਕ ਰੋਂਦੇ ਵੇਖੇ ਨੇ, ਅਤੇ ਲੋਕ ਕਹਿੰਦੇ ਯਾਰ ਮੱਝ ਮਰ ਗਈ ਬੰਦਾ ਫਿਰ ਰੋਂਦਾ ਸੀ। ਮੈਂ ਆਖਿਆ ਚੱਲਿਆ ਉਹ ਜਿਹਦਾ 2-2.5 ਲੱਖ 3 ਲੱਖ ਦਾ ਨੁਕਸਾਨ ਹੋ ਗਿਆ ਉਹਨੂੰ ਪੁੱਛਣਾ, ਅਸਾਂ ਤਾਂ ਤਕਰੀਰਾਂ ਕਰਕੇ ਟੁਰ ਜਾਣਾ, ਤੁਸਾਂ ਵੀ ਬਾਬਾ ਜੀ ਟੁਰ ਜਾਣਾ, ਉਹਨੂੰ ਪੁੱਛੋ ਜਿਹਦਾ ਨੁਕਸਾਨ ਹੋ ਗਿਆ, ਜਿਹਦੀ ਮਾਂ ਨੇ ਫਿਰ ਨਹੀਂ ਆਉਣਾ, ਜਿਹਦੀਆਂ ਭੈਣਾਂ ਨੇ ਫਿਰ ਫਿਰ ਕਈ ਵਾਰੀ ਬਾਬਾ ਜੀ ਕੁਝ ਭੈਣਾਂ ਹੁੰਦੀਆਂ ਨੇ ਭਰਾਵਾਂ ਨਾਲ ਬੜਾ ਹੀ ਪਿਆਰ ਕਰਦੀਆਂ ਆਪਣੀ ਜਾਨ ਤੋਂ ਵੀ ਜ਼ਿਆਦਾ, ਅਤੇ ਬੰਦੇ ਨੂੰ ਕਹਿੰਦੀਆਂ ਨੇ ਖਬਰਦਾਰ ਮੇਰੇ ਮੇਰੇ ਭਰਾ ਦੇ ਬਾਰੇ ਨਾ ਕੋਈ ਗੱਲ ਕਰੀ। ਇੱਕ ਉਹ ਮਾਂ ਸੀ ਜਿਹਦਾ ਨਾਂ ਜਨਾਬ ਸੈਯਦਾ ਫਾਤਿਮਾ ਤੁ ਜ਼ਹਰਾ ਹੈ, ਵੱਡੇ ਪੁੱਤਰ ਦਾ ਨਾਂ ਇਮਾਮੇ ਹਸਨ ਹੈ, ਛੋਟੇ ਪੁੱਤਰ ਦਾ ਨਾਂ ਇਮਾਮੇ ਹੁਸੈਨ ਹੈ। ਮੈਂ ਜਨਾਬ ਸੈਯਦਾ ਦਾ 5 ਤੋਂ 7 ਮਿੰਟ ਦੇ ਅੰਦਰ ਵਿਸਾਲ ਪੜ੍ਹ ਕੇ ਇਜਾਜ਼ਤ ਚਾਹਾਂਗਾ। ਇੱਕ ਰਾਤ ਐਸੀ ਰਾਤ ਆਈ ਹਸਨ ਪਾਕ ਦੀ ਅੰਮੀ ਰੋਂਦਿਆਂ ਰੋਂਦਿਆਂ ਬਾਬੇ ਨੂੰ ਯਾਦ ਪੀਆਂ ਕਰਦੀਆਂ ਸਨ, ਧੀਆਂ ਬਾਬਾ ਜੀ ਪਿਓ ਨਾਲ ਬੜਾ ਪਿਆਰ ਕਰਦੀਆਂ, ਕਸਮ ਖੁਦਾ ਇੰਨਾ ਪੁੱਤਰ ਨਹੀਂ ਜੇ ਪਿਆਰ ਕਰਦੇ, ਮੇਰੀ ਗੱਲ ਅਜ਼ਮਾ ਲਿਓ, ਬਾਪ ਅੱਧੀ ਰਾਤ ਨੂੰ ਵੀ ਥੱਕਿਆ ਆਵੇ ਨਾ ਅਤੇ ਪੁੱਤਰ ਅੱਖ ਨਹੀਂ ਖੋਲਦਾ, ਅੱਬਾ ਆਖੇ ਵੀ ਉੱਠ ਓਏ, ਕਹਿੰਦਾ ਅੱਬਾ ਮੈਂ ਸੁੱਤਾ ਵਾਂ, ਅਤੇ ਧੀ ਨੂੰ ਨਾਂ ਵੀ ਆਖੇਗਾ ਨਾ ਬਾਬਾ ਜੀ, ਅਤੇ ਧੀ ਉੱਠ ਕੇ ਆਖੇਗੀ ਅੱਬੂ ਜੀ ਖਾਣਾ ਲੈ ਕੇ ਆਵਾਂ, ਆਉਂਦੀਆਂ ਨੇ ਕਿ ਨਹੀਂ ਆਉਂਦੀਆਂ, ਮੇਰੇ ਨਾਲ ਬੋਲਿਓ ਯਾਰ ਗਵਾਈ ਦੇ, ਧੀ ਕੀ ਆਉਂਦੀ ਅੱਬੂ ਜੀ ਪਾਣੀ ਲਿਆਵਾਂ, ਨਹੀਂ ਧੀਏ ਮੈਂ ਖਾਣਾ ਖਾ ਆਇਆ ਯਾਰਾਂ ਨਾਲ ਗਿਆ, ਚਲੋ ਅੱਬੂ ਜੀ ਇੱਕ ਲੁਕਮਾ ਹੀ ਲਾ ਲਓ, ਹਾਏ ਹਾਏ, ਅਤੇ ਧੀ ਉਹ ਚੀਜ਼ ਜ਼ਿਆਦਾ ਪਕਾਉਂਦੀ ਜਿਹੜੀ ਅੱਬੇ ਨੂੰ ਪਸੰਦ ਹੋਵੇ, ਇਹ ਮੇਰੀ ਗੱਲ ਸੁੱਟ ਨਾ ਪਾਇਓ, ਇਹ ਮੇਰੀ ਛੋਟੀ ਜਿਹੀ ਬੇਟੀ ਹੈ, ਤੁਹਾਡੀਆਂ ਵੀ ਬੇਟੀਆਂ ਨੇ ਬਾਬਾ ਜੀ, ਅਜੇ ਉਹਨੂੰ ਸਹੀ ਬੋਲਣਾ ਵੀ ਨਹੀਂ ਆਉਂਦਾ, ਅਤੇ ਜਦੋਂ ਘਰ ਜਾਂਦਾ ਤਾਂ ਆ ਕੇ ਸੀਨੇ 'ਤੇ ਬਹਿ ਜਾਂਦੀ, ਅਤੇ ਜਿੱਡਾ ਮਰਜ਼ੀ ਵੀ ਮੈਂ ਥੱਕਿਆ ਹੋਵਾਂ ਤਾਂ ਥਕਾਵਟ ਲੱਥ ਜਾਂਦੀ, ਉਹ ਬੰਦਾ ਮਿਸਤਰੀਆਂ ਪਿੱਛੇ ਵੀ ਸਾਰਾ ਦਿਨ ਲੱਗਾ ਹੋਵੇ, ਇੱਕ ਵਾਰੀ ਧੀ ਆ ਕੇ ਸੀਨੇ 'ਤੇ ਬਹਿ ਕੇ ਸਿਰ ਦਬਾਵੇ ਨਾ ਨੰਨੇ ਨੰਨੇ ਹੱਥਾਂ ਨਾਲ, ਅਤੇ ਪਿਓ ਆਉਂਦਾ ਮੇਰੀ ਦੁਨੀਆਂ ਦੀ ਥਕਾਵਟ ਮੁੱਕ ਗਈ ਹੈ। ਬਾਬਾ ਧੀਆਂ ਨੂੰ ਬੜੇ ਆਸ ਹੁੰਦੀ ਹੈ, ਇਹ 500 ਰੁਪਇਆ ਤੂੰ ਈਦ ਦੇ ਕੇ ਉਹਨੇ 1000 ਰੁਪਇਆ ਆਪਣੀ ਭੈਣ ਨੂੰ ਜਾਂ ਆਪਣੀ ਧੀ ਨੂੰ, ਇਹ ਨਾ ਸਮਝੀ ਉਹ ਤੇਰੀ ਈਦ 'ਤੇ ਬੈਠੀ ਹੈ, ਹੋ ਸਕਦਾ ਉਹਦੀ ਅਲਮਾਰੀ ਵਿੱਚ 50 ਲੱਖ ਰੁਪਇਆ ਪਿਆ ਹੋਵੇ, ਉਹਦੇ ਅਕਾਊਂਟ ਵਿੱਚ 1 ਲੱਖ ਰੁਪਇਆ, 10 ਲੱਖ ਰੁਪਇਆ, 1 ਕਰੋੜ ਪਿਆ ਵੀ ਹੋਵੇ, ਅਤੇ ਫਿਰ ਵੀ ਪਤਾ ਕੀ ਆਉਂਦੀ ਹੈ, ਇੱਧਰ ਤਵੱਜੋ ਕਰਿਓ ਜੀ, ਫਿਰ ਵੀ ਫੋਨ ਕਰਕੇ ਆਉਂਦੀ ਵੀਰਾ ਈਦ ਨੇੜੇ ਆ ਗਈ ਰੋਟੀ ਦੇਣ ਨਹੀਂ ਆਉਣਾ, ਹਾਏ 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 ਦਰਦੇ ਦਿਲ ਨਾਲ ਗੱਲਾਂ ਸੁਣੋ ਯਾਰ, ਵੀਰਾ ਫਿਰ ਅੱਬੇ ਨੂੰ ਫੋਨ ਕਰੇਗੇ, ਅੱਬੂ ਜੀ ਭਾਈ ਜਾਨ ਨੇ ਨਹੀਂ ਆਉਣਾ, ਅੱਬਾ ਕਹਿੰਦਾ ਮੇਰਾ ਤਾਂ ਟਾਈਮ ਕੋਈ ਨਹੀਂ ਅਤੇ ਮੈਂ ਤੇਰੇ ਭਰਾ ਨੂੰ ਟੋਰਾਂਗਾ, ਰੱਬੇ ਕਾਬਾ ਦੀ ਕਸਮ ਹੈ ਸੁਣਨ ਨਾਲ ਲਿਖਣ ਵਾਲੀਆਂ ਗੱਲਾਂ, ਜਦੋਂ ਵੀਰ ਜਾਂਦਾ ਨਾ ਅਤੇ ਭੈਣ ਕਰੋੜਪਤੀ ਵੀ ਹੋਵੇ ਨਾ ਬਾਬਾ ਜੀ, ਉਹ ਮਹਿਸੂਸ ਨਹੀਂ ਹੋਣ ਦਿੰਦੀ ਆਪਣੇ ਭਰਾ ਨੂੰ ਕਿ ਤੂੰ ਗਰੀਬ ਹੈ ਅਤੇ ਮੈਂ ਅਮੀਰ ਹਾਂ, ਮੇਰੀ ਗੱਲ ਸੁਣਨਾ, ਉਹ ਮਹਿਸੂਸ ਨਹੀਂ ਹੋਣ ਦਿੰਦੀ, ਕਸਮ ਖੁਦਾ ਦੀ। ਇਹ ਕੈਂਟ ਦੇ ਅੰਦਰ ਇੱਕ ਦੀ ਭੈਣ ਵਿਆਹ ਕਰਦੀ ਨਾ ਸਿਆਲਕੋਟ ਕੈਂਟ ਦੇ ਅੰਦਰ, ਤੋ ਭਰਾ ਗਰੀਬ ਸੀ ਬਾਬਾ ਜੀ, ਉਹ ਸਾਈਕਲ 'ਤੇ ਈਦ ਦੇਣ ਜਾ ਰਿਹਾ ਕੈਂਟ, ਅਤੇ 2 ਗੱਡੀਆਂ ਪਰਾਡੋ ਉਹਦੀ ਭੈਣ ਦੇ ਗਰਾਜ ਵਿੱਚ ਖੜੀਆਂ ਸਨ, ਉਹ ਈਦ ਦੇਣ ਪਿਆ ਜਾਂਦਾ, ਉਹ ਆਪਣੀ ਮੁਹੱਬਤ ਵਾਸਤੇ ਜਾ ਰਿਹਾ, ਲੱਖਾਂ ਇੱਕ ਪਾਸੇ, ਭਰਾ ਦੀ ਈਦ ਇੱਕ ਪਾਸੇ। ਇਹ ਗੱਲ ਮੇਰੇ ਵੱਲ ਸੁਣਿਓ ਬਾਬਾ ਜੀ, ਤੇਰੇ ਸਾਰੇ ਮਜਮਾ ਰੋ ਪਿਆ, ਜੁਮਲੇ ਜ਼ਾਇਆ ਨਾ ਕਰੀ, ਸਾਈਕਲ ਚਲਾ ਕੇ ਜਾਂਦਾ ਪਿਆ, ਉਹਦੀ ਭੈਣ ਨੇ ਮੈਨੂੰ ਗੱਲ ਸੁਣਾਈ ਬਾਬਾ ਜੀ, ਜੁਮਲੇ ਸੁਣਿਆ, ਹੁਣ ਉੱਥੇ ਕੋਠੀਆਂ ਕੈਂਟ ਤੁਸੀਂ ਗਏ ਹੋ ਨਾ ਜੀ ਬਾਬਾ ਜੀ, ਕੈਸਾ ਸਾਈਕਲ ਵਾਲਾ ਤਾਂ ਕੰਮ ਹੀ ਕੋਈ ਨਹੀਂ ਉੱਥੇ, ਮੋਟਰਸਾਈਕਲ ਵਾਲਾ, ਗੱਡੀਆਂ ਲੋਕ, ਅਮੀਰ ਕਰੋੜਾਂਪਤੀ ਲੋਕ, ਏਡੀ ਵੱਡੀ ਕੋਠੀ, ਗੱਡੀਆਂ ਖਲੋਤੀਆਂ, ਹੁਣ ਭਰਾ ਸਾਈਕਲ 'ਤੇ ਜਾ ਰਿਹਾ ਭੈਣ ਨੂੰ ਈਦ ਦੇਣ, ਦਰਵਾਜ਼ਾ ਖੜਕਾਇਆ, ਉਹ ਪਿੰਡ ਵਾਲਿਓ ਬਾਬਿਓ
ਜੁਮਲੇ ਅੰਦਰੋਂ ਸੁਣਿਓ ਯਾਰ। ਭੈਣ ਨੇ ਕੈਮਰੇ 'ਚ ਵੇਖਿਆ ਕਿ ਬਾਹਰ ਤਾਂ ਮੇਰਾ ਵੀਰ ਖਲੋਤਾ ਹੈ। ਬਾਹਰ ਕੌਣ ਖੜਾ? ਮੇਰਾ ਵੀਰ ਖੜਾ। ਉਹਨੇ ਬਾਬਾ ਜੀ ਪੁੱਤਰ ਉਹਦੇ ਸੁੱਤੇ ਸਨ, ਉਹਨੂੰ ਸੁੱਤਿਆਂ ਨੂੰ ਉਠਾ ਛੱਡਿਆ। ਉਹਨੇ ਕਿਹਾ ਪੁੱਤਰ ਉੱਠੋ, ਅੰਮੀ ਜੀ ਕੀ ਹੋਇਆ? ਉਹਨੇ ਕਿਹਾ ਤੁਹਾਡਾ ਮਾਮੂ ਆਇਆ ਜੇ। ਆਏ ਹਾਏ, ਤੁਹਾਡਾ ਮਾਮੂ ਆਇਆ ਹੈ? ਜੁਮਲੇ ਰੁਲਾ ਦੇ। ਜਦੋਂ ਇੰਨੀ ਗੱਲ ਕੀਤੀ ਨਾ, ਤੋ ਉੱਠ ਲਓ ਤੇ ਉਹ ਵੀ ਬੜਾ ਪਿਆਰ ਕਰਦੇ ਸਨ ਮਾਮੂ ਨਾਲ। ਉਹ ਵੀ ਉਹਨਾਂ ਵੀ ਕਦੀ ਨਹੀਂ ਸੀ ਆਖਿਆ ਮਾਮੇ ਸਾਡੇ ਗਰੀਬ ਨੇ ਤੇ ਅਸੀਂ ਅਮੀਰ ਹਾਂ। ਜਿਹੜੇ ਭਣੇਵੇਂ ਵੀ ਆਕੜਨ ਉਹ ਵੀ ਚੰਗੇ ਨਹੀਂ ਹੁੰਦੇ। ਭਣੇਵਿਆਂ ਨੂੰ ਅਹਿਸਾਸ ਹੋਣਾ ਚਾਹੀਦਾ ਕਿ ਸਾਡੀ ਮਾਂ ਦਾ ਭਰਾ ਹੈ। ਸਾਰੀ ਜ਼ਿੰਦਗੀ ਉਹਨਾਂ ਦੇ ਸਾਹਮਣੇ ਅੱਖ ਨਾ ਚੁੱਕੋ, ਮਾਮਿਆਂ ਦੇ ਸਾਹਮਣੇ ਸਾਰੀ ਜ਼ਿੰਦਗੀ ਉਹਨਾਂ ਨੂੰ ਕੋਈ ਉੱਚੀ ਗੱਲ ਨਾ ਕਰੋ, ਯਾਦ ਕਰੋ ਯਾਰ ਤੁਹਾਡੀ ਮਾਂ ਜਿਹੜੀ ਸੀ ਨਾ ਉਹ ਤੇ ਭਰਾ ਨੇ। ਸਾਰੀ ਜ਼ਿੰਦਗੀ ਉਹਨਾਂ ਦਾ ਅਦਬ ਕਰੋ। ਉਹ ਬਾਬਾ ਜੀ ਕੋਈ ਚੰਗੀ ਮਾਂ ਦੇ ਪੁੱਤਰ ਸਨ। ਅੰਦਰ ਜਲਦੀ ਜਲਦੀ ਉੱਠੇ, ਬਾਹਰ ਆਏ, ਗਾਰਡ ਖੜਾ ਸੀ। ਸਾਹਿਬ ਮੈਨੂੰ ਦੱਸੋ ਨਾ, ਕਿਹਾ ਨਹੀਂ ਤੇਰੇ ਵਾਲਾ ਨਹੀਂ ਕੰਮ, ਇਹ ਸਾਡੇ ਵਾਲਾ ਕੰਮ ਹੈ। ਇਹ ਜੀ ਮੈਨੇ ਸੁਣ, ਮਾਮੂ ਦੀ ਸਾਈਕਲ ਲਈ, ਚੁੰਮਦੇ ਸਾਈਕਲ ਲੈ ਕੇ ਅੰਦਰ ਆਏ ਤੇ ਭੈਣ ਜਿਹੜੀ ਨਾ ਉਹ ਅੰਦਰੋਂ ਬਾਹਰ ਵੀ ਨਿਕਲੇ ਇਸਤਕਬਾਲ ਵਾਸਤੇ ਭਰਾ ਦੇ। ਤੇ ਭਰਾ ਗਰੀਬ ਸੀ, ਦਿਹਾੜੀਦਾਰ ਸੀ ਬਾਬਾ ਜੀ। ਉਹਨੇ ਜੇਬ 'ਚ ਨਾ ਜਾਂਦੇ, ਕਈਆਂ ਦੀ ਆਦਤ ਹੁੰਦੀ ਵੈ ਫੜ ਲੈ ਵੀ ਮੇਰੇ ਕੋਲ ਕਿਤੇ ਡਿੱਗ ਨਾ ਪੈਣ। ਉਹਨੇ ਬਾਬਾ ਜੀ ਜਾਂਦੇ 500 ਰੁਪਇਆ ਕੱਢਿਆ, ਜਿਹਨੇ ਜੋਗਾ ਵਿਚਾਰਾ ਆਇਆ ਸੀ। ਉਹਨੇ ਆਖਿਆ ਇੱਧਰ ਆ ਬਾਜੀ। ਉਹਨੇ ਕਿਹਾ ਭਰਾਵਾ ਖੈਰ ਅੰਦਰ ਤੇ ਆ, ਪਾਣੀ ਛਾਣੀ ਪਹਿਲਾਂ ਹੀ ਇੱਧਰ ਫੜ ਲੈ, ਬਾਅਦ 'ਚ ਕੀ ਪਤਾ ਹੁੰਦਾ। ਉਹਨੇ ਬਾਬਾ ਜੀ ਭੈਣ ਦੇ ਹੱਥ ਵਿੱਚ ਜਦੋਂ 500 ਰੁਪਇਆ ਦਿੱਤਾ ਨਾ, ਉਸ ਕਰੋੜਪਤੀ ਭੈਣ ਦੀਆਂ ਚੀਖਾਂ ਨਿਕਲ ਗਈਆਂ। ਉਹਨੇ ਭੈਣ ਦੇ ਸਾਹਮਣੇ ਹੱਥ ਬੰਨ ਲਏ, ਜੁਮਲੇ ਸੁਣੀ ਤੇ ਸੁਲਤਾਨੀ ਤਕਰੀਰ ਛੱਡਣ ਲੱਗੀ। ਆਪਣੀ ਭੈਣ ਦੇ ਸਾਹਮਣੇ ਹੱਥ ਬਣ ਕੇ ਆਂਦਾ, ਭੈਣਾ ਅਗਰ ਪੈਸੇ ਥੋੜੇ ਨੇ 500 ਮੈਂ ਹੋਰ ਲੈ ਕੇ ਆਇਆ ਵਾਂ, ਉਹ ਵੀ ਲੈ ਲੈ, ਪਰ ਮੇਰੀ ਮਾਂ ਦੀ ਜਾਏ ਮੇਰੇ ਸਾਹਮਣੇ ਅਥਰੂ ਨਾ ਵਗਾਵੀ, ਹੋਏ ਮੇਰੇ ਸਾਹਮਣੇ ਨਾ ਰੋਵੀ। ਬਾਬਾ ਜੀ ਭੈਣ ਵੀਰ ਨੂੰ ਜਫੇ ਮਾਰ ਲੈ, ਆਪਣੇ ਵੀਰ ਦਾ ਮੱਥਾ ਜੰਮਦੀ ਏ, ਕਦੀ ਵੀਰ ਦੇ ਪੈਰ ਜੰਮਦੀ ਏ, ਆਂਦੀ ਏ ਵੀਰਾ ਮੈਂ ਪੈਸਿਆਂ ਦੀ ਵਜ੍ਹਾ ਤੋਂ ਨਹੀਂ ਰੋਏ, ਅੱਜ ਮੈਨੂੰ ਅੰਮਾ ਯਾਦ ਆਈਗਾ, ਅੱਜ ਮੈਨੂੰ ਮੇਰਾ ਅੱਬਾ ਯਾਦ ਆਇਆ, ਹੋਏ ਅੱਗੇ ਅੱਬਾ ਤੇਰੇ ਨਾਲ ਆਉਂਦਾ ਰਿਹਾ, ਹੋਏ ਅੱਗੇ ਮਾਂ ਨਾਲ ਆਉਂਦੀ ਰਹੀ ਏ, ਹੋਏ ਮੈਂ ਤਲਾ ਸਾ ਜੁਮਲੇ ਰੁਲਾ ਦਿੰਦੇ ਨੇ। ਉਹਨੇ ਵੀਰ ਦਾ ਹੱਥ ਫੜਿਆ ਜੇ, ਆ ਜੁਮਲੇ ਸੁਣੀ, ਉਹਨੇ ਵੀਰ ਦਾ ਹੱਥ ਫੜਿਆ ਤੇ ਅੰਦਰ ਲੈ ਗਈ ਏ, ਆਪਣੇ ਕਮਰੇ ਦੀ ਅਲਮਾਰੀ ਖੋਲੀ ਏ। ਬਾਬਾ ਜੀ ਜਿੰਨੇ ਸਾਲ ਵੀਰੀ ਦਿੰਦਾ ਯਾਰ ਆਇਆ ਏ, ਹੋਏ 500 ਦਿੰਦਾ ਰਿਹਾ ਜੇ, ਉਸ ਭੈਣ ਵੀਰ ਦੇ ਪੈਸੇ ਨਹੀਂ ਲਾਏ, ਜਿਵੇਂ ਲੈਂਦੀ ਰਹੀ ਏ ਹੁਣ ਜੀ ਆਪਣੀ ਅਲਮਾਰੀ ਵਿੱਚ ਤੈਵਾਂ ਲਾਂਦੀ ਰਹੀ ਏ। ਹਾਂਜੀ ਏ ਵੀਰਾ ਤੇਰੇ ਪੈਸੇ ਮੈਂ ਸਾਂਭ ਕੇ ਰੱਖੇ ਨੇ, ਹੈ ਮੈਨੂੰ 500 ਦੀ ਲੋੜ ਨਹੀਂ, ਮੈਨੂੰ ਵੀਰ ਦੀ ਲੋੜ ਹੈ। ਫਿਰ ਬਾਬਾ ਕਰਬਲਾ ਦਾ ਮੰਦਰ ਵੀ ਜ਼ੇਨ 'ਚ ਆਉਂਦਾ, ਜਨਾਬੇ ਜ਼ਹਰਾ ਸੁਭਾ ਵੀ ਰੋ ਰਹੀਆਂ ਨੇ, ਮੇਰੇ ਨਬੀ ਨੇ ਖਾਬ 'ਚ ਆ ਕੇ ਦੀਨ ਸੀਨੇ ਲਾ ਲਿਆ ਹੈ। ਫਰਮਾਇਆ ਨੀ ਜ਼ਹਰਾ, ਆਖਰੀ ਜੁਮਲੇ ਸੁਣਿਆ ਨੇ, ਜੀ ਬਾਬਾ ਆ ਡਰ ਆਏ। ਫਰਮਾਇਆ ਸੁਭਾ ਦੀ ਯਾਰੀ ਕਰ ਲਈ, ਨੀ ਦੀਏ ਮੈਂ ਤੈਨੂੰ ਲੈਣ ਆਉਣਾ ਹੈ। ਬਾਬਾ ਜੀ ਇੱਧਰੋਂ ਫਜਰ ਦੀਆਂ ਅਜ਼ਾਨਾਂ ਆ ਰਹੀਆਂ, ਜਨਾਬੇ ਜ਼ਹਰਾ ਨੇ ਮੁਸੱਲੇ ਪਾ ਲਏ। ਫਰਮਾਇਆ ਹੁਸੈਨ ਆ ਜਾ,
ਹਸਨ ਆ ਜਾ ਹੈ ਮੈਥਲਾ ਸਾਹਿਬ ਅੱਲਾ ਦੀ ਕਸਮ ਜੁਮਲੇ ਛੱਡਣ ਲਗਾ ਇਹ ਜੁਮਲੇ ਤੇਰੇ ਸੀਨੇ ਤੇ ਨਕਸ਼ਿਓ ਜਾਣੇ ਨੇ ਜਨਾਬੇ ਜ਼ਹਰਾ ਦੇ ਸਾਹਮਣੇ ਹਸਨ ਆ ਗਏ ਨੇ ਹੁਸੈਨ ਆ ਗਏ ਨੇ ਆਂਦੇ ਨੇ ਅੰਮੀ ਜੀ ਕਿਉਂ ਰੋਂਦੇ ਹੋ ਫਰਮਾਇਆ ਹੁਸੈਨ ਮਾਂ ਦਾ ਆਖਰੀ ਵੇਲਾ ਹੈ ਮੇਰੇ ਉਹ ਪੁੱਤਰੋ ਅੱਜ ਮਾਂ ਟੁਰ ਚੱਲੀ ਜੇ ਹੈ ਮੈਥਲਾ ਸਾਹਿਬ ਜਦੋਂ ਮਾਂ ਤੁਹਾਡੀ ਦੁਨੀਆਂ ਤੋਂ ਗਈ ਹੋਣੀ ਹੈ ਕਿਵੇਂ ਪਿਆਰ ਕਰਦੀ ਹੋਣੀ ਹੈ ਕਿਵੇਂ ਬੋਸੇ ਲੈਂਦੀ ਹੋਣੀ ਹੈ ਕਿਵੇਂ ਪੁੱਤਰਾਂ ਵਾਸਤੇ ਖੈਰਾ ਮੰਗਦੀ ਹੋਣੀ ਹੈ ਜਨਾਬੇ ਜ਼ਹਰਾ ਦੇ ਸਾਹਮਣੇ ਹਸਨ ਬੇਰੋਂਦੇ ਨੇ ਹੁਸੈਨ ਬੇਰੋਂਦੇ ਨੇ ਰੋ ਕੇ ਆਂਦੇ ਨੇ ਅੰਮੀ ਜੀ ਨਾ ਜਾਇਆ ਜੇ ਅੰਮੀ ਜੀ ਅਸੀਂ ਕਿਹਦੇ ਸਹਾਰੇ ਜ਼ਿੰਦਗੀ ਗੁਜ਼ਾਰਾਂਗੇ ਅੰਮੀ ਜੀ ਅੱਗੇ ਅੱਧੀ ਰਾਤ ਨੂੰ ਰੋਂਦੇ ਰਹੇ ਹਾਂ ਅੰਮੀ ਜੀ ਨਾਨਾ ਵੀ ਆ ਜਾਂਦਾ ਸੀ ਅੱਜ ਨਾਨਾ ਵੀ ਕੋਈ ਨਹੀਂ ਅੱਜ ਨਾਨੀ ਖਦੀਜਾ ਵੀ ਕੋਲ ਕੋਈ ਨਹੀਂ ਬਾਬਾ ਜੀ ਜਦੋਂ ਜਨਾਬੇ ਜ਼ਹਰਾ ਦਾ ਆਖਰੀ ਵੇਲਾ ਹੈ ਅੱਜ ਹਸਨ ਵੀ ਰੋਂਦੇ ਨੇ ਹੁਸੈਨ ਵੀ ਰੋਂਦੇ ਨੇ ਮੌਲਾ ਅਲੀ ਅੰਦਰ ਆਏ ਨੇ ਵੇਖਿਆ ਜਨਾਬੇ ਜ਼ਹਰਾ ਪਰੇਸ਼ਾਨ ਬੈਠੀਆਂ ਹੋਈਆਂ ਨੇ ਜਨਾਬੇ ਅਲੀ ਨੇ ਸਲਾਮ ਲਈ ਹੈ ਜਨਾਬੇ ਜ਼ਹਰਾ ਨੇ ਅਲੀ ਦਾ ਹੱਥ ਫੜਿਆ ਹੈ ਹੈ ਜੁਮਲੇ ਦੁਨੀਆ ਰੁਲਾ ਦਿੱਤੀ ਜੁਮਲੇ ਸੁਣਿਆ ਨੇ ਅੰਦਰ ਹੁਜਰੇ 'ਚ ਲੈ ਗਈਆਂ ਨੇ ਹੱਥ ਬਣ ਗਈਆਂ ਦੀਆਂ ਨੇ ਅਲੀ ਮੈਂ ਟੁਰ ਚੱਲੀ ਆਏ ਹਾਏ ਅਲੀ ਮੈਂ ਤੇਰਾ ਵੇੜਾ ਛੱਡ ਚੱਲੀ ਹਾਂ ਅਲੀ ਇੰਨੀ ਜ਼ਿੰਦਗੀ ਗੁਜ਼ਾਰ ਗਈ ਹਾਂ ਅਲੀ ਜੇ ਕੋਈ ਗਲਤੀ ਹੋਈ ਮਾਫ਼ ਕਰ ਜਾ ਯਾਰ ਅਲੀ ਜੀ ਮੇਰਾ ਆਖਰੀ ਵੇਲਾ ਆ ਗਿਆ ਹੈ ਅਲੀ ਜੀ ਮੈਂ ਤੁਹਾਡਾ ਗੁਲਸ਼ਨ ਛੱਡ ਕੇ ਜਾ ਰਹੀ ਹਾਂ ਹਾਏ ਮੌਲਾ ਅਲੀ ਵੀ ਰੋਂਦੇ ਨੇ ਜਨਾਬੇ ਜ਼ਹਰਾ ਆਉਂਦੀਆਂ ਨੇ ਅਲੀ ਮੈਂ ਜਾਂਦੀ ਵਾਰੀ ਵਸੀਅਤ ਕਰਨੀ ਹਾਂ ਅਲੀ ਮੇਰੇ ਹੁਸੈਨ ਨੂੰ ਰੋਣ ਨਾ ਦਿਆਰ ਹਾਏ ਤੁਹਾਡੀ ਭੈਣ ਵੀ ਆਉਂਦੀ ਹੋਣੀ ਹੈ ਹੇ ਮੇਰੇ ਵੀਰੋ ਹਾਏ ਮੇਰੇ ਪੁੱਤਰਾਂ ਦੇ ਸਾਇਆ ਬਣ ਜਾਇਆ ਰੇ ਹਾਏ ਆਪਣੇ ਪ੍ਰੇਮੀਆਂ ਨੂੰ ਕੱਲਿਆ ਨਾ ਛੱਡਿਆ ਰੇ ਹਾਏ ਆਪਣੀਆਂ ਪ੍ਰੇਮੀਆਂ ਨੂੰ ਸੀਨੇ ਲਾ ਲਿਆ ਰੇ ਅਲੀ ਮੇਰੇ ਬੱਚਿਆਂ ਨੂੰ ਰੋਣ ਨਾ ਦਿਆ ਜੇ ਅਲੀ ਮੇਰੇ ਹਸਨ ਨੂੰ ਰੋਣ ਨਾ ਦਿਆ ਜੇ ਅਲੀ ਮੈਂ ਤੁਰ ਚੱਲੀ ਹਾਂ ਅਲੀ ਜਦੋਂ ਮੇਰੀ ਯਾਦ ਆਏ ਮੇਰੀ ਕਬਰ ਤੇ ਆ ਜਾਇਆ ਰੇ ਆਖਰੀ ਗੱਲ ਜਨਾਬੇ ਜ਼ਹਰਾ ਨੇ ਹੱਥ ਬਣ ਕੇ ਕੀਤੀ ਹੈ ਹਰਜ ਕੀਤੀ ਅਲੀ ਜਦੋਂ ਮੈਂ ਦੁਨੀਆਂ ਤੋਂ ਜਾਵਾਂ ਮੇਰਾ ਜਨਾਜ਼ਾ ਅੱਧੀ ਰਾਤ ਨੂੰ ਉਠਾਇਆ ਰੇ ਹੋਏ ਕਿਸੇ ਗੈਰ ਮਹਿਰਮ ਦੀ ਨਜ਼ਰ ਮੇਰੀ ਚਾਰ ਪਾਈ ਤੇ ਨਾ ਪੈ ਰਹੀ ਹੋਏ ਲੋਕੋ ਹੁਸੈਨ ਦੀ ਮਾਂ ਦਾ ਜਨਾਜ਼ਾ ਉੱਠਿਆ ਏ ਹਸਨ ਰੋਂਦੇ ਰਹਿ ਗਏ ਨੇ ਹੁਸੈਨ ਰੋਂਦੇ ਰਹਿ ਗਏ ਨੇ ਆਖਰੀ ਜੁਮਲਾ ਸੁਣਿਆ ਰੇ ਹਸਨ ਹੁਸੈਨ ਮਾਂ ਦੀ ਚਾਰ ਪਾਈ ਦੇ ਸਾਹਮਣੇ ਹੱਥ ਬਨ ਕੇ ਰੋ ਰਹੇ ਨੇ ਨਾਲੇ ਆਉਂਦੇ ਆਉਣਗੇ ਮਾਂ ਤੋਂ ਜੰਨਤ ਸੈਸਾ ਜਿਹਦੀ ਜੰਨਤ ਮਾਂ ਉਹ ਇੱਕ ਵਾਰੀ ਆਖੇਗਾ ਮਾਂ ਤੋਂ ਜੰਨਤ ਸੈਸਾਡੀ ਤੇਰੇ ਨਾਲ ਪਰੀ ਥੈਸੀ ਡਾਡੀ ਮਾਂ ਤੋਂ ਜੰਨਤ ਸੈਸਾਡੀ ਤੇਰੇ ਨਾਲ ਪਰੀ ਥੈਸੀ ਡਾਡੀ ਜਦੋਂ ਦਾ ਕਰ ਗਈਏ ਪਰਦਾ ਸਿਰ ਤੂੰ ਉੱਠ ਗਈ ਠੰਡੀ ਛਾਂ
ਅੱਲਾ ਤੇਰੇ ਅਥਰੋ ਕਬੂਲ ਕਰੇ। ਫਿਰ ਜੰਗ ਜੂੰਦੀਆਂ ਦੇ ਮੇਲੇ, ਫਿਰ ਸਾਲਾਂ ਬਾਅਦ ਮੁਲਾਕਾਤ ਹੋਣੀ ਏ। ਹਜ਼ਰਾ ਜੁਮਲੇ ਸੁਣਿਆ ਰੇ, ਜਦੋਂ ਦਾ ਕਰ ਗਈਏ ਪਰਦਾ, ਜਦੋਂ ਦਾ ਕਰ ਗਈਏ ਪਰਦਾ, ਸਿਰ ਤੂੰ ਉੱਠ ਗਈ ਠੰਡੀ ਛਾਂ, ਦੱਸ ਕਿੱਥੋਂ ਲਵਾਂਗੇ। ਹੈ ਨੌਜਵਾਨਾਂ ਅੱਲਾ ਅਥਰੂ ਕਬੂਲ ਕਰੇ। ਹੈ ਦੱਸ ਕਿੱਥੋਂ ਲਵਾਂਗੇ, ਹੈ ਮਾਂ ਮੇਰੀ ਨੇ ਬਾਗ ਲਗਾਇਆ। ਸੁਣੋ ਪੁੱਤਰ ਜੀ ਨੇ ਬੈਠੇ ਹੋ, ਹੈ ਮਾਂ ਮੇਰੀ ਨੇ ਬਾਗ ਲਗਾਇਆ। ਇੱਕ ਵੱਡਾ ਪੁੱਤਰ, ਇੱਕ ਛੋਟਾ ਪੁੱਤਰ, ਇੱਕ ਉਸ ਤੋਂ ਦਰਮਿਆਨਾ ਹੈ। ਭੈਣਾਂ ਵੀ ਛੱਡ ਗਈ ਹੈ, ਧੀਆਂ ਵੀ ਛੱਡ ਗਈ ਹੈ, ਆਪਣੀ ਨਿਸ਼ਾਨੀ ਪਿੰਡ ਵਿੱਚ ਛੱਡ ਕੇ ਕਬਰਸਤਾਨ ਤੁਰ ਗਈ ਹੈ। ਅੱਲਾ ਦੀ ਕਸਮ, ਮਾਂ ਮੇਰੀ ਨੇ ਬਾਗ ਲਗਾਇਆ। ਬਾਬਾ ਜੀ, ਮਾਂ ਮੇਰੀ ਨੇ ਬਾਗ ਲਗਾਇਆ, ਮਸ਼ੀਕਾਂ ਪਰ ਪਰ ਪਾਣੀ ਪਵਾਇਆ। ਸੁਣਿਓ, ਲੱਗੇ ਅੰਗੋਰਾਂ ਦੇ ਗੁੱਛੇ, ਨੀ ਮਹਾਏ ਆਏਗੀ ਕਿਹੜੀ ਰੁੱਤੇ। ਫਿਰ ਜਾਂਦੀ ਵਾਰੀ ਕਹਿ ਰਹਾ ਵਾਂ, ਸਾਨੂੰ ਸੀਨੇ ਲਾਣ ਵਾਲਾ। ਅੱਬੇ ਦੇ ਬਾਰੇ ਵੀ ਸੁਣ ਲਵੋ, ਬਾਪ ਦੇ ਬਾਰੇ, ਅੰਮਾ ਤੇ ਅੱਬੇ ਦੀ ਸ਼ਾਨ। ਸਾਨੂੰ ਸੀਨੇ ਲਾਣ ਵਾਲਾ, ਜੁਦਾਈਆਂ ਅੱਜ ਪਾ ਗਿਆ। ਅੱਬਾ ਹੁੰਦਾ ਨਾ, ਸਾਰੇ ਚਾਚੇ ਇੱਕ ਪਾਸੇ ਹੋਣ ਤੇ ਪਿਓ ਆਉਂਦਾ, ਮੈਂ ਤੇਰੇ ਨਾਲ ਥਾਣੇ ਜਾਵਾਂਗਾ। ਅਗਲੇ ਦਿਨ ਮੁੰਡਾ ਮੈਨੂੰ ਗੱਲ ਸੁਣਾਉਣ ਡਿਆ, ਕਹਿੰਦਾ ਕਰ ਸਾਹਿਬ ਮੇਰੇ ਤੇ ਕੇਸ ਬਣ ਗਿਆ, ਤੇ ਉਹ ਕਿਸੇ ਨੂੰ ਸਰੀਆ ਲੱਗ ਗਿਆ ਨਾ ਲੜਾਈ ਵਿੱਚ। ਇਹ ਸੁਣਿਓ, ਮੈਂ ਪਿਓ ਕੀ ਹੁੰਦਾ, ਜੱਬਾ ਕੀ ਹੁੰਦਾ, ਸਾਰੀ ਜ਼ਿੰਦਗੀ ਯਾਦ ਗਿਆ। ਕਹਿੰਦਾ ਮੇਰੇ ਤੇ ਪਰਚਾ ਹੋ ਗਿਆ ਕਿ ਇਹਨੇ ਸਰੀਆ ਮਾਰਿਆ, ਤੇ ਅੱਬੇ ਨੂੰ ਪਤਾ ਲੱਗਾ, ਤੇ ਅੱਬੇ ਨੇ ਕਿਹਾ ਪੁੱਤਰ ਤੂੰ ਨਾ ਟੈਨਸ਼ਨ 'ਚ ਲੈ, ਮੇਰੇ ਆਉਂਦਿਆਂ ਤੂੰ ਨਹੀਂ ਥਾਣੇ ਜਾਵੇਂਗਾ। ਉਹਨੇ ਕਿਹਾ ਅੱਬਾ ਕਿਉਂ? ਉਹਨੇ ਕਿਹਾ ਮੈਂ ਆਖਾਂਗਾ ਸਰੀਆ ਮੈਂ ਮਾਰਿਆ। ਆਉਂਦਾ ਜੇ ਕੋਈ, ਦੱਸੋ ਕੋਈ ਆਉਂਦਾ ਜੇ? ਅਤੇ ਉਹ ਆਉਂਦਾ ਜੀ, ਬਾਪ ਆਉਂਦਾ, ਆਉਂਦਾ ਮੈਂ ਆਪਣੇ ਜ਼ਿੰਮੇ ਲਵਾਂਗਾ। ਉਹ ਮੁੰਡਾ ਰੋਂਦਾ ਪਿਆ ਸੀ ਕਸਮ, ਕਹਿੰਦਾ ਅੱਜ ਪਿਓ ਕੋਈ ਨਹੀਂ, ਅੱਜ ਸਾਰੇ ਰਿਸ਼ਤੇ ਸਾਹਮਣੇ ਆ ਗਏ। ਸਾਨੂੰ ਸੀਨੇ ਲਾਣ ਵਾਲਾ, ਜੁਦਾਈਆਂ ਅੱਜ ਪਾ ਗਿਆ। ਅਲਲ ਇਲਾਨ ਕਹਿਣਾ ਵਾ, ਆਪਣਾ ਸੀ ਬਣ ਕੇ ਬੇਗਾਨਾ ਟੁਰ ਗਿਆ ਏ। ਹਾਏ ਹਾਏ ਜੀ, ਦਾ ਬਾਪ ਗਿਆ, ਤਵੱਜੋ ਕਰਿਓ ਜੀ। ਆਪਣਾ ਸੀ ਬਣ ਕੇ ਬੇਗਾਨਾ ਟੁਰ ਗਿਆ ਏ, ਸਾਡੇ ਸਿਰਿਓਂ ਤੂੰ ਪਿਓ ਦਾ ਸਾਇਆ ਉੱਠ ਗਿਆ ਏ। ਤੇ ਮੀਆਂ ਸਾਹਿਬਾਂ ਨੇ ਲੈ ਓ ਯਾਰ, ਗਈ ਜੇ ਗੱਲ, ਲੈ ਓ ਯਾਰ ਹਵਾ ਰੱਬ ਦੇ ਤੇ ਮੇਲੇ ਚਾਰ ਬਿਨਾ ਦੇ ਉਸ ਦਿਨ ਈਦ ਮੁਬਾਰਕ ਹੋ ਸੀ, ਜਿਸ ਦਿਨ ਫੇਰ ਮਿਲਾਂਗੇ।